ਸਤਿਗੁਰੂ ਮੁਕਤ ਨਾ ਪਾਏ ਬਿਨ ਸਤਿਗੁਰੂ ਮੁਕਤ ਨਾ ਪਾਏ ਪੁੱਛੋ ਬਵੇਕੀਆਂ ਜਾਏ ਬਿਨ ਸਤਿਗੁਰ ਮੁਕਤ ਨ ਪਾਏ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਸਤਿਗੁਰ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਪੁੱਛੋ ਵਿਵੇਕੀਆ ਜਾਏ ਬਿਨ ਸਤਿਗੁਰ ਮੁਕਤ ਨ ਪਾਏ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਪੜੋ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਸਤਿਗੁਰ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਪੁੱਛੋ ਵਿਵੇਕੀਆਂ ਜਾਏ ਬਿਨ ਸਤਿਗੁਰ ਮੁਕਤ ਨ ਪਾਏ ਗੁਰੂ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਪੁੱਛੋ ਕਬੇ ਕੀਆਂ ਜਾਏ ਬਿਨ ਸਤਿਗੁਰ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਬਿਨ ਸਤਿਗੁਰ ਮੁਕਤ ਨ ਪਾਏ ਪੁੱਛੋ ਵਿਵੇਕੀਆ ਜਾਏ ਬਿਨ ਸਤਿਗੁਰ ਮੁਕਤ ਨ ਪਾਏ ਕੋ ਗੁਰ ਤੇ ਬੇਮੁਖ ਹੋਵਾ ਜੇ ਕੋ ਗੁਰ ਤੇ ਬੇਮੁਖ ਹੋਵਾ ਤੇ ਬੇਮੁਖ ਹੋਵੇ ਜੇ ਕੋ ਗੁਰ ਤੇ ਬੇਮੁਖ ਹੋਵੇ ਜੇ ਕੋ ਗੁਰ ਤੇ ਬੇਮੁਖ ਹੋਵੇ ਜੇ ਕੋ ਗੁਰ ਤੇ ਬੇਮੁਖ ਹੋਵੇ ਪੜ੍ਹ ਰਹੇ ਹਾਂ ਇਹ ਤੀਸਰੇ ਪਾਤਸ਼ਾਹ ਦੀ ਬਾਣੀ ਹੈ ਤੀਸਰੇ ਪਾਤਸ਼ਾਹ ਦਾ ਗੋਇੰਦਵਾਲ ਸਾਹਿਬ ਦਾ ਸ਼ਬਦ ਹੈ ਤੇ ਸਤਿਗੁਰਾਂ ਨੇ ਇਹ ਤੇ ਮੂੜੇ ਖੱਤਰੇ ਦੀ ਸਾਖੀ ਦਿੱਤੀ ਸੀ ਪਾਤਸ਼ਾਹ ਜੀ ਨੇ ਤੇ ਵੇ ਗੁਰੂ ਮਹਾਰਾਜ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਏ ਮੂਲਾ ਖੱਤਰੀ ਜਾਣੀ 3 ਸਾਲ ਬਾਬਾ ਜੀ ਦੇ ਨਾਲ ਰਿਹਾ ਸੱਚੇ ਪਾਤਸ਼ਾਹ ਦੇ ਨਾਲ ਆਪਾਂ ਕਹਿੰਦੇ ਆ ਕਿਤੇ ਆਪਾਂ ਨੂੰ ਸੁਪਨੇ 'ਚ ਦਰਸ਼ਨ ਹੀ ਹੋ ਜਾਣ ਬਾਬੇ ਨਾਨਕ ਦੇ ਆਪਾਂ ਕਹਿੰਦੇ ਹਾਂ ਬਹੁਤ ਘਾਟਾ ਖਾ ਗਈ ਕਿਤੇ ਉਦੋਂ ਐ ਸਤਿਸੰਗ ਵਿੱਚ ਕਰਤਾਰਪੁਰ ਬੈਠੇ ਹੁੰਦੇ ਤੇ 3 ਸਾਲ ਮੂਲਾ ਖੱਤਰੀ ਹੈਰਾਨ ਵਾਲੀ ਗੱਲ ਹੈ ਵੀ ਬਾਬਾ ਨਾਨਕ ਜੀ ਦੇ ਕੋਲੇ ਰਿਹਾ ਵੇਖੋ ਇੰਨੇ ਕੌਤ ਕੀਤੇ ਨਾ ਬਾਬਾ ਜੀ ਨੇ ਬਹੁਤ ਜਦੋਂ ਬਾਬਾ ਜੀ ਸਿਆਲਕੋਟ ਗਏ ਨਾ ਤੇ ਉਹ ਟਾਈਮ ਤੇ ਬਾਬਾ ਜੀ ਕਹਿੰਦੇ ਮਰਦਾਨਿਆਂ ਐਂ ਕਰ ਕੋਈ ਸੌਦਾ ਕਰਕੇ ਆ ਇਉਂ ਆਖਿਆ ਮਰਦਾਨੇ ਆਖਿਆ ਜੀ ਪੈਸਾ ਤਾਂ ਕੋਲੇ ਕੋਈ ਹੈ ਨਹੀਂ ਸੌਦਾ ਕਾਹਦੇ ਨਾਲ ਆਊ ਦੇਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿੰਨੇ ਅਸੀਂ ਸਾਰੇ ਆ ਜਿੰਨੇ ਗੁਰੂ ਪੀਰ ਹੈ ਇੱਕ ਤਾਂ ਜਿੱਥੇ ਕਿਤੇ ਜਾਣਾ ਹੋਵੇ ਪੈਸੇ ਨਾਲ ਹੁੰਦੇ ਆ ਇੱਕ ਰਾਸ਼ਨ ਹੁੰਦਾ ਨਾਲ ਜਾਂ ਰੋਟੀਆਂ ਜਾਂ ਆਟਾ ਨਹੀਂ ਤਵੀਆਂ ਖੁਰਚਣੇ ਪਕਾਉਣ ਵਾਲੇ ਲੋਸਮਿੰਟ ਕੀਤੇ ਜਾਂਦੇ ਮਾਈਆਂ ਚਲੋ ਤੇ ਬਾਬਾ ਨਾਨਕ ਜੀ ਦਾ ਇਤਿਹਾਸ ਸੁਣ ਲਓ ਨਾਮ ਦੇ ਮਗਰੀ ਸਾਰੀ ਸਮੱਗਰੀ ਫਿਰਦੀ ਰਹੀ ਵੇਖੋ ਨਾ ਖੁਰਚਣਾ ਚੱਕਿਆ ਨਾ ਤਵੀ ਚੱਕੀ ਨਾ ਆਟਾ ਚੱਕਿਆ ਬਾਬੇ ਨਾਨਕ ਨੇ ਵੇਖੋ ਤੇ ਨਾ ਹੀ ਪੈਸਾ ਚੱਕਿਆ ਤੇ ਜੇ ਚੜਾਵਾ ਵੀ ਚੜਿਆ ਉਹ ਵੀ ਨਾ ਚੱਕਿਆ ਗੱਲ ਇੱਕੋ ਖਾਲਸਾ ਜੀ ਨਾਮ ਦੀ ਕੀਤੀ ਉਹਦਾ ਜਿਹੜਾ ਨਿਸ਼ਾਨਾ ਹੈ ਜੇ ਕਿਤੇ ਤੁਸੀਂ ਬੈਠ ਕੇ ਸੁਣੋ ਤੇ ਪੜ੍ਹੋ ਸੁਣੋ ਉਹਦਾ ਨਕਸ਼ਾ ਬਾਬਾ ਆਨੰਦ ਸਿੰਘ ਨੇ ਆਣ ਕੇ ਬੰਨਿਆ ਧਰਤੀ 'ਤੇ ਨਾ ਪ੍ਰਸ਼ਾਦਾ ਪਕਾਇਆ
ਨਾ ਖੁਰਚਣਾ ਚੱਕਿਆ ਤੇ ਨਾ ਤਵੀ ਚੱਕੀ ਤੇ ਨਾ ਮਾਈਆਂ ਨੂੰ ਕਿਹਾ ਵੀ ਚਲੋ ਪ੍ਰਸ਼ਾਦਾ ਬਣਾਉਣਾ ਨਾ ਜਣੀ ਬਾਬਾ ਨਾਨਕ ਸਿੰਘ ਮਹਾਰਾਜ ਨੇ ਤੇ ਨਾ ਹੀ ਪੈਸਾ ਚੜਾਵਾ ਚੜਿਆ ਹੁਣ ਵੀ ਨਹੀਂ ਚੜਦਾ ਆਪਣੇ ਦਰਬਾਰ ਚ ਗੁਰੂ ਨਾਨਕ ਦੇ ਬਾਬਾ ਜੀ ਦੇ ਦਰਬਾਰ ਚ ਇਹੀ ਵਾਅਦਾ ਹੁਣ ਜਿਹੜੀ ਟਕਸਾਲ ਹੈ ਗੁਰੂ ਨਾਨਕ ਦੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੇ ਮਰਜ਼ਾਦਾ ਉਵੇਂ ਹੀ ਰੱਖੀ ਉਵੇਂ ਹੀ ਪੁਰਾਤਨ ਮਰਜ਼ਾਦਾ ਚ ਫਰਕ ਨਹੀਂ ਪੈਣ ਦਿੱਤਾ ਇਹ ਨਿਸ਼ਾਨੀ ਹੈ ਕਿਸੇ ਦੀ ਬਾਬੇ ਨਾਨਕ ਦੀ ਜੋਤ ਦੀ ਤੀਸਰੇ ਪਾਤਸ਼ਾਹ ਨੇ ਜਿਹੜੀ ਅੰਦਰੂਨੀ ਮਰਜ਼ਾਦਾ ਬਾਬੇ ਨਾਨਕ ਨੇ ਮੁੱਢ ਬੰਨਿਆ ਉਵੇਂ ਹੀ ਰੱਖੀ ਉਹਦੇ ਫਰਕ ਨਹੀਂ ਪੈਣ ਦਿੱਤਾ ਇਵੇਂ ਸਾਰੀਆਂ ਪਾਤਸ਼ਾਹੀਆਂ ਨੇ ਵੀ ਨਾਮ ਜਪਾਉਣ ਵਿੱਚ ਪੂਰਾ ਜ਼ੋਰ ਲਾਇਆ ਫਰਕ ਨਹੀਂ ਪੈਣ ਦਿੱਤਾ ਪਰ ਅੱਜ ਸਾਹ ਲਾ ਲਓ ਮੈਂ ਨਾ ਕਵਾਂ ਕਿਸੇ ਨੇ ਕੋਈ ਮਰਜ਼ਾਦਾ ਬਦਲਤੀ ਕਿਸੇ ਨੇ ਕੋਈ ਬਦਲਤੀ ਕਿਸੇ ਨੇ ਕਿਹਾ ਤਰੀਕਾ ਸੋਚੋ ਵੀ ਜੇ ਕਹਿੰਦੇ ਖੂਨ ਦਾਨ ਦਾ ਕੈਂਪ ਲੱਗ ਜਾਏ ਨਾ ਤੇ ਉਹਦੇ ਪੈਸੇ ਬਹੁਤ ਵੱਧ ਜਾਣਗੇ ਆਪਾਂ ਨੂੰ ਕਿਸੇ ਨੇ ਕਿਹਾ ਨਾ ਵੀ ਕੁੜੀਆਂ ਦੇ ਵਿਆਹ ਕਰਨ ਲੱਗ ਜਾਈਏ ਅੱਧੋ ਅੱਧੀ ਪੈਸੇ ਵੱਧ ਜਾਣਗੇ ਕਿਸੇ ਨੇ ਕੁਛ ਕਿਹਾ ਕਿ ਸਭ ਚੰਗੇ ਆ ਨਿੰਦਿਆ ਤਾਂ ਨਿੰਦ ਕਈ ਮਾੜੀ ਹੈ ਮੈਂ ਤੁਹਾਨੂੰ ਦੱਸਦਾ ਹੀ ਹਾਂ ਵੀ ਜਾਣੀ ਕਿੱਡਾ ਨਿਸ਼ਾਨਾ ਆਪਣੇ ਦਰਬਾਰ 'ਚ ਇਹੀ ਵਾਧਾ ਬਾਬਾ ਜੀ ਨਾਨਕ ਸਰ ਆਏ ਬਾਬਾ ਜੀ ਕਹਿੰਦੇ ਪੂਰਮਾਸ਼ੀ ਮਨਾਉਣੀ ਹੈ ਇੱਥੇ ਕਹਿਣਗੇ ਪਾਤਸ਼ਾਹ ਉੱਥੇ ਜਗਰਾਮੀ ਰੋਸ਼ਨੀ ਦੇ ਇਕੱਠ ਬਹੁਤ ਹੁੰਦਾ ਉਹ ਵੀ ਪੂਰਮਾਸ਼ੀ ਦੀ ਹੁੰਦੀ ਆ ਤੇ ਬਾਬਾ ਜੀ ਆਪਣੇ ਜੰਗਲ 'ਚ ਕਿਹਨੂੰ ਪਤਾ ਜੇ ਰੋਡ ਵਾਲੀ ਸੜਕ ਆ ਨਾ ਨਾਨਕ ਸਰ ਵਾਲੀ ਇਹ ਮਗਰੋਂ ਬਾਬਾ ਜੀ ਸਿਸਮ ਮੌਕੇ ਬਣੀ ਆ ਪਹਿਲਾਂ ਕੌਂਕਿਆਂ ਵੱਲ ਦੀ ਜਾਂਦੇ ਸੀ ਉੱਧਰ ਦੇ ਨਹੀਂ ਸੀ ਜਾਂਦੇ ਜਾਂ ਗੁਰੂ ਸਰ ਤੋਂ ਡੰਡੀ ਸੀ ਬਸ ਤੇ ਝੁੰਡ ਸੀ ਦਰਖਤਾਂ ਦਾ ਝਿੜੀ ਵਾਲੇ ਬਾਬਾ ਨਾਨਕ ਸਿੰਘ ਨੂੰ ਕਹਿੰਦੇ ਸੀ ਤੇ ਸੁਜਾਨ ਸਿੰਘ ਨੇ ਆਖਿਆ ਜੀ ਆਪਾਂ ਇਸ਼ਤਿਹਾਰ ਛਪਾ ਲਈਏ ਬਾਬਾ ਜੀ ਕਹਿੰਦੇ ਭਲਾ ਨਾ ਹੋਵੇ ਬਾਬਾ ਜੀ ਕਹਿੰਦਾ ਦੀਵਾ ਗੁਰੂ ਨਾਨਕ ਦਾ ਵੜੇ ਤੇ ਭਵੱਕੜ ਆਪੇ ਚੱਲ ਕੇ ਆਵੇ ਇਉਂ ਬੋਲੇ ਬਾਬਾ ਨਾਨਕ ਸਿੰਘ ਮਹਾਰਾਜ ਇਉਂ ਵਚਨ ਕੀਤਾ ਬਾਬਾ ਜੀ ਨੇ ਤੇ ਜਦੋਂ ਪੰਜਵੀਂ ਪੂਰਨਮਾਸ਼ੀ ਲਾਈ ਨਾ ਤੇ 30,000 ਦਾ ਇਕੱਠ ਹੋਣ ਲੱਗ ਗਿਆ ਬਾਬਾ ਨਾਨਕ ਸਿੰਘ ਕੋਲ ਪਰ ਪ੍ਰਸ਼ਾਦਾ ਨਹੀਂ ਸੀ ਪੱਕਦਾ ਤੇ ਭੁੱਖਾ ਨਹੀਂ ਸੀ ਮਰਦਾ ਤੇ ਚੜਾਵਾ ਨਹੀਂ ਸੀ ਚੜਦਾ ਤੇ ਕੰਮ ਨਹੀਂ ਖੜਦਾ ਹੁਣ ਹੈਰਾਨ ਹੈ ਅਗਲਾ ਵੀ ਕੰਮ ਜੇ ਅਸੀਂ ਵੱਢ ਲਈਏ ਨਾ ਏਦਾਂ ਹੀ ਵੀ ਠਾਠ ਵੱਢ ਲਈਏ ਵੀ ਬਾਬਿਆਂ ਦੀ ਮਿਹਰ ਆ ਵੀ ਆਉਂਦੇ ਇੱਧਰ ਨੂੰ ਜਿਹੜੇ ਗਏ ਵੇ ਆ ਇੱਕ ਮਹੀਨੇ ਨੂੰ ਮੁੜਨਾ ਤੇ ਨਕਸ਼ਾ ਬਦਲਿਆ ਵਾ ਹੋਊਗਾ ਪਰਚੀ ਨਹੀਂ ਕੱਟਣੀ ਬਾਬਾ ਜੀ ਨਹੀਂ ਸੀ ਕੱਟਦੇ ਮੈਂ ਆਪਦਾ ਮੂੰਹ ਨਹੀਂ ਦੇਣਾ ਫੋਟੋ ਬੋਰਡ ਨਾ ਪਿੰਡਾਂ 'ਚ ਅਨਾਊਂਸਮੈਂਟ ਨਹੀਂ ਕਰਨੀ ਤੇ ਇੱਕ ਗੱਲ ਹੈ ਮਰਜ਼ਾਦਾ ਨਾਮ ਦੀ ਨਾਮ ਦੀ ਜੋ ਪਹਿਰਾ ਨਾਮ ਦਾ ਸੀ ਉਹ ਉੱਥੇ ਸ਼ਕਤੀ ਵਰਤਦੀ ਹੈ ਉੱਥੇ ਸ਼ਕਤੀ ਉੱਥੇ ਭੂਤ ਵੀ ਆ ਜਾਂਦੇ ਆ ਕਲਿਆਣ ਵੀ ਹੋ ਜਾਂਦੀ ਹੈ ਉੱਥੇ ਸਿੰਘ ਸ਼ਹੀਦ ਵੀ ਆ ਜਾਂਦੇ ਆ ਉੱਥੇ ਦੇਵਤੇ ਵੀ ਆ ਜਾਂਦੇ ਉੱਥੇ ਖੁਦ ਗੁਰੂ ਸਾਹਿਬ ਵੀ ਆ ਜਾਂਦੇ ਰੱਬ ਵੀ ਆਣ ਕੇ ਖੜ ਜਾਂਦਾ ਜਿੱਥੇ ਮਰਜ਼ਾਦਾ ਕਿਸੇ ਨੇ ਢੋਲਕ ਲੈ ਲਈ ਕਿਸੇ ਨੇ ਸਟੇਜ ਐਂ ਕਰਤੀ ਕਿਸੇ ਨੇ ਇਸਤਰੀ ਬੀਬੀਆਂ ਦਾ ਜਥਾ ਬਣਾ ਲਿਆ ਕਿਸੇ ਨੇ ਕਿਵੇਂ ਕਰ ਲਿਆ ਕਿਸੇ ਨੇ ਕਿਵੇਂ ਕਰ ਲਿਆ ਕਿਸੇ ਨੇ 100 ਰੁਪਈਆ ਬਾਜੇ 'ਤੇ ਪਹਿਲਾਂ ਹੀ ਰੱਖਤਾ ਵੀ ਲੋਕਾਂ ਨੂੰ ਪਤਾ ਲੱਗ ਜੇ ਮਰਜ਼ਾਦਾ ਦਾ ਮੁੱਲ ਪੈਂਦਾ ਸੱਚ ਦਾ ਮੁੱਲ ਪੈਂਦਾ ਕਿ ਨਹੀਂ ਪੈਂਦਾ ਇਵੇਂ 10 ਪਾਤਸ਼ਾਹੀਆਂ ਦੀ ਮਰਜ਼ਾਦਾ ਟਕਸਾਲ ਉਹੀ ਹੈ ਜੋ ਹੀ ਗੱਲਬਾਤ ਆ ਮਾਲਕ ਦੀ ਹੈ ਮਾਲਕ ਕਰਾ ਰਿਹਾ ਪਾਤਸ਼ਾਹ ਆਪਾਂ ਇਸ ਕਰਕੇ ਉਵੇਂ ਹੀ ਭੇਗਮ ਹੈ ਜੇ ਸੱਤੇ ਬਲਵੰਡੇ ਹੁਣਾਂ ਨੂੰ ਪੈਸੇ ਦਿੰਦੇ ਹੁੰਦੇ ਗੁਰੂ ਪੰਚਵੇਂ ਪਾਤਸ਼ਾਹ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਤੇ ਉਹ ਫਿਰ ਕਦੋਂ ਕਹਿੰਦੇ ਸੀ ਗੁਰੂ ਜੀ ਸਾਨੂੰ ਚੜਾਵਾ ਦਿਓ ਅਸੀਂ ਲੜਕੀਆਂ ਦਾ ਵਿਆਹ ਕਰਨਾ ਜੇ ਤਨਖਾਹ 'ਤੇ ਤਾਂ ਸੀ ਨਾ ਇਹ ਤਾਂ ਸਰੋਮਨੀ ਕਮੇਟੀ ਮੌਕੇ ਤਨਖਾਹ ਚੱਲੀ ਹੈ ਪਹਿਲਾਂ ਨਹੀਂ ਸੀ ਬਾਬਾ ਦੀਪ ਸਿੰਘ ਕੋਲੇ ਭਾਈ ਮਨੀ ਸਿੰਘ ਕੋਲੇ ਨਾ ਬਾਬਾ ਬੁੱਢਾ ਜੀ ਕੋਲੇ ਤਨਖਾਹੀ ਆ ਕੋਈ ਨਹੀਂ ਸੀ ਇਹ ਤਾਂ ਜਿਵੇਂ ਆ ਬੇਗਮ ਹੈ
ਪੁਰਾਣੇ ਬੇਗਮ ਹੈ ਸਾਡੇ ਕੋਲੇ, ਬਾਬਿਆਂ ਦੀ ਮਿਹਰ ਹੈ। ਦੇਖੋ ਬ੍ਰਹਮ ਗਿਆਨੀ ਦਾ ਬਚਨ, ਬਾਬਾ ਜੀ ਕਹਿੰਦੇ ਆਪਾਂ ਦੀਵਾਨ ਲਾਇਆ ਕਰਾਂਗੇ ਵੱਡੇ ਵੱਡੇ, ਤੇ ਇੰਨਾ ਪਤਾ ਨਹੀਂ ਸੀ ਮੂਰਖ ਦਾ। ਮੈਂ ਕਿਹਾ ਜੀ ਦੀਵਾਨ ਕਿਵੇਂ ਲੱਗਣਗੇ? ਬਾਬਾ ਜੀ ਕਹਿੰਦੇ ਗੁਰੂ ਨਾਨਕ ਦੀ ਮਿਹਰ। ਮੈਂ ਕਿਹਾ ਜੀ ਬੇਗਮ ਵੇਖੋ, ਬਾਬਾ ਜੀ ਕਹਿੰਦੇ ਜਿਹਨਾਂ ਦਾ ਇੱਕ ਇੱਕ ਜਨਮ ਰਹਿੰਦਾ ਨਾ, ਲੱਜਦ ਤਾਂ ਇਹੀ ਹੈ ਵੀ ਮਹਾਂਪੁਰਖ ਇਹੋ ਜਿਹਾ ਹੋਵੇ ਉਹਦੀ ਦਰਗਾਹ ਚੱਲਦੀ ਹੋਵੇ। ਹਰੇਕ ਮਹਾਂਪੁਰਖਾਂ ਦੀ ਦਿੱਲੀ ਤੱਕਰੀ ਚੱਲਦੀ ਹੈ ਜਾਂ ਮਾੜੀ ਮੋਟੀ ਕਨੇਡਾ ਅਮਰੀਕਾ ਚੱਲਦੀ ਹੋ, ਪਰ ਬਾਬਾ ਆਨੰਦ ਸਿੰਘ ਮਹਾਰਾਜ ਸੱਚਖੰਡ ਵਿੱਚ ਚੱਲਦੀ ਖਾਲਸਾ ਜੀ। ਭਾਗਾਂ ਵਾਲੇ ਆ ਤੁਸੀਂ, ਵੇਖੋ ਬਾਬਾ ਜੀ ਕਹਿੰਦੇ ਤੇਰੇ ਕੋਲ ਉਹ ਆ ਰਹੇ ਆ ਜਿਨ੍ਹਾਂ ਦਾ ਇੱਕ ਇੱਕ ਜਨਮ ਰਹਿੰਦਾ, ਇੱਕ ਜਨਮ ਉਹਨਾਂ ਦਾ ਰਹਿੰਦਾ ਹਜੇ, ਤੇਰੇ ਕੋਲ ਰਹਿ ਕੇ ਜਨਮ ਸਫਲਾ ਕਰ ਲੈਣਗੇ। ਬਾਬਿਆਂ ਦੀ ਮਿਹਰ ਆ ਇੱਥੇ, ਇੱਥੇ ਸੰਗਤਾਂ ਰੋਜ਼ ਵਹਿੰਦੀਆਂ ਬੇਗਮਾਂ ਵੱਲ, ਕਈ ਵਹਿੰਦੇ ਆ ਪੁਰਾਣੇ, ਆਹ ਮੋਹੀ ਜੀ ਆ ਪੁਰਾਣੇ ਆ, ਪਹਿਲਾਂ ਇਹਨਾਂ ਦਾ ਭਾਈ ਸੀ, ਅਤੇ ਚਲੋ ਫਿਰ ਬਾਬਿਆਂ ਦੀ ਮਿਹਰ ਹੋਈ ਮੈਂ ਬਾਹਰ ਜਾਣਾ, ਚਲੋ ਇਹਦਾ ਮਾਤਾ ਪਿਤਾ ਆਏ, ਉਹਨੂੰ ਕਹਿੰਦੇ ਤੂੰ ਰਹਿ ਚਾਹੇ ਰਹਿ, ਆਪਾਂ ਬਾਬਿਆਂ ਨੇ ਬਚਨ ਕੀਤਾ ਪੱਕਾ, ਸਿਰ ਜਾਵੇ ਤਾਂ ਸਿਆ ਜਾਵੇ, ਇਵੇਂ ਹੋਇਆ। ਫਿਰ ਦੂਜਾ ਮੋਹੀ ਉਹ ਵੀ ਆਉਣ ਲੱਗ ਗਿਆ ਹੌਲੀ ਹੌਲੀ। ਇਹ ਨਿਸ਼ਾਨੀਆਂ ਹੈ ਪੁਰਾਣੀਆਂ, ਤਾੜਨਾ ਅਸੀਂ ਨਾ ਜਦੋਂ ਮਾੜਾ ਜਿਹਾ ਖੁਸ਼ ਹੋ ਜਾਂਦੇ ਇਹ, ਅਤੇ ਅਸੀਂ ਕਹਿੰਦੇ ਮਾਇਆ ਨਾ ਪੈ ਜੇ ਉਹਦੇ ਹੀ ਬਸ। ਜੇ ਬਾਬਾ ਜੀ ਸੁਸ ਮਾਰਿਆ ਕਿ ਥੋੜ੍ਹਾ ਜ਼ਿਕਰ ਸੁਣਾਉਂਦੇ ਹਾਂ, ਅਤੇ ਬੇਗਮ ਬਹੁਤ ਸੀਗੇ ਅਤੇ ਗੁਰਮੁਖੋ ਪ੍ਰਸ਼ਾਦ ਬਹੁਤ ਆਇਆ ਪਿਆ ਸੀ, ਅਤੇ ਬੇਗਮ ਕਹਿੰਦੇ ਬਾਬਾ ਜੀ ਸਾਨੂੰ ਨਹੀਂ ਦਿੰਦੇ, ਘੱਟ ਹੀ ਦਿੰਦੇ ਆ ਪ੍ਰਸ਼ਾਦ। ਬਾਬਾ ਜੀ ਨੇ ਪੱਕੀ ਤਲਾਈ ਕੋਲ ਪੰਗ ਤਲਾਈ ਬੇਗਮਾਂ ਦੀ, ਅਤੇ ਸਾਰਿਆਂ ਨੂੰ ਕੇਲੇ ਦਿੱਤੇ। ਬਾਬਾ ਜੀ ਟੋਕਰੀ ਨੂੰ ਰੱਖਤੀ, ਟੋਕਰੀ ਨੂੰ ਰੱਖ ਕੇ ਨਾ ਜਿੱਥੇ ਕੁਰਸੀ ਪਈ ਹੈ ਬਾਬਾ ਜੀ ਕਹਿੰਦੇ ਇੱਥੇ ਬਹਿ ਜਾਓ ਸਾਰੇ, ਕਹਿੰਦੇ ਨਹੀਂ ਪਾਤਸ਼ਾਹ ਤੁਸੀਂ ਦਿਓ। ਬਾਬਾ ਜੀ ਨੇ ਤੈ ਕੇ ਕੀ ਦਿੱਤਾ ਕੇਲੇ, ਬਾਬਾ ਜੀ ਕਹਿੰਦੇ ਚੱਲ ਚੱਕ ਲਓ ਹੁਣ, ਕਈ ਮੇਰੇ ਵਰਗਾ ਤੁਹਾਨੂੰ ਪਤਾ ਹੀ ਹੁੰਦਾ, ਇਹ ਵੀ ਜਿਹਦੇ ਕਰਮਾਂ 'ਚ ਲਿਖੇ ਹੋਊ ਉਹੀ ਖਾਊ, ਜਿਹੜਾ ਬਾੜ ਤੋਂ ਬਾਹਰ ਬਾਹਰ ਤੁਰਿਆ ਫਿਰਦਾ ਉਹਨੇ ਕੇਲਾ ਕੀ ਖਾਣ, ਅਤੇ ਉਹ ਸਾਗ ਕੇਲੇ ਖਾਈ ਜੀ। ਬਾਬਾ ਜੀ ਪੈ ਗਏ 10 ਮਿੰਟ ਆਰਾਮ 'ਚ, 3:30 ਵਜੇ ਪ੍ਰਕਾਸ਼ ਕਰਨੇ ਸੀ। ਇਹ 80 ਜਾਣ ਬਹੁਤ ਬੋਲੀ ਜਾਣ ਬੇਗਮ ਸਾਰੇ ਵੀ ਆਪਾਂ ਪੂਰੇ ਖੁਸ਼ ਹੈ, ਅਤੇ ਕਈ ਕਈ ਮੌਕੇ ਧਾਰਨਾ ਇਹਨਾਂ ਲਾ ਦੇਣੀ, ਅਤੇ ਇਸ ਕਰਕੇ ਸਾਧ ਸੰਤ ਰੱਖ ਚਰਨਾਂ ਦੇ ਕੋਲੇ, ਚਰਨਾਂ ਦੀ ਮੌਜ ਬੜੀ। ਉਹਦੇ ਬਾਬਿਆਂ ਨੇ ਕਿਹੜਾ ਬਾੜਾ ਚਾੜ ਦੇਣਾ, ਬਾਬਾ ਜੀ 600 ਮਹਾਰਾਜ ਨੇ, ਅਤੇ ਸਾਧ ਸੰਤ ਐਸਾ ਸਮਾਂ ਹੋਇਆ ਬਾਬਾ ਜੀ ਕਹਿਣ ਲੱਗੇ ਨਾ ਜੀਤਾ ਨਾਂ ਦਾ ਅਤੇ ਫਿਰ ਉੜਾਈ ਦਾ। ਬਾਬਾ ਜੀ ਕਹਿੰਦੇ ਜੀਤਿਆ ਵੀ ਇਹਨਾਂ ਦੇ ਕੇਲੇ ਆ ਹਜਮ ਆਉਣੇ ਨੇ, ਇਹ ਤਾਂ ਰੋਜ਼ ਗਿਰ ਜਾਣਗੇ। ਅਤੇ ਘੜੀ ਇੱਕੋ ਹੀ ਹੁੰਦੀ ਸੀ ਨਾਨਕਸਰ 'ਚ, ਬਾਜਿਆਂ ਦੇ ਮੂਹਰੇ ਲੱਗੀ ਵੀ ਵੱਡੀ ਬਸ, ਕਹਿੰਦੇ ਨਾ ਤੂੰ ਐਂ ਕਰ ਉਹਨਾਂ ਦੀ ਸੂਈ ਘੁਮਾ ਦੇ, 3:30 ਵਜੇ ਵਿਛਾਈ ਹੁੰਦੀ 3 ਵਜੇ, ਅਤੇ 3:30 ਤੋਂ ਵੱਧ ਕਰ ਦੇ ਸੂਈ, ਅਤੇ ਉਹ ਕਰੇ ਆਇਆ। ਇੱਕ ਸੀ ਬਾਬਾ ਜੀ ਹਜ਼ੂਰ ਦੇ ਕੋਲੇ, ਅਤੇ ਬਾਬਾ ਜੀ ਨੇ ਉਹ ਵੀ ਕਰਾਤੀ, ਕਰਾ ਕੇ ਬਾਬਾ ਜੀ ਆਏ। ਬਾਬਾ ਜੀ ਕਹਿੰਦੇ ਟਾਈਮ ਵੇਖਿਆ, ਕਹਿੰਦੇ ਨਹੀਂ ਪਾਤਸ਼ਾਹ ਹਜੇ ਤਾਂ ਥੋੜ੍ਹੀ ਟਾਈਮ ਹੋਣਾ ਰਹਿੰਦਾ ਹੁਣ ਟਾਈਮ, ਅਤੇ ਬਾ ਪੱਤੀਆਂ ਲੱਗੀਆਂ ਵੀ ਅਸੀਂ ਸਫਾ ਜਾਂਗਰ, ਬਾਬਾ ਜੀ ਆਏ ਮਾਰਨ ਜੇ ਪਸ਼ੂ ਦੇ ਮਾਰੀਦਾ, ਖੜ ਜਾਓ ਤੁਹਾਨੂੰ ਦਿੰਦੇ ਪਤਾ, ਘੜੀਆਂ ਵੇਖੋ ਚੱਲ ਕੇ, ਇਹਦਾ ਜੀ ਹੱਥਾਂ 'ਤੇ ਆ ਇੱਥੇ ਵੱਜੇ, ਕਦੇ ਮਾਰਚ ਵੱਜੇ, ਘਕਾ ਘਕਾ ਊਂ ਬਾਬਾ ਜੀ ਅੰਦਰੋਂ ਕਰਾ ਖੁਸ਼, ਉੱਤੋਂ ਕਰਾਰੇ, ਅਤੇ ਸਿੱਟੀ ਜਾਣ ਸਫਾ ਜਾਣ, ਅਤੇ ਸਾਰੇ ਕਹਿੰਦੇ ਲੈ ਵੀ ਪਤਾ ਹੀ ਨਹੀਂ ਲੱਗਿਆ ਆਪਾਂ ਨੂੰ, ਭੱਜ ਕੇ ਵਿਛਾਈ ਕੀਤੀ, ਕੇਹਰ ਸਿੰਘ ਆ ਗਿਆ, ਜਦੋਂ ਵੇਖਿਆ ਇੱਕ ਪ੍ਰੇਮੀ ਆ ਗਿਆ ਕਹਿੰਦਾ ਵੀ ਅੱਜ ਬੜੀ ਛੇਤੀ ਲਾ ਕੇ, ਪਹਿਲੇ ਲਾ ਕੇ, ਕਹਿੰਦਾ ਮੇਰੇ ਕੋਲ ਘੜੀ ਹੈ। ਉਹ ਸਾਰੇ ਕਹਿੰਦੇ ਇਹ ਕਿਸੇ ਨੇ ਸ਼ਰਾਰਤ ਕਰਤੀ ਪਾਤਸ਼ਾਹ, ਇਹ ਸ਼ਰਾਰਤ ਕਹਿੰਦੇ ਸਾਡੇ ਕੁੱਠ ਪਵਾਈ, ਅਤੇ ਵੇਖੋ ਉਹ ਬਾਬਾ ਜੀ ਕਹਿੰਦੇ ਸ਼ਰਾਰਤ ਕਿਹਨੇ ਕਰਨੀ, ਸ਼ਰਾਰਤ ਵੀ ਅਸੀਂ ਕੀਤੀ, ਕੇਲੇ ਵੀ ਖੁਆਏ,
ਬਾਬਾ ਜੀ ਕਹਿੰਦੇ ਸਰਦਾਰ ਜੀ ਲੈ ਕੇ ਆਇਆ ਸੀ ਕੇਲੇ ਲੁਧਿਆਣਾ, ਬਿਮਾਰ ਸੀਗਾ, ਟੈਂਪੂ ਭਰ ਕੇ ਕੇਲਿਆਂ ਦਾ ਲਿਆ ਸੀ, ਤੇ ਤੁਸੀਂ ਕਹਿੰਦੇ ਸਾਨੂੰ ਦਿੰਦੇ ਨੀ, ਹੁਣ ਜੇ ਨਹੀਂ ਦਿੰਦੇ ਤੁਸੀਂ ਕਹਿੰਦੇ ਸਾਨੂੰ ਦਿੰਦੇ ਨੀ, ਜੇ ਹੁਣ ਦੇ ਦਿੱਤੇ ਤਾਂ ਹਜ਼ਮ ਤਾਂ ਕਰਨੀ ਆ ਤੁਹਾਡੇ। ਬਾਬਾ ਜੀ ਕਹਿੰਦੇ ਪਿੱਛੋਂ ਸਰਦਾਰ ਦੀ ਬਿਮਾਰੀ ਕੱਢੀ ਆ ਤੁਹਾਡੇ ਵਿੱਚ, ਇਕੱਲੇ ਕੇਲੇ ਰਹਿਣ ਤੇ ਬਿਮਾਰੀ ਬਾਹਰ ਕੱਢਤੀ ਤੁਹਾਡੀ, ਤੁਹਾਡੇ ਹਜ਼ਮ ਕਰਤੇ। ਇਹ ਸਾਨੂੰ ਆਪ ਕਈ ਭਗਵਾਨ ਨੇ ਦੱਸਿਆ ਬਾਬਾ ਜੀ ਐਂ ਕਰਦੀ ਸੀ। ਇਹ ਜਿਹੜੇ ਧੁਰੋਂ ਆਏ ਨਾ, ਮੈਂ ਵਿਚਾਰ ਕਰ ਰਿਹਾ ਸੀ, ਉਹਦੀ ਮਿਹਰ ਹੀ ਆ। ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਖਤ ਨਾ ਪਾਏ, ਹਜੂ ਕਹਿੰਦੇ ਸ਼ਬਦ। ਤੇ ਅੱਗੋਂ ਗੁਰੂ ਸਾਹਿਬ ਤੀਸਰੇ ਪਾਤਸ਼ਾਹ ਕਹਿੰਦੇ ਪੁੱਛੋ ਵਿਵੇਕੀਆਂ ਜਾਏ, ਵਿਵੇਕੀ ਹੁੰਦੇ ਮਹਾਂਪੁਰਖ ਬ੍ਰਹਮ ਗਿਆਨੀ ਤੱਤਵੇ ਤੇ, ਕਹਿੰਦੇ ਜੇ ਨਹੀਂ ਗੁਰੂ ਅਰਜਨ ਸਾਹਿਬ, ਗੁਰੂ ਤੀਸਰੇ ਪਾਤਸ਼ਾਹ ਕਹਿੰਦੇ ਪਹਿਲਾਂ ਸੰਤਾਂ ਨੂੰ ਪੁੱਛ ਲਓ ਜਾ ਕੇ, ਮਹਾਂਪੁਰਖਾਂ ਨੂੰ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਮਹਾਂਪੁਰਖ ਰਹਿੰਦੇ ਆ, ਵੀ ਕੌਣ ਜੇ ਕੋ ਗੁਰ ਤੇ ਬੇਮੁੱਖ ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਬਾਣੀ ਗੁਰੂ ਤੀਸਰੇ ਪਾਤਸ਼ਾਹ ਦੀ ਜੀਵ ਦੇ ਨਾਲ ਘੱਸ ਕੇ, ਗੋਇੰਦਵਾਲ ਸਾਹਿਬ ਦਾ ਸ਼ਬਦ ਹੈ। ਜਦੋਂ ਤੁਸੀਂ ਬਾਣੀ ਪੜੋਗੇ ਨਾ ਜੀ, ਉਸੇ ਜੀਵ ਨਾ ਤੀਸਰੇ ਪਾਤਸ਼ਾਹ ਵਾਲੀ ਬਾਣੀ, ਤੁਹਾਡੀ ਜੀਵ ਦੀ ਜਨਮਾਂ ਜਨਮਾਂ ਦੀ ਮੈਲ ਲੈ ਜੀ ਤੁਹਾਡੇ ਸਰੀਰ ਦੀ ਸਾਰੇ ਦੀ। ਇਹ ਐਸਾ ਦਰਬਾਰ ਆ ਪਾਤਸ਼ਾਹ ਦਾ। ਜੇ ਇੱਕ ਦਿਨ ਗੁਰੂ ਜੀ ਨੇ ਕਹਿਤਾ ਜੇ ਕੋ ਗੁਰ ਤੇ ਬੇਮੁੱਖ ਹੋਵੇ, ਰੱਬੀ ਰੱਬ ਬੋਲਿਆ, ਉਹਦੀ ਜੀਵ 'ਚ ਹਵਾ ਗੁਰਬਾਣੀ ਲਿਖੀ ਗਈ, ਕਿਹਦੀ? ਤੀਸਰੇ ਪਾ ਜੀਵ ਦੇ ਨਾਲ ਘੱਸ ਕੇ ਘੱਸ ਕੇ। ਕਹਿੰਦਾ ਨਾਮ ਜਪਣ ਵਾਲੇ ਦਾ ਜੂਠਾ ਖਾਣ ਲੱਗ ਜਾਏ ਤਾਂ ਬੰਦਾ ਨਾਮ ਜਪਣ ਲੱਗ ਜਾਂਦਾ, ਨਾਮ ਜਪਣ ਲੱਗ ਜਾਂਦਾ। ਕਹਿੰਦੇ ਜਿਹੜੇ ਬੰਦੇ ਨੂੰ ਟੀਵੀ ਹੋਵੇ ਨਾ, ਟੀਵੀ ਜਾਣੀ ਬੁਖਾਰ ਹੋਵੇ ਅੰਦਰ, ਬਿਮਾਰੀਆਂ ਹੋਣ ਕੈਂਸਲ, ਕਹਿੰਦੇ ਉਹਦਾ ਜੂਠਾ ਖਾਣ ਲੱਗ ਜਾ ਉਹਨੂੰ ਕੈਂਸਲ ਹੋ ਜਾਂਦਾ। ਕਹਿੰਦੇ ਜੇ ਗੁਰੂ ਮਹਾਰਾਜ ਦੀ ਘੱਸ ਕੇ ਜੀਵ ਦੇ ਨਾਲ ਬਾਣੀ ਕਹਿੰਦੇ ਦੱਬ ਕੇ ਬੋਲੇ ਨਾ, ਗੁਰੂ ਦਾ ਰੂਪ ਹੀ ਬਣ ਜਾਂਦਾ ਉਹਦੇ ਅੰਦਰ, ਕਹਿੰਦੇ ਜੋਤ ਜਗ ਪੈਂਦੀ, ਜੋਤ ਜੋਤ ਦੱਬ ਕੇ ਬੋਲਿਆ ਕਰੋ। ਬਿਨ ਸਤਿਗੁਰ ਮੁਕਤ ਨਾ ਪਾਏ ਪੁੱਛੋ ਵਿਵੇਕੀਆਂ ਜਾਏ, ਬਿਨ ਸਤਿਗੁਰ ਮੁਕਤ ਨਾ ਪਾਏ ਪੁੱਛੋ ਵਿਵੇਕੀਆਂ ਜਾਏ, ਮੁਕਤ ਨਾ ਪਾਏ ਬਿਨ ਸਤਿਗੁਰ ਮੁਕਤ ਨਾ ਪਾਏ, ਬਿਨ ਸਤਿਗੁਰ ਮੁਕਤ ਨਾ ਪਾਏ ਪੁੱਛੋ ਵਿਵੇਕੀਆਂ ਜਾਏ, ਬਿਨ ਸਤਿਗੁਰ ਮੁਕਤ ਨਾ ਪਾਏ, ਬਿਨ ਸਤਿਗੁਰ ਮੁਕਤ ਨਾ ਪਾਏ ਪੁੱਛੋ ਵਿਵੇਕੀਆਂ ਜਾਏ, ਬਿਨ ਸਤਿਗੁਰ ਮੁਕਤ ਨਾ ਪਾਏ, ਬਿਨ ਸਤਿਗੁਰ ਮੁਕਤ ਨਾ ਪਾਏ। ਇੱਥੇ ਤੀਸਰੇ ਪਾਤਸ਼ਾਹ ਜੀ ਨੇ ਗੋਇੰਦਵਾਲ ਇਹ ਸਾਖੀ ਰੱਖੀ, ਇਹ ਸਾਧ ਸੰਗਤ ਬਾਬਾ ਨਾਨਕ ਜੀ ਸਿਆਲਕੋਟ ਗਏ ਮਰਦਾਨਿਆਂ ਸੌਦਾਗਰ, ਮਰਦਾਨਾ ਹੱਸਿਆ, ਮਰਦਾਨਾ ਸ਼ਹਿਰ ਜਾ ਬਾਬਾ ਜੀ ਸ਼ਹਿਰ, ਪੈਸਾ ਤਾਂ ਕੋਲੇ ਕੋਈ ਹੈ ਨਹੀਂ। ਜਿੱਥੇ ਬਾਬਾ ਜੀ ਬੈਠੇ ਸੀ ਨਾ ਦ੍ਰਿਸ਼ਟੀ ਪਈ, ਹਜ਼ੂਰ ਨੇ ਸੱਜੇ ਹੱਥ ਦੇ ਨਾਲ ਦੋ ਉਂਗਲਾਂ ਦੇ ਨਾਲ ਧਰਤੀ ਪਾਸੇ ਕੀਤੀ ਮਿੱਟੀ, ਤੇ ਦੋ ਤਾਂਬੇ ਦੇ ਡੱਬਰ ਪੈਸੇ ਕੱਢੇ ਉੱਥੋਂ। ਜਦੋਂ ਪੈਸੇ ਕੱਢੇ ਕਹਿੰਦੇ ਲੈ ਮਰਦਾਨਿਆ ਸੌਦਾ ਕਰਕੇ ਆ, ਮਰਦਾਨਾ ਬੜਾ ਖੁਸ਼ ਹੋਇਆ। ਮਰਦਾਨਿਆ ਕਿ ਸੌਦਾ ਤਾਂ ਖਾਣ ਵਾਲਾ ਹੀ ਹੁੰਦਾ, ਚਲੋ ਵਧੀਆ ਗੱਲ ਆ ਵਧੀਆ। ਮਰਦਾਨਿਆ ਕਿ ਬਾਬਾ ਜੀ ਗੁਰੂ ਪੀਰ ਤਾਂ ਬਹੁਤ ਆ, ਸਭ ਪੈਸੇ ਨਾ ਰੱਖਦੇ ਆ, ਪਰ ਤੇਰੇ ਵਰਗਾ ਨਹੀਂ ਕੋਈ। ਵੇਖੋ ਧਰਤੀ ਮਾੜੀ ਖੋਦੀ ਤੇ ਦੋ ਪੈਸੇ ਕੱਢੇ, ਆ ਗੱਲਾਂ ਨਾ ਬੰਦ ਦਿਮਾਗੇ ਨਹੀਂ ਮੰਨਦੇ। ਉਹ ਨਿਰੰਕਾਰ ਹੈ, ਉਹ ਤੈਨੂੰ ਅੱਖਾਂ ਤੂੰ ਆਪ ਸੋਚ, ਤੈਨੂੰ ਅੱਖਾਂ ਕਿੱਥੋਂ ਦਿੱਤੀਆਂ ਉਹਨੇ? ਤੈਨੂੰ ਯਾੜਾਂ ਦੰਦ, ਤੇਰੇ ਗੋਡੇ ਲੱਤਾਂ ਵਾਹਾਂ ਕਿੱਥੋਂ ਬਣਾਏ? ਤੇ ਕੀ ਧਰਤੀ 'ਚ ਦੋ ਪੈਸੇ ਨਹੀਂ ਕੱਢ ਸਕਦਾ? ਉਹ ਸਮਰੱਥ ਨਹੀਂ ਹੈ,
ਤੇ ਸਾਧ ਸੰਗਤ ਬਾਬਾ ਜੀ ਕਹਿੰਦੇ ਮਰਦਾਨਿਆਂ ਸੌਦਾ ਕਰਿਆ ਮਰਦਾਨਾ ਤਾਂ ਹੱਥ ਵਾਲੇ ਵੀ ਹੁਣੇ ਆਇਆ ਲੈ ਕੇ ਮਠਿਆਈ ਰੱਬ ਦੀਆਂ ਰਮਜਾਂ ਨੂੰ ਬਾਬਾ ਜੀ ਕਹਿੰਦੇ ਮਰਦਾਨਿਆਂ ਇੱਕ ਪੈਸੇ ਦਾ ਸੱਚ ਤੇ ਦੂਸਰੇ ਪੈਸੇ ਦਾ ਝੂਠ ਜਾਂ ਦੁਕਾਨ ਤੋਂ ਖਰੀਦ ਕੇ ਲਿਆ ਮਰਦਾਨਾ ਗਿਆ ਮਰਦਾਨਾ ਢਹਿਲਾ ਜਿਹਾ ਹੋ ਗਿਆ ਵੀ ਬਾਬੇ ਨਾਨਕ ਦੇ ਰਮਜਾ ਹੋ ਰਹੀ ਆ ਦੁਕਾਨਾਂ ਦੇ ਫਿਰੇ ਕੋਈ ਕਹੇ ਪਾਈ ਆਟਾ ਲੈ ਲਾ ਕੋਈ ਕਹੇ ਦੋ ਮੂਲੀਆਂ ਲੈ ਲਾ ਕੋਈ ਕਹੇ ਗੋਭੀ ਦਾ ਫੁੱਲ ਲੈ ਲਾ ਕੋਈ ਕੁਛ ਕਹੇ ਮਰਦਾਨਾ ਕਹਿੰਦਾ ਬਾਬਾ ਜੀ ਤੇਰੀਆਂ ਰਮਜਾਂ ਨੂੰ ਕੌਣ ਜਾਣੇ ਦੁਕਾਨਾਂ ਦੇ ਭੇਜ ਦੁਕਾਨਾਂ ਸਮਾਨ ਤੂੰ ਆਖਿਆ ਇੱਕ ਪੈਸੇ ਦਾ ਸੱਚ ਕਹਿੰਦਾ ਝੂਠ ਨਹੀਂ ਕਿਹਾ ਗੁਰੂ ਜੀ ਕਹਿੰਦੇ ਕੋਈ ਨੀ ਮਰਦਾਨਿਆਂ ਬਚਨਵਾਨਾ ਵੇਖ ਕਰਤਾਰ ਕੀ ਕਰਦਾ ਕਰਤਾਰ ਤੇਰੇ ਨਾਲ ਜਾਵੇਗਾ ਸੱਤ ਕਰਤਾਰ ਕਹਿੰਦਾ ਜਾ ਮਰਦਾਨਾ ਗਿਆ ਵਿਚਾਲੇ ਸ਼ਹਿਰ ਦੇ ਨੌਜਵਾਨ ਮੁੰਡਾ ਦੁਕਾਨ ਤੇ ਬੈਠਾ ਸੀ ਸ਼ਕਤੀ ਇੱਧਰੋਂ ਗਈ ਉੱਥੇ ਵਰਤੀ ਉਹਨੇ ਆਖਿਆ ਪੁਰਖ ਕਿਵੇਂ ਆਇਆ ਮਰਦਾਨੇ ਆਖਿਆ ਇੱਕ ਪੈਸੇ ਦਾ ਸੱਚ ਇੱਕ ਦਾ ਝੂਠ ਲੈਣਾ ਪੈਸੇ ਫੜ ਲਏ ਗੱਲੇ ਸਿੱਟ ਲਏ ਬਹੀ ਚੋ ਗੁਰਮੁਖੋ ਨੇ ਕਾਗਜ਼ ਪਾੜ ਲਿਆ ਤੇ ਕਾਗਜ਼ ਦੇ ਉੱਤੇ ਲਿਖਤਾ ਮਰਨਾ ਸੱਚ ਉਹਦੇ ਪਿਓ ਮਰੇ ਨੂੰ ਥੋੜੇ ਦਿਨ ਹੀ ਹੋਏ ਸੀ ਤੇ ਜਿਉਣਾ ਝੂਠ ਜਿਉਣਾ ਉਹਦਾ ਪਿਓ ਮਰ ਗਿਆ ਚੰਗਾ ਭਰਾ ਸੀਗਾ ਮਰਦਾਨਾ ਵਾਪਸ ਆਇਆ ਪਾਤਸ਼ਾਹ ਜੀ ਸੌਦਾ ਮਿਲ ਗਿਆ ਬਾਬਾ ਜੀ ਕਹਿੰਦੇ ਮਰਦਾਨੇ ਪੜ੍ਹ ਕੇ ਸੁਣਾ ਮਰਦਾਨੇ ਆਖਿਆ ਜੀ ਮਰਨਾ ਸੱਚ ਜਿਉਣਾ ਝੂਠ ਬਾਬਾ ਜੀ ਕਹਿੰਦੇ ਕਿਹਨੇ ਲਿਖਿਆ ਕਹਿਣ ਲੱਗੇ ਨੌਜਵਾਨ ਸੇਠ ਆ ਮੁੰਡਾ ਬਾਬਾ ਜੀ ਕਹਿੰਦੇ ਐਂ ਕਰ ਉਹਨੂੰ ਲੈ ਕੇ ਆ ਪੁੱਛੀਏ ਉਹਨੂੰ ਮਰਦਾਨਾ ਚਲਿਆ ਗਿਆ ਕਹਿੰਦਾ ਸੇਠ ਤੇਰਾ ਪੂਰਬਲਾ ਜਾਮਿਆ ਜਨਮਿਆ ਜਿਉਂ ਮੈਂ ਬਾਬੇ ਨਾਲ ਰਲਿਆ ਨਾ ਕਿਸੇ ਨੂੰ ਸੁਨੇਹਾ ਦੇ ਕੇ ਨਹੀਂ ਮੰਗਾਇਆ ਰਵਾਬ ਵੱਜੀ ਨਹੀਂ ਤੇ ਦੁਨੀਆਂ ਧੱਕੇ ਦੇ ਆਈ ਨਹੀਂ ਅੱਜ ਤੇਰਾ ਕਰਮ ਚੰਗਾ ਬਾਬਾ ਜੀ ਨੇ ਤੈਨੂੰ ਯਾਦ ਕੀਤਾ ਤੂੰ ਚੱਲ ਦੁਕਾਨ ਨੂੰ ਜਿੰਦਾ ਲਾਇਆ ਬਾਬਾ ਜੀ ਕੋਲੇ ਆ ਗਿਆ ਬਾਬਾ ਜੀ ਕਹਿੰਦੇ ਨਾਂ ਲਿਆ ਬਾਬਾ ਜੀ ਨੇ ਉਦੋਂ ਬਾਬਾ ਜੀ ਕਹਿੰਦੇ ਤੂੰ ਹੀ ਮੂਲ ਆ ਜੀ ਹਾਂ ਹਜੂਰ ਹੱਸ ਕੇ ਕਹਿੰਦੇ ਖੱਤਰੀ ਆ ਹਾਂ ਖੱਤਰੀ ਬਾਬਾ ਜੀ ਕਹਿੰਦੇ ਤੂੰ ਵੀ ਖੱਤਰੀ ਤੇ ਖੱਤਰੀ ਮੈਂ ਵੀ ਹਾਂ ਇਉਂ ਆਖਿਆ ਤੇ ਬਾਬਾ ਜੀ ਕਹਿੰਦੇ ਆ ਤੂੰ ਲਿਖਿਆ ਜੀ ਹਾਂ ਬਾਬਾ ਜੀ ਕਹਿੰਦੇ ਪੜ੍ਹ ਕੇ ਸੁਣਾ ਉਹਨੇ ਆਖਿਆ ਜੀ ਮਰਨਾ ਝੂਠ ਬਾਬਾ ਜੀ ਕਹਿੰਦੇ ਇੰਨਾ ਗਿਆਨ ਤੈਨੂੰ ਕਿਵੇਂ ਆ ਗਿਆ ਕਹਿਣ ਲੱਗਾ ਚੰਗਾ ਭਲਾ ਮੇਰਾ ਬਾਪੂ ਰੋਟੀ ਖਾ ਕੇ ਗਿਆ ਕਰੋ ਦੁਕਾਨ ਤੇ ਬੈਠੇ ਸੀ ਨਹੀਂ ਛੱਡ ਗਿਆ ਚੰਗਾ ਹੀ ਸੀ ਮੇਰਾ ਬਾਬਾ ਵੀ ਉਹ ਵੀ ਐਂ ਮਰ ਗਿਆ ਮਰਨਾ ਸੱਚ ਥੋੜੇ ਥੋੜੇ ਸਾਹ ਚੱਲਦੇ ਸੀ ਤੇ ਜਦੋਂ ਵੈਦ ਨੇ ਪੁੜੀ ਦਿੱਤੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਵਰ ਮਿਲਿਆ ਹੋਇਆ ਜੇ ਮੇਰੀ ਪੁੜੀ ਅੰਦਰ ਚਲੀ ਜਾਵੇ ਨਾ ਮਰਦਾ ਨਹੀਂ ਤੇ ਕਹਿੰਦਾ ਮੈਨੂੰ ਕਹਿੰਦਾ ਉਹ ਮਰਦਾ ਨਹੀਂ ਤੇ ਮੈਂ ਆਖਿਆ ਚੱਲ ਠੀਕ ਹੈ ਉਹਨੇ ਪੁੜੀ ਦਿੱਤੀ ਪਾਣੀ ਪਿਆ ਤੇ ਮਰ ਗਿਆ ਕਹਿੰਦਾ ਮੈਂ ਆਖਿਆ ਵੈਦ ਜੀ ਇਹ ਕੀ ਗੱਲ ਹੈ ਵੈਦ ਕਹਿੰਦਾ ਮੈਂ ਤਾਂ ਮਰ ਲਿਆ ਸੀ ਸਾਧੂਆਂ ਤੋਂ ਮਰ ਕਿਵੇਂ ਗਿਆ ਮਰ ਉਹ ਵੈਦ ਕਹਿੰਦਾ ਭਾਈ ਇਹਦਾ ਮੂੰਹ ਟੱਡ ਕੇ ਵੇਖ ਜਦੋਂ ਵੇਖਿਆ ਤਾਂ ਪੁੜੀ ਹਜੇ ਗਾਂਹ ਗਈ ਹੋਈ ਨਹੀਂ ਤੇ ਵੈਦ ਕਹਿੰਦਾ ਭਾਈ ਜਿਹੜੀ ਮੌਤ ਆ ਨਾ ਇਹ ਸੱਚੀ ਗੱਲ ਹੀ ਆ ਮਰਨਾ ਸੱਚੀ ਮਹਾਰਾਜ ਥੋੜੇ ਦਿਨ ਦੀ ਗੱਲ ਹੀ ਹੈ ਹਜ਼ੂਰ ਮਰਨਾ ਸੱਚ ਜਿਉਣਾ ਕਹਿੰਦਾ ਮੈਂ ਆਖਿਆ ਪੁੜੀ ਅੰਦਰ ਜਾਊਗੀ ਤੇ ਜਿਉਂ ਪੁੜੀ ਗਈ ਹੋਈ ਨਹੀਂ ਮਰਨਾ ਸੱਚ ਤੇ ਜਿਉਣਾ ਝੂਠ ਬਾਬਾ ਜੀ ਕਹਿੰਦੇ ਮੁੜਿਆ ਕੀ ਕਰਦਾ ਕਹਿਣ ਲੱਗੇ ਜੀ ਦੁਕਾਨ ਆ ਪਰਚੂਨ ਦੀ
ਬਾਬਾ ਜੀ ਕਹਿੰਦੇ ਫਿਰ ਦੁਕਾਨ ਤੇ ਬੈਠੇ ਜੀ, ਤੇਰਾ ਬਾਬਾ ਮਰ ਗਿਆ, ਤੂੰ ਮਰ ਗਿਆ, ਤੇ ਆ ਜਾ ਸਾਡੇ ਨਾਲ ਰਲ ਜਾ, ਆਉਂਦੇ ਜਾਂਦੇ ਨਿਉ ਰੱਖ ਲੈ, ਕਹਿੰਦੇ ਮਰਨਾ ਤਾਂ ਹੈਗਾ ਹੀ ਆ, ਜਿਹਨੇ ਤੈਨੂੰ ਪੈਦਾ ਕੀਤਾ ਜਨਮ ਦਿੱਤਾ ਉਹਦੇ ਗੁਣ ਤਾਂ ਗਾ ਕੇ ਜਾ, ਗਾਂ ਤੈਨੂੰ ਥਾਂ ਮਿਲੂ। ਬਿਆਨਾਂ ਚ ਫਸ ਗਿਆ ਕਿ ਲਿਖ ਬੈਠਾ ਸੀ ਨਾ ਮਰਨਾ ਸੱਚ, ਜਿਉਣਾ ਝੂੜ, ਮੂਲਾ ਲਾਜਵਾਬ ਹੋਇਆ ਚੱਲ, ਮਰਦਾਨਾ ਮਜਬੂਰ ਹੋ ਗਿਆ ਮੂਲਾ, ਚਲੋ ਬਾਬਾ ਜੀ ਨਾਲ ਹੀ ਚਲਿਆ ਗਿਆ। ਬੜੇ ਕੌਤ ਕੀਤੇ ਬਾਬਾ ਜੀ ਨੇ, ਮੂਲੇ ਨੂੰ ਅੱਕਾਂ ਵਾਲੀ ਪਿੰਡ ਚਲੇ ਗਏ, ਮਰਦਾਨੇ ਆਖਿਆ ਭੁੱਖ ਲੱਗੀ ਆ, ਮੂਲਾ ਨਾਲ ਸੀ। ਬਾਬਾ ਜੀ ਕਹਿੰਦੇ ਮਰਦਾਨਿਆ ਰਬਾਬ ਛੇੜ, ਕਹੋ ਮਰਦਾਨਿਆ ਤੁਸੀਂ ਨਿਰੰਕਾਰ, ਤੇ ਜੇ ਮਰਦਾਨੇ ਨੇ ਭੁੱਖ ਨੂੰ ਆਖਿਆ ਨਾ ਬਾਬਿਆਂ ਨੇ, ਉਹਨੇ ਕਿਹਾ ਮੈਂ ਬੈਠਾ ਤੂੰ ਰੋਟੀਆਂ ਮੰਗ ਲਿਆ ਨਾ, ਤੇ ਬਾਬਾ ਜੀ ਕਹਿੰਦੇ ਮਰਦਾਨਾ ਰਬਾਬ ਛੇੜ, ਕਹੋ ਮਰਦਾਨਿਆ ਤੂੰ ਹੀ ਨਿਰੰਕਾਰ। ਰਬਾਬ ਜੀ ਮਰਦਾਨੇ ਫਿਰ 20 ਮਿੰਟਾਂ ਬਾਅਦ ਆਖਿਆ ਪਾਤਸ਼ਾਹ ਜੀ ਭੁੱਖ ਲੱਗੀ ਹੈ। ਹਜ਼ੂਰ ਨੇ ਸੁਨਹਿਰੀ ਨੇਤਰ ਖੋਲ੍ਹ ਕੇ ਆਖਿਆ ਮਰਦਾਨਿਆ ਜੋ ਤੇਰੇ ਮੂਹਰੇ ਕੋਈ ਛਾਇਆ ਨਾ ਉਹ ਖਾ ਲਾ, ਜਿੱਥੋਂ ਤੱਕ ਕੀਰਤਨ ਦੀ ਬਾਜ ਗਈ ਨਾ ਸਾਰੇ ਬਨਸਪਤੀ ਚ ਰਸ ਭਰਿਆ ਆ, ਇਉਂ ਆਖਿਆ। ਮਰਦਾਨੇ ਆਖਿਆ ਜੀ ਮੇਰੇ ਮੂਹਰੇ ਦਾ ਘਾਹ ਹੈ, ਮੈਂ ਘੋੜਾ। ਬਾਬਾ ਜੀ ਨੇ ਸੁਨਹਿਰੀ ਨੇਤਰ ਖੋਲ੍ਹੇ, ਬਾਬਾ ਜੀ ਕਹਿੰਦੇ ਉਹ ਬੂਟਾ ਕਾਹਦਾ, ਕਹਿਣ ਲੱਗਾ ਜੀ ਅੱਕ ਦਾ, ਇਉਂ ਆਖਿਆ। ਆਪਣਾ ਦੇਸੀ ਅੱਕ ਵੱਜਦਾ, ਇੱਕ ਪਹਾੜੀ ਅੱਕ ਹੁੰਦਾ, ਦੇਸੀ ਹੁੰਦਾ ਆਪਣੇ ਦੇਸ਼ ਦੇ ਅੱਕ ਹੈ, ਬਹੁਤ ਇਹ ਬਹੁਤ ਕੌੜੇ ਟੂਸੇ ਵੀ ਕੂੜੇ ਤੇ ਦੁੱਧ ਜ਼ਹਿਰ ਹੁੰਦਾ, ਤੇ ਅੱਕਾਂ ਵਾਲੀ ਪਿੰਡ ਉਹ ਤਾਂ ਹੁਣ ਵੀ ਹੈ। ਬਾਬਾ ਜੀ ਕਹਿੰਦੇ ਮਰਦਾਨਿਆ ਜਿਹੜਾ ਇਸ ਅੱਕ ਦੇ ਨਾਲ ਫਲ ਲੱਗਿਆ ਨਾ ਖਾ ਲਾ, ਉਹ ਅੰਬ ਵਰਗੇ ਹੁੰਦੇ ਆ, ਊਂ ਕੁਕੜੀਆਂ ਵੀ ਕਹਿ ਦਿੰਦੇ ਆ, ਖਖੜੀਆਂ ਵੀ ਕਹਿ ਦਿੰਦੇ ਆ, ਨਾ ਊਂ ਗੁਰਮਤ ਵੀ ਤਾਂ ਭਾਈ ਗੁਰਦਾਸ ਨੇ ਖਖੜੀ ਆਖਿਆ, ਕੁਕੜੀ ਨਹੀਂ ਆਖਿਆ। ਤੇ ਸਾਧ ਸੰਗਤ ਮਰਦਾਨਾ ਉੱਠਿਆ, ਮਰਦਾਨੇ ਨੇ 4 ਕੁਕੜੀਆਂ ਤੋੜ ਲਈਆਂ, ਤੋੜ ਕੇ ਦੇ ਬਾਬਾ ਜੀ ਦੇ ਸਾਹਮਣੇ ਬਹਿ ਗਿਆ। ਮੂਲਾ ਬੈਠਾ ਸੀ ਕੋਲੇ, ਨਾਲ ਭਾਈ ਬਾਲਾ ਸੀ, ਮੂਲਾ ਵੀ ਬੜਾ ਹੈਰਾਨ ਸੀ। ਜੋ ਮਰਦਾਨੇ ਨੇ ਬਾਬਾ ਜੀ ਕਹਿੰਦੇ ਮਰਦਾਨੇ ਸੋਚਦਾ ਕਿ ਇਹ ਖਾ ਲਾ, ਮਰਦਾਨੇ ਕਿਹਾ ਬਾਬਾ ਜੀ ਇਹ ਤਾਂ ਬਹੁਤ ਜ਼ਹਿਰ ਹੁੰਦੀ ਆ, ਤੁਸੀਂ ਤਾਂ ਭੋਲੇ ਪਾਓ ਸੁਰਤੀ ਚੜੀ ਚ ਵਚਨ ਕਰ ਦਿੰਦੇ ਆ। ਬਾਬਾ ਜੀ ਕਹਿੰਦੇ ਮਰਦਾਨਿਆ ਕਰਤਾਰ ਚੇਤਾ ਆਵੇ, ਮਰਦਾਨਾ ਪੈਰਾਂ ਭਰ ਬਹਿ ਗਿਆ, ਤੇ ਟਹਿਟ ਕਰਨ ਨੂੰ ਅੱਜ ਤੱਕ ਸਰਕਾਰ ਕੋਲੇ ਕੋਈ ਚੀਜ਼ ਨਹੀਂ ਬਣੀ, ਸਰਕਾਰ ਕੋਲੇ ਕੋਈ ਮੀਟਰ ਨਹੀਂ ਬਣਿਆ ਟਹਿਟ ਕਰਨ ਨੂੰ, ਵੀ ਇਹ ਜ਼ਹਿਰ ਹੈ ਕੰਬਰਤਾ, ਹਜੇ ਮੀਟਰ ਨਹੀਂ ਬਣਿਆ। ਬੁਖਾਰ ਦੱਸ ਸਕਦਾ, ਇਉਂ ਨਹੀਂ ਦੱਸ ਸਕਦਾ ਮਲੇਰੀਏ ਦਾ ਜਾਂ ਕਿਵੇਂ ਚੜਿਆ ਜਾਂ ਅੰਦਰ ਕੀ ਗੱਲ, ਊਂ ਦੱਸੋ ਬੁਖਾਰ ਬਸ ਇਵੇਂ। ਇੱਕ ਬਾਬੇ ਨਾਨਕ ਦਾ ਮੀਟਰ ਹੈ, ਜਦੋਂ ਤੁਹਾਨੂੰ ਕੋਈ ਪਤਾ ਲੱਗਣਾ ਨਾ ਖੱਟੀ ਆ ਜਾਂ ਮਿੱਠੀ ਆ, ਜੀਭ ਤੋਂ ਬਿਨਾਂ ਨਹੀਂ ਪਤਾ ਲੱਗਣਾ, ਮਾੜਾ ਜਿਹਾ ਜੀਭ ਨੂੰ ਦਹੀਂ ਲਾਇਆ ਖੱਟਾ, ਮਾੜਾ ਜਿਹਾ ਪਤਾ ਲੱਗਿਆ ਮਿਰਚ ਜ਼ਿਆਦੇ ਲੱਗਿਆ ਜੀਭ ਨੂੰ, ਐ ਆਵਾਜ਼ ਇੱਥੋਂ ਆਉਂਦੀ ਆ, ਇੱਥੋਂ ਇੱਥੇ ਜਾਂਦੀ ਐ ਆਉਂਦੀ ਆਵਾਜ਼। ਵੇਖੋ ਮਰਦਾਨਾ ਪੈਰਾਂ ਭਰ ਬਹਿ ਗਿਆ, ਮਰਦਾਨੇ ਆਖਿਆ ਬਾਬਾ ਜੀ ਰਬਾਬ ਦਾ ਖਿਆਲ ਰੱਖਿਓ, ਮੈਂ ਤਲੀ ਤੇ ਪਾ ਲਿਆ ਦੁੱਧ, ਤੇ ਟੇਢਾ ਹੋ ਕੇ ਬਾਬਾ ਜੀ ਵੱਲ ਵੇਖਣ ਲੱਗਿਆ, ਤੇ ਬਾਬਾ ਜੀ ਕਹਿੰਦੇ ਮਰਦਾਨਿਆ ਇਹ ਅੰਮ੍ਰਿਤ ਆ ਮੇਰੀ ਦ੍ਰਿਸ਼ਟੀ ਪੈ ਗਈ। ਮਰਦਾਨੇ ਨੇ ਕਹਿੰਦੇ ਕਹਿੰਦੇ ਨਾ ਮਾੜੀ ਜੀ ਜੀਭ ਲਾਈ ਟਹਿਟ ਕਰਨ, ਟਹਿਟ ਲਿਖਿਆ ਉਹ ਪੁਰਾਣੀ ਪੁਰਾਣੀ ਜਨਮ ਸਾਖੀ 'ਚ ਉਹ ਲਿਖਿਆ। ਭਾਈ ਬਾਲਾ ਜੀ ਕਹਿੰਦੇ ਮੈਂ ਨਾਲ ਸੀ, ਜਦੋਂ ਮਰਦਾਨਾ ਤਿਰਛੀ ਨਿਗਾਹ ਨਾਲ ਬਾਬਾ ਜੀ ਵੱਲ ਵੇਖਿਆ, ਮਾੜੀ ਜੀ ਜੀਭ ਲਾਈ ਨਾ ਡਰਦੇ ਨੇ ਵੀ ਕਿਤੇ ਰਬਾਬ ਪਈ ਨਾ ਰਹਿ ਜੇ।
ਬਸ ਫਿਰ ਅੰਬ ਦਾ ਰਸਾ ਅੰਬ ਮਰਦਾਨਾ ਤਾਂ ਮਾਰ ਲੱਗਾ ਜੀਭ ਤੇ ਮੱਥਾ ਟੇਕਿਆ ਇਉਂ ਆਖਿਆ ਧੰਨ ਬਾਬਾ ਨਾਨਕ ਤੂੰ ਹੀ ਬੋਲੋ ਸਾਰੇ ਧੰਨ ਬਾਬਾ ਨਾਨਕ ਤੂੰ ਹੀ ਐਵੇਂ ਨਹੀਂ ਕਹਿੰਦਾ ਨਿਰੰਕਾਰ ਮਰਦਾਨਾ ਪਾਤ ਸਿੰਘ ਨੇ ਚਾਰੇ ਕੁਕੜੀਆਂ ਚੂਪ ਗਿਆ ਕਹਿੰਦਾ ਬਾਬਾ ਜੀ ਮਨੋਰਥ ਹੋ ਗਿਆ ਪੂਰਾ ਜਿੱਥੇ ਮਰਜ਼ੀ ਲੈ ਚੱਲ ਆਪ ਜੀ ਵਰਗਾ ਦੁਨੀਆਂ ਤੇ ਕੋਈ ਨਹੀਂ ਹੈ ਵੇਖੋ ਤੇ ਅਸੀਂ ਭੁੱਲ ਚੁੱਕੇ ਹਾਂ ਪ੍ਰਚਾਰਕ ਹੀ ਭੁੱਲ ਚੁੱਕੇ ਆ ਜਿਹੜਾ ਇੰਜਣ ਲੀ ਤੋਂ ਲੈ ਜਾਏ ਤੇ ਡੱਬੇ ਡੱਬੇ ਤੋਂ ਜਿੱਥੇ ਖੜੇ ਉੱਥੇ ਹੀ ਖੜੇ ਜਿਹੜਾ ਪ੍ਰਚਾਰਕ ਲੀ ਤੋਂ ਰਹਿ ਜੇ ਤੇ ਅਰਦਾਸ ਹੀ ਕਰੋ ਡੱਬੇ ਤਾਂ ਲੋਟ ਪੁੱਟਣੀਆਂ ਪਹਿਲਾਂ ਹੀ ਖਾ ਜਾਂਦੇ ਆ ਖਾ ਜਾਂਦੇ ਸੰਗ ਤਾਂ ਉਹਦੀ ਹੁੰਦੀਆਂ ਹੀ ਨਹੀਂ ਕੋਈ ਤੇ ਸਾਧ ਸੰਗ ਵੇਖੋ ਬਾਬਾ ਜੀ ਕਹਿੰਦੇ ਮਰਦਾਨਿਆ ਤੂੰ ਦੱਸਿਆ ਨੀ ਕੁਛ ਬਾਬਾ ਜੀ ਮਨੋਰਥ ਪੂਰਾ ਹੋ ਗਿਆ ਅੰਬ ਦਾ ਰਸਾ ਮੁੜੇ ਨੇ ਸੋਚਿਆ ਕੀ ਗੱਲ ਚੇਤੇ ਵਿੱਚ ਵਹਿਮ ਰਿਹਾ ਬਾਬਾ ਜੀ ਕਹਿੰਦੇ ਐਂ ਕਰ ਮਰਦਾਨਿਆ ਤੇਰੇ ਕੋਲੇ ਦੋ ਕੁੜੀਆਂ ਹੋਰ ਹੈ ਤੇ ਡੱਬ ਚ ਬੰਨ ਕੇ ਨਾ ਗੰਢ ਦੇ ਕੇ ਧੋਤੀ ਦੇ ਤੇ ਗੰਢ ਦੇ ਅੰਦਰ ਦੀ ਕੱਢ ਦੀਆਂ ਥੱਲੇ ਲੌਂਕਣ ਢਿੱਡ ਦੇ ਨਾਲ ਫੇਰ ਖਾ ਲਾਂਗੇ ਬਾਬਾ ਜੀ ਕਹਿੰਦੇ ਮਰਦਾਨਾ ਤੇਰੇ ਕੋਲ ਦੋ ਕੁੜੀਆਂ ਹੈ ਮਰਦਾਨੇ ਆਖਿਆ ਬਾਬਾ ਜੀ ਊ ਪੂਰਾ ਚਾਹੁੰਦੇ ਪਰ ਪੂਰੇ ਨੂੰ ਰਹਿਣਾ ਬੜਾ ਔਖਾ ਮੈਂ ਆਖਿਆ ਤੈਨੂੰ ਪਤਾ ਨਹੀਂ ਲੱਗੂਗਾ ਬਾਬਾ ਜੀ ਕਹਿੰਦੇ ਮਰਦਾਨਿਆ ਜਿੱਥੇ ਜਾਵਾਂਗੇ ਨਾ ਪਰਮਾਤਮਾ ਦੇਊਗਾ ਐਂ ਆਖਿਆ ਤੇ ਮਰਦਾਨਿਆ ਤੂੰ ਐਂ ਕਰ ਇਹ ਮੂੜੇ ਨੂੰ ਦੇ ਇੱਕ ਭਾਈ ਬਾਲੇ ਨੂੰ ਦੇ ਜਦੋਂ ਮੂੜੇ ਨੇ ਕੁਕੜੀ ਚੁੱਪੀ ਨਾ ਮੰਗੂ ਮੂਲਾ ਕਹਿੰਦਾ ਆਹਾ ਹਾ ਬਈ ਚੱਲ ਘਰ ਬਣ ਵੀ ਛੱਡਿਆ ਦੁਕਾਨ ਮਾਂ ਵੀ ਛੱਡੀ ਪਰ ਹੈਰਾਨ ਵਾਲੀ ਗੱਲ ਹੈ ਵੀ ਦੁੱਧ ਅੱਕ ਤੇ ਅੰਬ ਇਹ ਹੁਣ ਮੈਂ ਜਦੋਂ ਬੋਲਦਾ ਨਾ ਇੱਕ ਕਵਿਤਾ ਭਾਈ ਗੁਰਦਾਸ ਦਾ ਬੇਰੀ ਹੇਠ ਗੁਰੂ ਬੈਠੇ ਸੁਲਤਾਨਪੁਰ 650 ਸਾਲ ਹੋ ਗਏ ਬੇਰੀ ਖੜੀ ਨੂੰ ਹੁਣ ਬੇਰੀ ਹੇਠ ਗੁਰੂ ਬੈਠੇ ਬੇਰੀ ਪੀ ਨਿਹਾਲ ਹੋ ਗਈ ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਮ ਦਾ ਅੱਕਾਂ ਦੀਆਂ ਖੱਖੜੀਆਂ ਵੀ ਭਾਈ ਗੁਰਦਾਸ ਜੀ ਨੇ ਖੱਖੜੀਆਂ ਲਿਖੀਆਂ ਅੱਕਾਂ ਦੀਆਂ ਕੁਕੜੀਆਂ ਵੀ ਦੇਖ ਕੇ ਨਿਹਾਲ ਹੋ ਗਈਆਂ ਅੰਬ ਤੇ ਅਨਾਰ ਮਰਦਾਨਾ ਤੋੜ ਖਾ ਅੰਬ ਦਾ ਇਹ ਇਤਿਹਾਸਕ ਗੱਲ ਹੈ ਇਹ ਤਾਂ ਇਤਿਹਾਸ ਨੂੰ ਖਤਮ ਕਰ ਰਹੇ ਆ ਪੈਸੇ ਲੈ ਰਹੇ ਆ ਵੀ ਅਸੀਂ ਵੀ ਗੁਰੂ ਵਰਗੇ ਬਣ ਜਾਈਏ ਵੀ ਗੁਰੂ ਤੋਂ ਕੁਕੜੀਆਂ ਹੋ ਗਈਆਂ ਦੁੱਧ ਵੀ ਅਸੀਂ ਕਰ ਨਹੀਂ ਸਕਦੇ ਆਪਾਂ ਕਹੀਏ ਆਪਣੇ ਵਰਗੇ ਸੀ ਬਾਬਾ ਨਾਨਕ ਵੀ ਜਨਮ ਸਾਫੀ ਖਤਮ ਕਰ ਦਿਓ ਜਨਮ ਭਾਈ ਬਾਲੇ ਨੂੰ ਖਤਮ ਕਰ ਦਿਓ ਜਿਹਨੇ ਲਿਖਾਈ ਹੈ ਇੱਥੋਂ ਤੱਕਰ ਬਣੇ ਹੋਏ ਆ ਮਲੇਸ਼ ਖਾਲਸਾ ਵੇਖੋ ਉੱਥੇ ਸਾਧ ਸੰਗਤ ਜਾਣੀ ਮੈਂ ਦਿਸ਼ਟਾਂਤ ਦੇ ਰਿਹਾ ਸੀ 3 ਸਾਲ ਮੂਲਾ ਨਾ ਰਿਹਾ ਬਹੁਤ ਕਿੱਕਰਾਂ ਤੋਂ ਗੁਰਾਂ ਮਠਿਆਈਆਂ ਚੜਵਾ ਦਿੰਦਾ ਇਹ ਵੀ ਭਾਈ ਗੁਰਦਾਸ ਦਾ ਕਵਿਤਾ ਕੀ ਆਖਿਆ ਅੰਬ ਤੇ ਅਨਾਰ ਮਰਦਾਨਾ ਤੋੜ ਖਾਮਦਾ ਕਿੱਕਰਾਂ ਤੋਂ ਗੁਰਾਂ ਕਈ ਕਹਿੰਦੇ ਕਿੱਕਰਾਂ ਦੇ ਉੱਤੋਂ ਨਹੀਂ ਨਹੀਂ ਕਿੱਕਰਾਂ ਤੋਂ ਗੁਰਾਂ ਕਿੱਕਰਾਂ ਦੇ ਉੱਤੋਂ ਨਹੀਂ ਕਿੱਕਰਾਂ ਤੋਂ ਗੁਰਾਂ ਮਠਿਆਈਆਂ ਚੜਵਾ ਦੀਨਾ 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 ਬੱਧੂ ਨਿਰੰਕਾਰ ਨਾਥ ਨਾਥਾਂ ਦਾ ਨਾਥ ਕਿੱਕਰਾਂ ਤੋਂ ਗੁਰਾਂ ਮਠਿਆਈਆਂ ਚੜਵਾ ਦੀਨਾ ਖਾਰਾ ਜਲ ਚਰਨ ਛੋਏ ਜਾ ਕੇ ਵੇਖ ਲਓ ਨਾਨਕ ਚਿਹਰਾ ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਮਦਾ ਪਸ਼ੂ ਪੰਛੀ ਪ੍ਰੇਤ ਪੱਥਰ ਤਾਰੇ ਗੁਰੂ ਨਾਨਕ ਨੇ ਉਹ ਬੰਦਾ ਕਿਉਂ ਨਾ ਤਰੇ ਜਿਹੜਾ ਗੁਰੂ ਨਾਨਕ ਦੀ ਸਰਨ ਵਿੱਚ ਆਉਂਦਾ ਆਓ ਆਪਾਂ ਤਰਨ ਵਾਸਤੇ ਆਏ ਹਾਂ ਜੇ ਆਪਾਂ ਇੱਥੇ ਆ ਗਏ ਕਿਉਂ ਨਹੀਂ ਤਰਾਂਗੇ ਜੇ ਰੀਠਾ ਤਰ ਗਿਆ
ਕਦੀ ਕੁਗੜੀ ਵੇਖੋ ਗੁਰਦੁਆਰਾ ਸਾਹਿਬ ਬਣ ਗਿਆ ਕਾਲੀ, ਲੋਕ ਦਰਸ਼ਨ ਕਰਨ ਜਾਂਦੇ ਆ, ਕੈਸਾ ਮੇਰਾ ਪਾਤਸ਼ਾਹ, ਆ ਕੱਚੇ ਪਿੱਲੇ ਨੇ ਸਿਰ ਤਾਂ ਚੱਕ ਲਿਆ ਸੀ, ਇੱਥੋਂ ਤਾਈਂ ਪਹੁੰਚੇ ਨਹੀਂ, ਦੁਨੀਆਂ ਨੂੰ ਸਮਝਾਇਆ ਨਹੀਂ ਬਾਬੇ ਨਾਨਕ ਦੀ ਗੱਲ ਦਾ, ਅਸੀਂ ਆਪ ਦੀਆਂ ਗੱਲਾਂ ਸਮਝਾਉਣ ਲੱਗ ਗਏ ਤੇ ਸਾਧ ਸੰਗਤ ਬਾਬਾ ਜੀ ਨੇ 3 ਸਾਲ ਬਾਅਦ ਮੂਰੇ ਦੇ ਮੂਲੇ ਦੀ ਪਰਖ ਕੀਤੀ, ਮੂਲਿਆ ਮਨ ਜੁੜ ਗਿਆ ਜੀ ਪਾਤਸ਼ਾਹ ਕੋਈ ਫੁਰਨਾ ਜੀ, ਕਿਤੇ ਕਿਤੇ ਨਾ ਫੁਰਨਾ ਬਣਦਾ, ਮਾਤਾ ਇਕੱਲੀ ਹੈ ਮੈਂ ਵੀ ਇਕੱਲਾ ਤੇ ਮਾਤਾ ਨੂੰ ਮਿਲ ਲੈਂਦੇ, ਜਦੋਂ ਐਂ ਮਗਰ ਨੂੰ ਫੁਰਨਾ ਹੋਵੇ ਨਾ ਬੰਦੇ ਦਾ ਉਦੋਂ ਪੁੰਨ ਨਹੀਂ ਬਣਦੇ, ਉਦੋਂ ਪੁੰਨ ਗੁਰੂ ਦੇ ਨਾਲ ਜੁੜਨਾ ਗੁਰੂ ਦੇ ਸ਼ਬਦ ਜਪਣ ਨਹੀਂ ਬਣਦੇ ਆ, ਬਣਦੇ ਆ ਤੇ ਸਾਧ ਸੰਤ ਗੁਰੂ ਜੀ ਨੇ ਆਖਿਆ ਮੁੜਿਆ ਜੇ ਭੇਜ ਦੀਏ ਜੀ ਤੁਹਾਡੀ ਕਿਰਪਾ ਮੁੜਿਆ ਮੈਂ ਰਹਿ ਸਕਦਾ, ਹੁਣ ਆਪ ਜੀ ਵਰਗਾ ਕੋਈ ਹੈ ਨਹੀਂ। ਗੁਰੂ ਜੀ ਕਹਿੰਦੇ ਮੁੜਿਆ ਮਾਇਆ ਬੁੜੀ ਬਲਾ ਹੈ, ਮਾਇਆ ਕਾਲੀ ਨਾਗਣੀ, ਜਿਹੜੀ ਕਾਲੀ ਤੇ ਨਾਗਣੀ ਆਖਿਆ ਨਾ, ਨਾਗਣੀ ਦਾ ਮਤਲਬ ਨਾਗਵੜ, ਮਾਇਆ ਬੰਦੇ ਨੂੰ ਐਸਾ ਨਾਗਵੜ ਪਾ ਦਿੰਦੀ ਨਾ ਹਿੱਲਣ ਨਹੀਂ ਦਿੰਦੀ, ਨਾਗਵੜ ਨੂੰ ਨਾਗਣੀ ਆਖਿਆ। ਤੇ ਮਰਦਾਨੇ ਆਖਿਆ ਪਾਤਸ਼ਾਹ ਜੀ ਆਪਣੇ 3 ਸਾਲ ਹੋ ਗਿਆ ਹੁਣ ਹੁਣ ਤਾਂ ਜੁੜ ਚੁੱਕਾ ਹੈ। ਗੁਰੂ ਮਹਾਰਾਜ ਕਹਿੰਦੇ ਚੰਗਾ ਫਿਰ ਜਾਵੜ, ਇਹ ਜ਼ਿਕਰ ਹੈ ਅਹਿਮਦਾਬਾਦ ਦਾ, ਸਿਆਲਕੋਟ ਇੱਥੇ ਆ। ਮੁੜੇ ਨੇ ਆਖਿਆ ਜੀ ਕਿਵੇਂ ਜਾਵਾਂ, ਬਾਬਾ ਜੀ ਕਹਿੰਦੇ ਮਰਦਾਨਿਆ ਸੱਤ ਕਰਤਾਰ ਕਹਿ ਕੇ ਵਾਹਿਗੁਰੂ ਜੀ ਆਪ ਅੱਖਾਂ ਮੀਚ, ਅੱਖਾਂ ਮੀਚੀਆਂ 24 ਮਿੰਟਾਂ 'ਚ ਉੱਥੋਂ ਬਾਬਾ ਜੀ ਨੇ ਮੂਲੇ ਨੂੰ ਇੱਥੇ ਸਿਆਲਕੋਟ ਭੇਜਿਆ। ਪੌਣ ਸਵਾਰ ਜੇ ਸਾਡਾ ਬਾਬਾ ਨਾਨਕ ਹਵਾਈ ਜਹਾਜ਼ 'ਤੇ ਹੈ, ਜੇ ਅਸੀਂ ਬਾਬੇ ਨਾਨਕ ਦਾ ਗੁਰਮੰਤਰ ਜਪਾਂਗੇ ਅਸੀਂ ਵੀ ਹਵਾਈ ਜਹਾਜ਼ 'ਤੇ ਚੜਾਂਗੇ। ਆਹ ਕਨੇਡਾ ਅਮਰੀਕਾ ਵਾਲਾ ਜਹਾਜ਼ ਨਹੀਂ ਹੈ, ਉਹ ਜਹਾਜ਼ ਹੈ ਵਾਹਿਗੁਰੂ ਨਾਮ ਜਹਾਜ਼ ਹੈ, ਉਹ ਸ਼ਬਦ ਸੁਰਤ ਤੇਰੀ ਸੁਰਤੀ ਜੁੜੀ ਨਹੀਂ ਤੇ ਸੱਚਖੰਡ ਬਾਬੇ ਨਾਨਕ ਕੋਲੇ ਗਿਆ ਨਹੀਂ, ਉਹ ਜਹਾਜ਼ ਹੈ ਸ਼ਬਦ। ਤੇ ਮੂਲਾ ਚਲਿਆ ਗਿਆ, ਮਾਤਾ ਨੇ ਪਿਆਰ, ਮਾਈਆਂ ਦਾ ਐਸਾ ਹੀ ਹੁੰਦਾ, ਮੂਲਾ 4 ਦਿਨ ਰਹਿ ਗਏ, ਕਹਿੰਦਾ ਮਾਂ ਮੈਂ ਜਾਣਾ, ਮਾਂ ਕਹਿੰਦੀ ਪੁੱਤ ਨਹੀਂ ਜਾਣਾ, ਮਾਂ ਤੈਨੂੰ ਪਤਾ ਨਹੀਂ ਉਹ ਤਾਂ ਅੰਤਰ ਜਾਵੇ ਤਾਂ ਪਹੁੰਚਿਆ ਨਿਰੰਕਾਰ, ਇਹ ਤਾਂ ਝੂਠਾ ਬਸਮਾਦ ਆ ਸੰਸਾਰ, ਮਾਈਆਂ ਦਾ ਮੋਹ ਹਰੇਕ ਨਹੀਂ ਉਹਦੀ ਮਿਹਰ ਦਾ ਸਦਕ। ਤੇ ਗੁਰਮੁਖੋ ਐਸਾ ਸਮਾਂ ਹੋਇਆ ਮਾਤਾ ਨੇ ਰਿਸ਼ਤੇਦਾਰ ਇਕੱਠੇ ਕਰਕੇ ਨਾ ਮੁੜੇ ਨਾਲ ਵਿਆਹ ਕਰਤਾ, ਸਾਰੇ ਕਹਿੰਦੇ 45 ਪਾ ਦਿਓ, 45 ਘਰ ਦਾ ਜੇ ਬੱਚਾ 3.5 ਸਾਲ ਦਾ ਹੋ ਜਾਏ ਨਾ ਤੇ ਮਾਰ ਨਾ ਆਵੇ ਫੂ ਫੂ ਕਰੇ ਤੇ ਖੁੰਡੀਆਂ ਢਾਵੇ ਘਰ ਦੇ, ਕਹਿੰਦੇ ਇਹਦੇ ਨੱਥ ਪਾ ਕੇ ਇਹਦੇ 45 ਪਾ ਦਿਓ ਆਪੇ ਸਿੱਧਾ ਹੋ ਜਾਊਗਾ। ਤੇ ਮੂਲੇ ਦੇ ਨੱਥ ਪਾਤੀ ਤੇ 45 ਪਾਤੀ ਵਿਆਹ ਕਰਤਾ, ਮਾਇਆ ਕਾਲੀ ਨਾਗਣੀ, ਬਾਬਾ ਨਾਗ ਪੈ ਗਿਆ, ਨਾਗ ਬਲ ਪੈ ਗਿਆ ਨਾ ਮਰਦਾਨਾ। ਬਾਬਾ ਜੀ ਕਹਿੰਦੇ ਲੈ ਮਰਦਾਨਿਆ ਮੂਲੇ ਤੇ ਮਾਇਆ ਪੈ ਗਈ। ਮਰਦਾਨੇ ਆਖਿਆ ਪਾਤਸ਼ਾਹ ਜੀ ਆਪਣਾ ਕਿਹੜਾ ਟਿਕਾਣਾ, ਉਹਦੇ ਕਿਹੜਾ ਕਿਹੜੀ ਕੋਈ ਡਰੈਸ ਹੈ ਆਪਣਾ ਵੀ ਆ ਜਾਵੇ, ਉਹ ਤਾਂ ਲੋਹੀ ਦਾ ਹੋਣਾ। ਗੁਰੂ ਜੀ ਕਹਿੰਦੇ ਮਰਦਾਨਿਆ ਮਾਇਆ ਪੈ ਗਈ ਆ, ਜੇ ਆਪਾਂ ਸਿਆਲਕੋਟ ਵੀ ਚਲੇ ਜਾਈਏ ਤਾਂ ਵੀ ਨਹੀਂ ਆਉਣਾ। ਪਾਤਸ਼ਾਹ ਆਉਣ ਵਾਲੀ ਕਿਹੜੀ ਗੱਲ ਆ, 3 ਸਾਲ ਤੇਰੇ ਨਾਲ ਰਿਹਾ, ਏਡੇ ਏਡੇ ਕੌਤਕ ਵੇਖੇ ਆ, ਬਹੁਤ ਵੇਖਿਆ ਕੌਤਕ, ਤੇ ਉਹਦਾ ਜੀ ਨਹੀਂ ਲੱਗਦਾ ਹੋਣਾ। ਸਤਿਗੁਰ ਸਿਆਲਕੋਟ ਆ ਗਏ ਰਾਤ ਨੂੰ, ਮਰਦਾਨੇ ਆਖਿਆ ਪਾਤਸ਼ਾਹ ਕਿੱਥੇ, ਹਜ਼ੂਰ ਕਹਿੰਦੇ ਸਿਆਲਕੋਟ,
ਮਰਦਾਨੇ ਨੇ ਤਾੜੀ ਮਾਰੀ। ਮਰਦਾਨੇ ਨੇ ਆਖਿਆ ਜਿਉਂ ਸੁਲਤਾਨਪੁਰੋਂ ਤੁਰੇ ਆ ਤਿੰਨੇ ਰਹੇ ਸੀ, ਮੂਲਾ ਨਾਲ ਰਲ ਗਏ ਚਾਰ ਹੋ ਗਏ ਸੀ, ਚੱਲ ਹੁਣ ਫਿਰ ਮੂਲਾ ਨਾਲ ਚੱਲੂ। ਬਾਬਾ ਜੀ ਕਹਿੰਦੇ ਨਹੀਂ ਮਰਦਾਨਿਆ, ਮਾਇਆ ਨੇ ਨਾਗ ਵਾਲ ਪਾ ਲਿਆ ਉਹਦੇ, ਉਹ ਨਹੀਂ ਆ ਸਕਦਾ। ਇਉਂ ਆਖਿਆ ਮਰਦਾਨੇ, ਆਖਿਆ ਜੀ ਆਪਾਂ ਜੰਗਲ 'ਚ ਬੈਠੇ ਇੱਥੇ, ਉਹਨੂੰ ਕੀ ਪਤਾ ਮੈਂ ਜਾ ਕੇ ਵੇਖ ਆਵਾਂ। ਗੁਰੂ ਜੀ ਕਹਿੰਦੇ ਮਰਦਾਨੇ ਚੰਗਾ ਤੇਰੀ ਮਰਜ਼ੀ ਆ ਪਰ ਆਉਣਾ ਨਹੀਂ। ਮਰਦਾਨਾ ਗਿਆ, ਛੋਟੀ ਛੋਟੀ ਕੰਧ ਮੂਲਾ ਨਹਾਉਂਦਾ ਸੀ, ਮੂਲੇ ਨੇ ਤਾੜੀ ਮਾਰੀ, ਕਹਿੰਦਾ ਮਾਂ ਮੇਰੇ ਨਾਲ ਦੇ ਸਾਥੀ ਆਉਂਦਾ। ਮਾਂ ਨੇ ਉਹਦੀ ਬਾਂਹ ਫੜ ਕੇ ਨਹਾਉਂਦੇ ਨਹਾਉਂਦੇ ਦੀ ਰਜਾਈਆਂ ਜੀ ਦੇ ਤਾ ਅੰਦਰ। ਤੇ ਮਰਦਾਨੇ ਨੇ ਆਖਿਆ ਮਾਤਾ ਜੀ ਮੂਲਾ। ਮਾਂ ਕਹਿੰਦੀ ਵੇ ਸਾਧੋ ਤੁਸੀਂ ਲੈ ਗਏ ਸੀ, ਤੁਹਾਡੇ ਕੋਲ ਆ, ਲਿਆਓ ਮੇਰਾ ਮੂਲਾ ਕਿੱਥੇ ਆ। ਮਰਦਾਨਾ ਭੱਜਿਆ, ਬਾਬਾ ਜੀ ਕੀ ਗੱਲ ਹੋ ਗਈ, ਅੱਗੇ ਰੇਖ ਚਮੇਖ ਮਾਰਦਾ ਮੂਲਾ ਦਾ ਪਿੰਡ ਹੀ ਨਹੀਂ ਆਇਆ। ਹਜ਼ੂਰ ਹੱਸ ਕੇ ਕਹਿੰਦੇ ਮਰਦਾਨਿਆ ਮਾਤਾ ਦਾ ਕਰਮ ਮਾੜਾ, ਕਮਾਈ ਨਹੀਂ ਹੈ, ਸੰਗਤ ਨਹੀਂ ਕੀਤੀ ਵੀ ਰੰਗ ਨਹੀਂ ਚੜਿਆ। ਗੁਰੂ ਜੀ ਕਹਿੰਦੇ ਮਾਤਾ ਚਲਾਕੀ ਕਰਦੀ ਆ, ਮੂਲਾ ਅੰਦਰ ਛੱਡ ਪਰੇ। ਮਰਦਾਨੇ ਆਖਿਆ ਜੀ ਐ ਮਾਈ ਨੂੰ ਫਿਰ ਕਿਵੇਂ ਪਤਾ ਲੱਗੂ ਵੀ ਪੂਰੇ ਜੋਗੀ ਹੈ, ਤੁਸੀਂ ਚੱਲੋ ਮੇਰੇ ਨਾਲ। ਗੁਰੂ ਜੀ ਕਹਿੰਦਾ ਮਰਦਾਨੇ ਅਸੀਂ ਪਰ ਕਰੇ ਵੀ ਜੇ ਪਰ ਆਉਣਾ ਨਹੀਂ, ਪਾਤਸ਼ਾਹ ਤੁਸੀਂ ਚਲੋ। ਸੱਚੇ ਪਾਤਸ਼ਾਹ ਗੁਰਮੁਖੋ ਮੂਲੇ ਦੇ ਘਰੇ ਚਲੇ ਗਏ। ਤੇ ਜਦੋਂ ਚਲੇ ਗਏ ਨਾ ਤੇ ਮੂਲੇ ਨੇ ਕੰਧ ਟਪਾਤਾ ਮਾਤਾ ਨੇ, ਮਗਰਲੀ ਕੰਧ ਤੇ ਮਗਰ ਘੀਰੇ ਜਵਾੜਤਾ। ਤੇ ਬਾਬਾ ਜੀ ਬਹਿ ਗਏ, ਦੇਖੋ ਮੂਲੇ ਦੇ ਘਰੇ ਬਹਿ ਗਏ। ਤੇ ਬਾਬਾ ਜੀ ਵਚਨ ਕਰਨ ਲੱਗੇ ਮਾਤਾ ਕਰਮਾਂ ਦਾ ਸਮਾਂ ਮਿਲਿਆ, ਤੇਰਾ ਵੀ ਜਨਮ ਮਰਨ ਕੱਟਿਆ ਜਾਊ, 21 ਕੁਲਾਂ ਦਾ ਆਧਾਰ ਹੋ ਜਾਊ। ਤੇ ਬਾਬਾ ਜੀ ਨੂੰ ਪਤਾ ਹੀ ਉਹ ਤਾਂ ਕਹਿਣਾ ਹੀ ਸੀ। ਮਾਤਾ ਕਹਿੰਦੀ ਹੁਣੇ ਬਹਿ ਜਾਓ, ਚਾਹੇ ਕਿੰਨਾ ਚਿਰ ਮਰਜ਼ੀ ਬਹਿ ਜਾਓ, ਮਾਲਾ ਮੂਲਾ ਦੂਰ ਨਿਕਲ ਗਿਆ, ਦੂਰ ਗਿਆ ਵਾ, ਹੁਣ ਨਹੀਂ ਆਉਂਦਾ। ਗੁਰੂ ਮਹਾਰਾਜ ਕਹਿੰਦੇ ਮਰਦਾਨਿਆ ਸਮਾਂ ਕਾਹਨੂੰ ਖਰਾਬ ਕਰੀਏ, ਇੱਕ ਇੱਕ ਸਵਾਸ ਸਹਾਈ ਆਪਣੇ, ਚੱਲ ਕਿਸੇ ਦੀ ਸਾਰ ਲਵਾਂਗੇ, ਸੰਗਤ ਆਈ ਹੋਊਗੀ। ਬਾਬਾ ਜੀ ਉੱਠ ਕੇ ਤੁਰ ਪਏ। ਜਦੋਂ ਬਾਬਾ ਜੀ ਚਾਰ ਕਰਮਾਂ ਤੁਰੇ ਨਾ, ਮਾਤਾ ਵੇਖੋ ਮਾਤਾ ਨੇ ਮਾਰੀ ਤਾੜੀ, ਬਲ ਖਾ ਖਾ ਜਾਵੇ ਹੱਸਦੀ, ਲੈ ਬੇਪੁੱਤ ਮੂਲਿਆ ਤੂੰ ਕਹਿੰਦਾ ਸੀ ਅੰਤਰਜਾਮੀ ਢਿੱਡ ਦੀ ਆਵੇ, ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਘੀਰੇ 'ਚ ਹੱਸਦੀ ਜਾਵੇ, ਤਾੜੀਆਂ ਮਾਰਦੀ ਹੈ ਮਾਇਆ, ਚਾਰ ਦਿਨ ਦੀ ਦਿਹਾੜੀ ਆਖੇ ਲੱਗਿਓ, ਕਿਤੇ ਐਵੇਂ ਬੰਦਾ ਘਾਟਾ ਖਾ ਜਾਂਦਾ ਮਾੜੀ ਜਿਹੀ ਗੱਲ 'ਤੇ। ਅਤੇ ਸਾਜਾ ਮਾਤਾ ਅੰਦਰ ਗਈ ਨਾ, ਮਾਤਾ ਨੇ ਆਵਾਜ਼ ਦਿੱਤੀ ਮੂਲਿਆ, ਜਦ ਤੀਜੀ ਆਵਾਜ਼ ਦਿੱਤੀ ਮੂਲੇ ਨੇ ਆਖਿਆ ਮਾਂ ਖਾ ਲਿਆ, ਨਾਗ ਨੇ ਬਲੇਟਾ ਪਾ ਲਿਆ, ਖਿੱਚ ਕੇ ਮਾਤਾ ਨੇ ਕੱਢਿਆ 6 ਫੁੱਟ ਨਾਲ ਹੀ ਨਿਕਲਿਆ, ਦੰਦੀ ਵੱਢੀ ਵੀ। ਕਹਿੰਦਾ ਮਾਂ ਬਹੁਤ ਘਾਟਾ ਖਾ ਲਿਆ, ਉਹ ਤਾਂ ਪੂਰੇ ਜੋਗੀ ਹੈ ਨਿਰੰਕਾਰ, ਤੂੰ ਬੇਮੁੱਖ ਨਾ ਹੋ। ਤੇ ਮਾਤਾ ਨੇ ਸਾਸ ਰੌਲਾ ਪਾਤਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਮੰਜੇ 'ਤੇ ਪਾ ਲਿਆ। ਉੱਥੇ ਜਦੋਂ ਐਂ ਰੌਲਾ ਪੈ ਗਿਆ, ਜੋਗੀ ਲਿਆਂਦਾ ਹੋਰ ਲਿਆਂਦੇ, ਥੌਲੇ ਥੂਲੇ ਪਾਏ, ਫਰਕ ਨਾ ਪਿਆ। ਕਹਿੰਦਾ ਮਾਂ ਜੇ ਬਚਾਉਣਾ ਨਾ, ਗੁਰੂ ਤੋਂ ਬਿਨਾਂ ਨਹੀਂ ਕੋਈ ਬਚਾ ਸਕਦਾ। ਮੰਜੇ 'ਤੇ ਪਾ ਲਿਆ, ਜੰਗਲ ਦੇ ਵਿੱਚ ਸੀ ਬਾਬਾ ਜੀ, ਜਿਹੜਾ ਕਾਲਾ ਨਾਗ ਹੈ 20 ਮਿੰਟ ਜਾਂ 25 ਮਿੰਟ ਹੀ ਲੱਗਦੇ ਆ 6 ਫੁੱਟ ਦਾ। ਅਤੇ ਸਾਧ ਸੰਤ ਜਦੋਂ ਮੂਲਾ ਬਾਬਾ ਜੀ ਕੋਲ ਗਿਆ ਤਾਂ ਕਾਲਾ ਹੋ ਚੁੱਕਾ ਸੀ, ਉਹ ਸਾਰਾ ਖੂਨ ਲਾਲ ਹੋ ਚੁੱਕਾ ਸੀ ਕਾਲਾ। ਜਦੋਂ ਜਾ ਕੇ ਮਾਤਾ ਕਹਿੰਦੀ ਪਾਤਸ਼ਾਹ ਜੀ ਭੁੱਲ ਹੋ ਗਈ, ਮੈਨੂੰ ਪਛਾਣ ਨਾ ਆਈ, ਮੂਲਾ ਤੁਹਾਡਾ ਹੀ ਹੈ, ਮੂਲੇ ਦੇ ਘਰ ਵਾਲੀ ਵੀ, ਮੈਂ ਵੀ, ਅਸੀਂ ਸਾਰੇ ਤੁਹਾਡੇ ਕੋਲ ਭਾਂਡੇ ਬਣ ਜਾਵਾਂਗੇ, ਕਿਰਪਾ ਕਰੋ। ਬਾਬਾ ਜੀ ਕਹਿੰਦੇ ਮਾਤਾ ਤੂੰ ਕਿਹਾ ਸੀ ਮੂਲਾ ਦੂਰ ਦੂਰ ਨਿਕਲ ਗਿਆ। ਗੁਰੂ ਜੀ ਕਹਿੰਦੇ ਮਗਰ ਅਸੀਂ ਵੀ ਵਚਨ ਕਰਤਾ, ਸਾਡਾ ਵਚਨ ਕਰਿਆ ਨਾ ਤੇ ਦਾਣਾ ਚੱਕੀ 'ਚੋਂ ਨਿਕਲਿਆ ਕਦੇ ਹਰਾ ਨਹੀਂ ਹੁੰਦਾ। ਮਾਂ ਸਾਡਾ ਵਚਨ ਹੋਇਆ ਵਾ ਹੈ,
ਤੇਰੇ ਬਚਨ ਦੇ ਮਗਰ ਅਸੀਂ ਬੋਲਿਆ ਮੂਲਾ ਦੂਰ ਚਲਿਆ ਗਿਆ ਹੁਣ ਐ ਕਹਿੰਦੇ ਸ੍ਰੀ ਗੁਰੂ ਨਾਨਕ ਦੇ ਮੂਹਰੇ ਸ੍ਰੀ ਛੱਡਿਆ। ਹੁਣ ਸੋਚੋ ਇਸ ਗੱਲ ਨੂੰ, ਜੇ ਸ੍ਰੀ ਛੱਡਿਆ ਨਾ ਮਾਤਾ ਨੇ ਆਖਿਆ ਉਹ ਦੱਸਦਾ ਸੀ ਵੀ ਬਾਬਾ ਨਾਨਕ ਮੋਇਆਂ 'ਚ ਜਾਨ ਪਾ ਦਿੰਦਾ, ਪੈਂਦੀ ਹੈ ਜਾਨ ਕਿ ਨਹੀਂ ਪੈਂਦੀ, ਪੈਂਦੀ ਹੈ ਮੋਇਆਂ 'ਚ ਜਾਨ, ਮੋਇਆਂ ਦਾ ਵੀ ਸਾਥ ਨਿਭਾਉਂਦੇ ਦੁਨੀਆਂ ਛੱਡਦੀ ਜਿਉਂਦਿਆਂ ਨੂੰ, ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ। ਪ੍ਰਭ ਭਾਵ ਹੈ ਬਿਨ ਸਾਸ ਤੇ ਰਾਖ ਹੈ, ਹਜ਼ੂਰ ਦੀ ਬਾਣੀ ਹੈ। ਅਤੇ ਗੁਰਮੁਖੋ ਮਾਤਾ ਕਹਿੰਦੀ ਪਾਤਸ਼ਾਹ ਇਹਨੂੰ ਜਿਉਂਦਾ ਕਰ ਦਿਓ ਹੁਣੇ ਨਾਲ ਲੈ ਜਾਓ। ਗੁਰੂ ਮਹਾਰਾਜ ਕਹਿੰਦੇ ਅਸੀਂ ਜਿਉਂਦਾ ਕਰ ਸਕਦੇ ਹਾਂ, ਜੇ ਇੰਨੀ ਸੰਗਤ ਵਿੱਚ ਹੁਣ ਜਿਉਂਦਾ ਕਰਤਾ ਨਾ ਤਾਂ ਕਿਸੇ ਨੇ ਸਿਵਿਆਂ ਨੂੰ ਲਿਜਾਣਾ ਨਹੀਂ, ਸਾਡੇ ਕੋਲ ਲਈ ਆਉਣਗੇ। ਅਸੀਂ ਨਿਰੰਕਾਰ ਦੀ ਰਜਾ ਵਿੱਚ ਗੁਰੂ ਨਾਨਕ ਕਹਿੰਦੇ ਲੱਤ ਨਹੀਂ ਮਾਰ ਸਕਦੇ, ਮਾਤਾ ਲੈ ਜਾਓ ਇਹਦਾ ਸ਼ਿਸ਼ਕਾਰ ਕਰ ਦਿਓ। ਸੰਗਤ ਨੇ ਮਾਤਾ ਨੇ ਆਖਿਆ ਪਾਤਸ਼ਾਹ ਉਹ ਕਹਿੰਦੇ ਸੀ ਮਰਿਆਂ ਦਾ ਧਾਰ ਕਰ ਦਿੰਦਾ, ਇਹਦਾ ਧਾਰ ਕਰ ਦਿਓ। ਗੁਰੂ ਜੀ ਕਹਿੰਦੇ ਧਾਰ ਹੁੰਦਾ ਜਿਹੜੇ ਮਰ ਜਾਂਦੇ ਗੁਰਸਿੱਖ ਬਚਨ ਮੰਨਦੇ ਸੇਵਾ ਸਿਮਨ ਕਰਦੇ ਆ, ਇਹ ਬੇਮੁੱਖ ਹੋ ਕੇ ਮਰਿਆ ਇਹਦਾ ਧਾਰ ਨਹੀਂ ਹੋ ਸਕਦਾ। ਮਾਤਾ ਨੇ ਆਖਿਆ ਤੂੰ ਕਿਰਪਾਲੂ ਆ ਦਿਆਲੂ ਹੈ, ਹੇ ਦੀਨਾ ਬੰਧੂ ਧਾਰ ਕਰ ਦਿਓ। ਗੁਰੂ ਜੀ ਕਹਿੰਦੇ ਮਾਤਾ ਇਹ ਬੇਮੁੱਖ ਹੋ ਗਿਆ, ਇਹਦਾ ਧਾਰ ਨਹੀਂ ਹੋ ਸਕਦਾ। ਮਾਤਾ ਨੇ ਆਖਿਆ ਜੀ ਜ਼ਰੂਰ ਹਾੜੇ ਵਾਸਤਾ ਕਰ ਦਿਓ ਧਾਰ। ਦਿਆਲੂ ਪਾਤਸ਼ਾਹ ਜੀ ਕਹਿੰਦੇ ਚੰਗਾ ਦਸਵੇਂ ਜਾਮੇ 'ਚ ਇਹਦਾ ਧਾਰ ਕਰਾਂਗੇ। ਹੁਣ 84 ਲੱਖ ਜੂਨ ਵਿੱਚ ਪਵੇਗਾ, 48 ਸਾਲ ਉਮਰ ਸੀ ਬਾਬੇ ਨਾਨਕ ਦੀ, 247 ਸਾਲ ਵਿੱਚ 10 ਗੁਰੂ ਆਏ ਆ, ਅਤੇ 200 ਸਾਲ ਦੀ ਤਰੀਕ ਪਾਤੀ ਮੂਲੇ ਦੀ ਬਾਬੇ ਨਾਨਕ ਜੀ ਨੇ। ਬਾਬਾ ਜੀ ਕਹਿੰਦੇ ਪਾਤਸ਼ਾਹ ਦਸਵੇਂ ਜਾਮੇ 'ਚ ਧਾਰ ਕਰਾਂਗੇ। ਹਜ਼ੂਰ ਨੇ 1708 ਵਿੱਚ ਉਹਦਾ ਪਰ ਧਾਰ ਕੀਤਾ। ਸੱਚੇ ਪਾ ਹਜ਼ੂਰ ਸਾਹਿਬ ਸ਼ਿਕਾਰ ਘਾਟ ਉਦੋਂ ਕੀ ਸੀ, ਸਹਿ ਸੀ ਸਹਿ। ਗੁਰੂ ਜੀ ਕਹਿੰਦੇ 84 ਲੱਖ ਜੂਨ ਭੋਗੇਗਾ, 1 ਤੋਂ 84 ਬਾਬੇ ਨਾਨਕ ਤੋਂ ਲੈ ਕੇ ਨਾ ਦਸਵੇਂ ਪਾਤਸ਼ਾਹ ਤਾਈ 84 ਲੱਖ ਜੂਨ 'ਚ ਪੈ ਗਿਆ। ਕਦੇ ਕੁੱਤਾ ਬਣ ਗਿਆ, ਕਦੇ ਕੁਛ ਬਣ ਗਿਆ, ਕਦੇ ਕੁਛ ਬਣ ਗਿਆ, ਕਦੇ ਕੁਛ ਬਣ ਗਿਆ। ਨਾ ਗੁਰੂ ਅੰਗਦ ਸਾਹਿਬ ਦੇ, ਨਾ ਅਮਰਦਾਸ ਪਾਤਸ਼ਾਹ ਦੇ, ਨਾ ਤੀਸਰੇ, ਚੌਥੇ, ਪੰਜਵੇਂ, ਨੌਵੇਂ, ਦਸਵੇਂ ਦੇ ਦਰਸ਼ਨ ਕਰਨ ਦਾ ਸਮਾਂ ਹੀ ਨਹੀਂ ਮਿਲਿਆ। ਆਓ ਇਹੜੇ ਦੁਆਨ ਲੱਗਦੇ ਆ ਨਾ, ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ। ਤੀਸਰੇ ਪਾਤਸ਼ਾਹ ਨੇ ਉਦੋਂ ਸ਼ਬਦ ਉਚਾਰਨ ਕੀਤਾ ਵੀ ਦਸਵੇਂ ਜਾਮੇ 'ਚ ਬਚਨ ਹੋਇਆ ਵੀ ਦਸਵੇਂ ਜਾਮੇ 'ਚ ਮੂਲੇ ਦਾ ਧਾਰ ਹੋਵੇਗਾ। ਹੁਣ ਮੂਲਾ 84 ਲੱਖ ਜੂਨ 'ਚ ਪਿਆ ਹੋਇਆ ਹੈ, ਪਿਆ ਹੋਇਆ ਹੈ। ਜਿਹੜੇ ਭੱਜ ਜਾਂਦੇ ਨੇ ਇਸ ਘਰੋਂ ਗੁਰੂ ਤੋਂ ਬੇਮੁੱਖ ਹੋ ਜਾਂਦੇ ਆ, ਉਹ ਤਾਂ ਜਿਉਂਦੇ ਹੀ 84 'ਚ ਆ, ਮਰਿਆ ਤਾਂ ਪਊਗੀ ਆਤਮਾ ਉਹਦੀ, ਉਹਨੇ ਉਵੇਂ ਹੀ ਕਰਨਾ ਬੰਦੇ ਨੇ। ਅੱਧੀ ਆਤ ਬੰਦਾ ਪਿਛਲੇ ਜਨਮ ਦੀ ਵਰਤਦਾ, ਪਹਿਲੇ ਜਨਮ 'ਚ ਪਛਾਣ ਨਹੀਂ ਕੀਤੀ, ਹੁਣ ਨਹੀਂ ਕੀਤੀ, ਗਾਹ ਨੂੰ ਕਿਹਨੇ ਕੀਤੀ। ਬਾਬਾ ਜੀ ਨੇ ਫਿਰ ਦਸਵੇਂ ਜਾਮੇ 'ਚ ਉਹਦਾ ਧਾਰ ਕੀਤਾ। ਆਪਾਂ ਨੂੰ ਬਹੁਤ ਪੁੰਨਾਂ ਦਾ ਸਮਾਂ ਮਿਲਿਆ, ਇਹ ਜਿਹੜੇ ਬਾਬਾ ਜੀ ਦੀ ਮਿਹਰ ਹੋਈ ਆ, ਇੱਥੇ ਵੱਡੇ ਛਿਨੀਵਾਲ ਦੇ ਵੀ, ਛੋਟੇ ਛਿਨੀਵਾਲ ਦੇ, ਗਹਿਰਾਂ ਦੀ ਸੇਵਾ ਵੀ ਬਹੁਤ ਹੈ ਅਤੇ ਦਮਾਨਿਆਂ ਦੀ ਵੀ ਸੇਵਾ ਬਹੁਤ ਹੈ, ਪਿੰਡਾਂ ਸਾਰਿਆਂ ਦੀ ਰਲ ਕੇ ਸਾਰਿਆਂ ਦੀ। ਇਹ ਕਿਹਦੀ ਮਿਹਰ ਹੈ ਉਹ ਮੈਂ ਦੱਸਣਾ ਨਹੀਂ, ਵਿਚਾਰ ਕਰਨੀ ਚਾਹੁੰਦਾ ਨਹੀਂ। ਬਈ ਸਾਧ ਸੰਗਤ ਲਓ ਜੀ ਆਪਦੇ ਘਰ ਦੀ ਦੱਸਦੇ ਆ, ਪਰ ਇਹਦੇ ਵਿੱਚ ਵੀ ਇੱਕ ਰਾਜ ਹੈ। ਪਹਿਲਾਂ ਵੇਖੋ ਪਿਤਾ ਜੀ ਛੀਨੀ ਵਾਲੇ ਇੱਥੇ ਵਿਆਹੇ ਗਏ, ਸਾਡੇ ਪਿਤਾ ਜੀ ਜਦੋਂ ਵਿਆਹੇ ਗਏ ਅਤੇ ਸ਼ਾਇਦ 41 ਦਾ ਜ਼ਿਕਰ ਹੋਵੇ, ਅਤੇ ਫਿਰ ਪਿਤਾ ਜੀ ਦਾ ਲੈਣ ਆਏ ਨਾ ਮਾਤਾ ਜੀ ਨੂੰ, ਅਤੇ ਪਿਤਾ ਜੀ ਕਹਿਣ ਲੱਗੇ ਬਾਬਾ ਆਨੰਦ ਸਿੰਘ ਮਹਾਰਾਜ ਝੋਲਡੀਆਂ ਆਏ ਹੋਏ ਆ ਅਤੇ ਆਪਾਂ ਦਰਸ਼ਨ ਕਰ ਚੱਲੀਏ।
ਮਾਤਾ ਜੀ ਕਹਿੰਦੇ ਚਲੋ ਦੇਖੋ ਪੂਰਵਲਾ ਜਾਗਦਾ। ਜਦੋਂ ਝੋੜੀ ਗਏ ਤੁਰ ਕੇ ਗਏ ਤੋਂ ਅਤੇ ਬਾਬਾ ਜੀ ਦਾ ਮਾਮਾ ਨਾ ਮਾਤਾ ਜੀ ਦਾ ਪਿਤਾ ਸੀ ਉਦੋਂ ਨਾਲ ਇੱਥੋਂ ਨਿੱਕਾ ਸਿੰਘ ਅਤੇ ਜਦੋਂ ਗਏ ਨਾ ਉੱਥੇ ਅਤੇ ਉੱਥੇ ਥੋੜ੍ਹੀ ਜਿਹੀ ਸੰਗਤ ਬੈਠੀ ਸੀ। ਬਾਬਾ ਜੀ ਕੱਚੇ ਕੋਠੇ ਵਿੱਚ ਸੀ ਅੰਦਰ, ਬਾਬਾ ਆਨੰਦ ਸਿੰਘ ਬ੍ਰਹਮ ਗਿਆਨੀ ਕੱਚੇ ਕੋਠੇ 'ਚ ਬਿਆਲੀਆ ਜਕਰਾ ਜਾਣੀ ਅਤੇ ਇੱਕ ਸੇਵਾਦਾਰ ਨੇ ਆਖਿਆ ਜੀ ਸੰਗਤ ਭੋਤਣਾ ਚਾਹੁੰਦੀ ਹੈ। ਬਾਬਾ ਜੀ ਕਹਿੰਦੇ ਸੰਗਤਾਂ ਨੂੰ ਵਚਨ ਕਰ ਦਿਓ ਵੀ ਅਸੀਂ ਨਾ ਅੰਮ੍ਰਿਤ ਛਕਾਉਣ ਆਏ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਲੜ ਲਾਉਣ ਆਏ ਹਾਂ ਅਤੇ ਅੰਮ੍ਰਿਤ ਵੇਲੇ ਨਾਮ ਜਪਾਉਣ ਆਏ ਹਾਂ। ਜਿਹਨੇ ਸਾਡੇ ਤਿੰਨ ਵਚਨ ਮੰਨਣੇ ਆ ਨਾ ਉਹ ਅੰਦਰ ਆਣ ਕੇ ਭੋਗਤ ਲਓ ਅਤੇ ਦੂਜਿਆਂ ਨੂੰ ਨਹੀਂ ਅਸੀਂ ਭੁਗਤਾਉਣਾ। ਇੰਨੀ ਸਖਤ ਮਰਿਆਦਾ ਸੀ ਬਾਬਾ ਜੀ ਦੀ, ਇੰਨੀ ਸਖਤ, ਦੂਜਿਆਂ ਨੂੰ ਨਹੀਂ ਭੁਗਤਾਉਣਾ। ਬਹੁਤ ਤਿੰਨ ਕੁ ਬੰਦੇ ਉੱਠੇ, ਹੋਰ ਕੋਈ ਉੱਠਿਆ ਨਾ। ਗਿਆਨੀ ਜੀ ਕਹਿਣਗੇ ਪਾਤਸ਼ਾਹ ਜੀ ਸੰਗਤ ਕਹਿੰਦੀ ਸਾਨੂੰ ਭੁਗਤਾਓ ਤਾਂ ਸਹੀ, ਭੁਗਤਾਓ। ਬਾਬਾ ਜੀ ਕਹਿੰਦੇ ਗਿਆਨੀ ਜੀ ਇਹ ਸੰਗਤ ਸੰਗਤ ਕੋਈ ਨਹੀਂ, ਇਹ ਸਭ ਠੱਗ ਲੋਕ ਹੈ। ਇਉਂ ਬੋਲੇ ਬਾਬਾ ਜੀ, ਕਹਿੰਦੇ ਮੈਨੂੰ ਮਨਾਉਣ ਆਇਆ, ਮੇਰੀ ਠੱਗੀ ਮਾਰਨ ਆਏ, ਨਾਮ ਦੀ ਆਪਦੇ ਕੋਲ ਨਹੀਂ ਕੁਛ ਲਾਉਣ ਆਏ। ਜਿਹੜਾ ਕਿਸੇ ਦਾ ਵਚਨ ਨਾ ਮੰਨੇ ਅਤੇ ਆਪ ਨਾ ਵੇ ਠੱਗ। ਗਿਆਨੀ ਜੀ ਨੇ ਫਿਰ ਆਖਿਆ ਪਾਤਸ਼ਾਹ ਸੰਗਤ ਕਹਿੰਦੇ ਸਾਨੂੰ ਭੁਗਤਾਓ। ਬਾਬਾ ਜੀ ਕਹਿੰਦੇ ਸਾਰਿਆਂ ਨੂੰ ਕਹੋ ਅੱਜ ਅੰਮ੍ਰਿਤ ਤਿਆਰ ਕਰਾਂਗੇ ਸ਼ਾਮ ਨੂੰ। ਜਿਹਨੇ ਅੰਮ੍ਰਿਤ ਛਕ ਲਿਆ ਉਹਦੀਆਂ ਸਾਰੀਆਂ ਭਾਵਨਾ ਪੂਰੀਆਂ ਕਰ ਦਿਆਂਗੇ ਅਸੀਂ। ਇਉਂ ਆਖਿਆ। ਸਾਡੇ ਪਿਤਾ ਜੀ ਦਾ ਪਹਿਲਾਂ ਹੀ ਛਕਿਆ ਸੀ, ਕਿ ਉਹ ਵਿਆਹ ਤੋਂ ਪਹਿਲਾਂ ਜਾਂਦੇ ਸੀ ਬਾਬਾ ਜੀ ਕੋਲ। ਮਾਤਾ ਜੀ ਦਾ ਉਦੋਂ ਅਸੀਂ ਨਹੀਂ ਛਕਿਆ ਸੀ। ਪਿਤਾ ਜੀ ਨੇ ਮਾਤਾ ਜੀ ਨੂੰ ਆਖਿਆ, ਮਾਤਾ ਜੀ ਕਹਿੰਦੇ ਚਲੋ ਵੇ ਜੇ ਤੁਹਾਡਾ ਛਕਿਆ ਮੈਂ ਤਾਂ ਛਕਣਾ ਹੀ ਹੈ। ਫਿਰ ਨਾਂ ਲਿਖਾਇਆ ਉੱਥੇ, ਨਾਂ ਲਿਖਾਉਂਦੇ ਲਿਖਾਉਂਦੇ ਸੱਤ ਸੱਤਰ ਬੰਦੇ ਹੋ ਗਏ ਉਹਨਾਂ ਸਮਿਆਂ 'ਚ, ਝੋਡਾਂ ਦੇ ਇਲਾਕੇ ਦੇ ਸੱਤਰ ਬੰਦੇ ਹੋ ਗਏ। ਅਤੇ ਬਾਬਾ ਆਨੰਦ ਸਿੰਘ ਆਪ ਪੰਜ ਪਿਆਰਿਆਂ 'ਚ ਲੱਗੇ, ਚਾਰ ਪਿਆਰੇ ਸੀ ਨਾਲ ਬਾਬਾ ਜੀ ਦੇ। ਅਤੇ ਆ ਫਿਰ ਬਾਬਾ ਜੀ ਨੇ ਕਿਰਪਾਨ ਫੜ ਕੇ ਨਾ ਅਤੇ ਪ੍ਰਚਾਰ ਬਾਬਾ ਜੀ ਨੇ ਕੀਤਾ ਅਤੇ ਪ੍ਰਚਾਰ ਕਰਕੇ ਬਾਬਾ ਜੀ ਕਹਿੰਦੇ ਆਉਣਾ ਆਖਿਓ ਕਿਸੇ ਸੰਤ ਦੇ ਆਖੇ ਰੱਖ ਕੇ ਅੰਮ੍ਰਿਤ ਛਕਿਆ। ਇਹ ਉਹਨੇ ਕਿਹਾ ਵੀ ਕਿ ਸੰਤ ਦਾ ਅੰਮ੍ਰਿਤ ਹੈ, ਇਹ ਗੁਰੂ ਦਾ ਅੰਮ੍ਰਿਤ ਹੈ, ਇਹ ਤੁਸੀਂ ਗੁਰੂ ਦੇ ਆਖੇ ਲੱਗ ਕੇ ਅੰਮ੍ਰਿਤ ਛਕਿਆ। ਬਾਬਾ ਜੀ ਕਹਿੰਦੇ ਤੁਸੀਂ ਐਵੇਂ ਨਾ ਯਾਦ ਕਰੋ ਸਾਨੂੰ, ਲਓ ਜੀ ਬੱਕਰੀ ਨਹੀਂ ਸੂੰਦੀ, ਕੁੱਕੜੀ ਨਹੀਂ ਆਂਡਾ ਦਿੰਦੀ, ਜੇ ਕਿਤੇ ਤੁਹਾਨੂੰ ਪਰਚਾ ਪੈ ਜੇ, ਬਿਪਤਾ ਪੈ ਜੇ, ਤੁਹਾਡੀ ਜਾਨ ਨੱਕ ਵਿੱਚ ਆ ਜੇ, ਉਦੋਂ ਸਾਨੂੰ ਯਾਦ ਕਰਿਓ, ਅਸੀਂ ਪਹੁੰਚਾਂਗੇ। ਬਾਬਾ ਆਨੰਦ ਸਿੰਘ ਕਹਿੰਦੇ ਇਉਂ ਵਚਨ ਕਰਿਆ, ਐਂ ਵਚਨ ਕਰਿਆ। ਫਿਰ ਬਾਬਾ ਜੀ ਨੇ ਆਪਦੇ ਹੱਥ ਨਾਲ ਦੇਖ ਦਿੱਤੀ, ਵਿੱਚ ਮਾਤਾ ਸੀ, ਪਿਤਾ ਜੀ, ਅਤੇ ਫਿਰ ਜਦ ਪ੍ਰਸ਼ਾਦ ਵਰਤਾਇਆ ਨਾ ਭੁਗਤਾਈ ਸੰਗਤ। ਪਿਤਾ ਜੀ ਨੇ ਦੱਸਿਆ ਜੀ ਵਿਆਹ ਹੋਇਆ ਅਤੇ ਛੀਨੀਵਾਲ ਵੱਡੇ ਬਾਬਾ ਆਨੰਦ ਸਿੰਘ ਨੇ ਹਾਜ਼ਰੀ ਲਾਈ ਅਤੇ ਬਾਬਾ ਜੀ ਕਹਿੰਦੇ ਨਾਮ ਜਪੋ, ਬਸ ਨਾਮ ਹੀ ਜਪੋ, ਅਸੀਂ ਬਾਹਰ ਨਹੀਂ ਸੀ ਗੱਲ ਕਰਦੇ। ਅਤੇ ਉਸ ਟਾਈਮ 'ਤੇ ਬਾਬਾ ਜੀ ਕਹਿਣ ਲੱਗੇ ਗਿਆਨੀ ਜੀ ਕਿੰਨੀ ਸੰਗਤ ਹੋ ਗਈ? ਗਿਆਨੀ ਜੀ ਨੇ ਆਖਿਆ ਜੀ 72 ਬੰਦੇ ਆ ਅਤੇ 12 ਬੱਚੇ ਆ। ਉਹ ਬਾਬਾ ਜੀ ਕਹਿੰਦੇ ਸਿੱਧੀ ਵੱਡੀ ਨਹੀਂ ਹੁੰਦੀ ਮਹਾਂਪੁਰਖਾਂ ਕੋਲ, ਇਉਂ ਬੋਲੇ। ਕਹਿਣ ਲੱਗੇ ਜੀ 84। ਬਾਬਾ ਜੀ ਕਹਿੰਦੇ ਲੈ ਅੱਜ ਕੱਟਤੀ ਅਸੀਂ ਜਮਾਂ ਵਾਲੀ ਫਾਂਸੀ, ਇਉਂ ਵਚਨ ਕਰਿਆ, ਵਿੱਚ ਬੇਬੇ ਸੀ, ਅੱਜ ਕੱਟਤੀ ਅਸੀਂ ਜਮਾਂ ਵਾਲੀ ਫਾਂਸੀ। ਅਤੇ ਬਾਬਾ ਜੀ ਕਹਿੰਦੇ ਐਵੇਂ ਨੇ ਕਿ ਸਾਧ ਨੇ ਟਪਲਾ ਮਾਰਿਆ, ਕਿਤੇ ਜਮਾ ਕੇ ਵੇਖ ਲਿਓ ਸਾਨੂੰ, ਇਹ ਹੈ ਕਮਾਈ। ਚਲੋ ਘਰੋਂ ਘਰੀ ਚਲੇ ਗਏ, 43 'ਚ ਸੰਗਤ ਕਰਦੇ ਰਹੇ, 43 'ਚ ਹਜ਼ੂਰ ਜੋਤੀ ਜੋ ਸਮਾ ਗਏ। ਨਾਨਕ ਸਰ ਆਉਂਦੇ ਸੀ ਪਰ ਜੀ ਨਹੀਂ ਸੀ ਲੱਗਦਾ, ਜੀ ਨਹੀਂ ਸੀ ਲੱਗਦਾ। ਫਿਰ 44 'ਚ ਬਾਬਾ ਜੀ ਚਲੇ ਗਏ ਦੇਹਰਾਦੂਨ, ਬਾਬਾ ਜੀ ਸਿਰਸੋਂ ਮਹਾਰਾਜ। ਫਿਰ ਪਾਰਟੀਆਂ ਜੀਆਂ ਐਂ ਜਿਹਾ ਹੋ ਗਿਆ, ਅੰਮ੍ਰਿਤਸਰ 'ਚ ਜਾਂਦੇ ਰਹੇ, 12 ਦਿਨ 'ਚ ਮੱਥਾ ਟੇਕਦੇ ਰਹੇ, ਮੁੜਦੇ ਰਹੇ। ਫਿਰ ਥੋੜ੍ਹਾ ਥੋੜ੍ਹਾ ਪਤਾ ਲੱਗਾ ਝੋਲਡੀ,
ਝੋੜੀਆਂ ਹੁੰਦੇ ਰਹੇ, ਬਾਬਾ ਜੀ ਦਾ ਗੁਪਤ ਪਾਠ ਰੱਖਿਆ, ਬਾਬਾ ਜੀ ਸਰਸੋਂ ਆ ਗਏ ਆ, ਥੋੜ੍ਹਾ ਥੋੜ੍ਹਾ ਆਉਂਦੇ ਰਹੇ, ਬਾਹਲਾ ਨਹੀਂ। ਅਤੇ ਬਾਬਾ ਜੀ ਬਰਾਗ ਵਿੱਚ ਰਹਿੰਦੇ ਸੀ, ਬਾਬਾ ਜੀ ਸਰਸੋਂ ਮਹਾਰਾਜ। ਅਤੇ ਉਹ ਟਾਈਮ 'ਤੇ ਫਿਰ ਹੱਲਾ ਪੈ ਗਿਆ 47 'ਚ, ਜਦੋਂ ਹੱਲਾ ਪਿਆ ਨਾ ਠੂਰ ਪਿੰਡ 'ਤੇ ਇੱਧਰ ਇਲਾਕਾ ਜ਼ਿਆਦਾ ਵੱਢਿਆ ਗਿਆ, ਮੁਸਲਮਾਨ ਬਹੁਤ ਸੀ ਇੱਥੇ ਬੈਠੇ ਸਾਰੇ। ਬਾਬਾ ਸਾਡਾ ਸਾਡੇ ਪਿਤਾ ਨੂੰ ਕਹਿੰਦਾ ਪਤਾ ਲਿਆਓ ਜਾ ਕੇ, ਇਹਨਾਂ ਦੇ ਅੰਮ੍ਰਿਤ ਛਕੇ ਗਾਤਰੇ ਉੱਤੋਂ ਦੀ ਅਤੇ ਕਿਰਪਾਨਾਂ ਹੱਥ 'ਚ ਅਤੇ ਸਾਈਕਲਾਂ 'ਤੇ ਚੜ੍ਹ ਗਏ 7 ਬੰਦੇ, 5 ਪਿੰਡ ਦੇ ਪਿਤਾ ਜੀ ਦੇ ਨਾਲ, ਵੀ ਚਲੋ ਚੱਲਦੇ ਹਾਂ। ਜਦੋਂ ਠੂਰ ਕੋਲ ਆਏ ਨਾ ਤਾਂ ਠੂਰ ਮੁਸਲਮਾਨਾਂ ਦੇ ਘਰਾਂ ਨੂੰ ਅੱਗ ਲਾਈ ਸੀ, ਲੋਥਾਂ ਬਹੁਤ ਪਈਆਂ ਸੀ ਅਤੇ ਅੱਗ ਲੱਗੀ ਵੀ ਸੀ। ਅਤੇ ਪਿਤਾ ਜੀ ਕਹਿਣ ਲੱਗੇ ਨਾ ਵੀ ਬਾਬਾ ਨਾਨਕ ਸਿੰਘ ਕਹਿੰਦੇ ਅੰਮ੍ਰਿਤਧਾਰੀ ਨੂੰ ਪਰਉਪਕਾਰ ਕਰਨਾ ਚਾਹੀਦਾ, ਜਿਹੜੇ ਮੁਸਲਮਾਨਾਂ ਦੇ ਘਰਾਂ 'ਚ ਪਸ਼ੂ ਖੜੇ ਨਾ ਮੱਛੀ ਜਾਂਦੇ ਵਿੱਚ ਅਤੇ ਰੰਬੀ ਜਾਂਦੇ ਆ, ਅਤੇ ਆਪਾਂ ਨਾ ਰੱਸੇ ਵੱਢ ਦਈਏ। ਇਹ ਜਿਉਂ ਕਿਰਪਾਨਾਂ ਨਾਲ ਰੱਸੇ ਵੱਢਣ ਲੱਗੇ ਨਾ ਠੂਰ ਪਿੰਡ 'ਚ, ਅਤੇ ਦਿਨ ਢਲਦੇ ਹੀ ਰੱਸੇ ਵੱਢੀ ਗਏ, ਪਸ਼ੂ ਬਾਦ ਹੋਈ ਗਏ, ਪਰਉਪਕਾਰ ਕਰਨਾ ਚਾਹੀਦਾ। ਅਤੇ ਆ ਗਈ ਮੁਸਲਮਾਨਾਂ ਦੀ ਮਿਲਟਰੀ, ਫੜ ਲਿਆ ਸਾਡੇ ਪਿਤਾ ਹੁਣਾਂ ਨੂੰ ਅਤੇ ਹੱਥ ਖੜੀਆਂ ਬਾਹਾਂ ਬੰਨ੍ਹੀਆਂ ਮਗਰੋਂ। ਇਹਨਾਂ ਨੇ ਬਹੁਤ ਕਿਹਾ ਸੀ 10ਵੇਂ ਪਾਤਸ਼ਾਹ ਦੇ ਸਿੱਖਾਂ ਵੀ ਛੱਡ ਦਿਓ, ਉਹ ਕਹਿੰਦੇ ਨਹੀਂ ਤੁਸੀਂ ਲੁਟੇਰੇ ਆ। ਉਹ ਤਾਂ ਇੱਥੇ ਆ ਇੱਧਰ, ਹੁਣ ਤਾਂ ਉਹ ਕਰਤਾ ਸੁਪੱਧਰ ਹੈ, ਹਜੇ ਵੀ ਹੈ। ਉੱਥੇ ਕੈਂਪ ਸੀ ਫਿਰ ਫੌਜੀਆਂ ਦਾ, ਮੁਸਲਮਾਨਾਂ ਦਾ, ਉੱਥੇ 15 ਸਿੱਖ ਮਾਰੇ ਪਏ ਸੀ ਦਾੜੀ ਵਾਲੇ, ਅਤੇ ਲੈਣ 'ਚ ਲਾ ਲਿਆ ਸਾਡੇ ਪਿਤਾ ਹੁਣਾਂ ਨੂੰ ਲੈਣ ਦੇ ਵਿੱਚ, ਅਤੇ ਕੁੜਤੇ ਪਜਾਮੇ ਲੁਹਾ ਤੇ, ਅਤੇ ਇਕੱਲੇ ਕਸ਼ਹਿਰੇ ਸੀ, ਅਤੇ ਲੁਹਾ ਕੇ ਅਤੇ ਲੈਣ 'ਚ ਲਾ ਲਿਆ ਸਾਡੇ ਪਿਤਾ ਜੀ ਨੂੰ। ਆ ਗੁਰੂ ਮਹਾਰਾਜ ਬੈਠੇ ਸੀ, ਜੇ ਝੂਠ ਹੋਵੇ ਤਾਂ। ਅਤੇ ਲੈਣ 'ਚ ਲਾ ਗਏ ਨਾ ਤਾਂ ਰਫਲ ਹੁੰਦੀ ਸੀ ਬਾਲੀ ਤੋੜੇ ਵਾਲੀ, ਉਹ ਖੜੀ ਕਰਕੇ ਭਰਨੀ ਭਰਨੀ ਪੈਂਦੀ ਸੀ, ਉਹ ਹੁੰਦੀਆਂ ਸੀ ਰਫਲਾਂ ਉਦੋਂ ਬਰੂਦ। ਅਤੇ ਉਹਦਾ ਸਹਿਸ ਬਹੁਤ ਜ਼ਿਆਦਾ ਮਾਰ ਹੁੰਦੀ ਸੀ, ਉਹਦੀ ਤੋਪ ਵਰਗੀ ਹੁੰਦੀ ਸੀ। ਅਤੇ ਜਦੋਂ ਨਾ ਪੈਂਤਰਾ ਕੱਢ ਲਿਆ ਫੌਜੀ ਮੁਸਲਮਾਨ ਨੇ, ਅਤੇ ਘੋੜਾ ਨੱਪਣ ਲੱਗਾ ਨਾ ਸਾਡੇ ਪਿਤਾ ਜੀ 'ਤੇ, ਸਾਰਿਆਂ 'ਤੇ ਹੀ ਜਾਣੀ, ਹੋਰ ਵੀ ਸੀ 15-20 ਜਾਣੇ। ਅਤੇ ਪਿਤਾ ਜੀ ਦਾ ਫੁਰਨਾ ਬਣਿਆ, ਬਾਬਾ ਆਨੰਦ ਸਿੰਘ ਮਹਾਰਾਜ ਤੁਸੀਂ ਕਹਿੰਦੇ ਅੰਮ੍ਰਿਤ ਛਕ ਲਿਓ, ਤੁਹਾਡੇ ਕਹਿਣ ਨਾਲ ਅੰਮ੍ਰਿਤ ਛਕ ਲਿਆ, ਨਿਤਨੇਮ ਵੀ ਕਰਦੇ ਹਾਂ, ਤੁਹਾਡੇ ਦਰ 'ਤੇ ਵੀ ਆਉਂਦੇ ਹਾਂ, ਕੜਾਹ ਪ੍ਰਸ਼ਾਦ ਵੀ ਕਰਾਉਂਦੇ ਹਾਂ, ਨਿਤਨੇਮ ਕਰੀਦਾ, ਦਸਵੰਧ ਵੀ ਕਰੀਦਾ, ਧਰਮ ਦੀ ਕਿਰਤ ਵੀ ਕਰੀਦੀ ਹੈ, ਜੇ ਤੁਸੀਂ ਪੂਰੇ ਆ ਨਾ ਹੁਣ ਪਹੁੰਚੋ ਤਾਂ ਤੁਸੀਂ ਵਚਨ ਕਰਿਆ ਸੀ ਐਵੇਂ ਯਾਦ ਨਾ ਕਰਿਓ, ਪਿੱਛੇ ਯਾਦ ਕੀਤਾ ਨਹੀਂ, ਗਾਂਹ ਨੂੰ ਕਰਦੇ ਨਹੀਂ, ਪਰ ਜੇ ਪੂਰੇ ਆ ਤਾਂ ਹੁਣ ਪਹੁੰਚੋ, ਇੰਨਾ ਵਚਨ ਕਰਿਆ। ਅਤੇ ਦੂਸਰੇ ਪਾਸੇ ਹਿੰਦੂਆਂ ਦੀ ਮਿਲਟਰੀ ਆ ਗਈ ਖਾਲਸਾ ਜੀਵ ਦੇ ਵਿੱਚ, ਉਹਨਾਂ ਨੇ ਕਾਟ ਕਾਟ ਫਾਇਰ ਕਰਤੇ ਮੁਸਲਮਾਨਾਂ ਦੀ ਫੌਜ 'ਤੇ, ਜਿਹੜੀ ਪਿਤਾ ਜੀ ਉਹਨਾਂ ਦੇ ਛਾਤੀ 'ਚ ਗੋਲੀ ਲੱਗਣੀ ਸੀ ਨਾ, ਉਹਨਾਂ ਨੇ ਉਹ ਨਾਲੀ ਬਦਲ ਕੇ ਅਤੇ ਸਿੱਖਾਂ ਦੀ ਮਿਲਟਰੀ ਅਤੇ ਹਿੰਦੂਆਂ ਦੀ ਮਿਲਟਰੀ 'ਤੇ ਫਾਇਰ ਕਰਤੇ ਅਤੇ ਆਪਾਂ ਵਿੱਚ ਹੀ ਲੜਨ ਲੱਗ ਗਏ। ਉਹ ਕਹਿੰਦੇ ਤੁਮ ਮੁਸਲਮਾਨ ਮਾਰਤੇ ਹੋ, ਤੁਮ ਸਿੱਖ ਮਾਰਤੇ ਹੋ, ਤੁਮ ਹਿੰਦੂ ਮਾਰਤੇ, ਐਂ ਕਰਨ ਲੱਗ ਗਏ। ਇਹਨਾਂ ਦੇ ਕੰਬੇ ਜਾਣ ਪਾਲਾ ਲੱਗੀ ਜਾਵੇ ਅਤੇ ਕਛਹਿਰੇ ਹੱਥ 'ਚ ਇਹਨਾਂ ਦੇ ਸਿਰ 'ਤੇ ਸਾਹ ਸਾਹ ਦਬਾ ਦਬ ਭੱਜੇ ਲੀੜੇ ਲੈ ਕੇ, ਬਸ ਉੱਥੋਂ ਨਿਕਲ ਤਰੇ। ਉਦੋਂ ਦਵਾ ਦਾ ਪਿੰਡਾਂ ਨੂੰ ਗਏ, ਖੇਤਾਂ ਖੂਤਾਂ ਵਿੱਚ ਦੀ ਜਾ ਕੇ ਨੀਂਦ ਨਾ ਆਈ ਵੀ ਮਰ ਗਏ ਸੀ ਬਸ। ਅਤੇ ਰਾਤ ਨੂੰ ਬਾਬਾ ਨਾਨਕ ਸਿੰਘ ਦਰਸ਼ਨ ਕੀਤੇ, ਬਾਬਾ ਜੀ ਕਹਿੰਦੇ ਕਿਉਂ? ਬਾਬਾ ਜੀ ਕਹਿੰਦੇ ਮਹਾਂਪੁਰਖ ਮਰਦੇ ਨਹੀਂ ਹੁੰਦੇ, ਅਸੀਂ ਤੁਹਾਡੇ ਵਿਚੋਲੇ ਹਾਂ, ਇਉਂ ਵਚਨ ਕਰਿਆ। ਅਤੇ ਸਾਧ ਸੰਗਤ ਸਵੇਰੋ ਦੇਗ ਬਣਾਈ ਅਤੇ ਬੇਬੇ ਸਾਰੀ ਰਾਤ ਰੋਂਦੀ ਨਹੀਂ, ਬੇਬੇ ਦੱਸਦੀ ਸੀ ਮੈਂ ਆਖਿਆ ਸੀ ਵੀ ਲੈ ਇਹਨਾਂ ਨੇ ਮਰ ਜਾਣਾ ਸੀ ਅਤੇ ਮੈਂ ਰੁੜ ਕੇ ਮਰ ਜਾਣਾ ਸੀ। ਅਤੇ ਦੇਗ ਬਣਾਈ ਅਤੇ ਝੋਲਣੀ ਆਏ ਬਾਬਾ ਜੀ ਸਰਸੋਂ ਕੋਲ, ਜਦੋਂ ਝੋਲਣੀ ਆਈ ਤਾਂ ਬਾਬਾ ਜੀ ਕਾਨਾਂ ਦੀ ਸਫ 'ਤੇ ਬੈਠੇ ਸੀ, ਖੱਦਰ ਦਾ ਦੁਪੱਟਾ ਬੰਨਿਆ ਸੀ ਅਤੇ ਨੇਤਰਾਂ 'ਚ ਜਲ ਸੀ ਵੱਡੇ ਬਾਬਿਆਂ ਦੇ ਬਰਾਗ ਦਾ, ਅਤੇ ਕੱਚਾ ਬਗਲ ਕੀਤਾ ਸੀ ਅੰਦਰ, ਸੰਪਟ ਪਾਠ ਰੱਖਿਆ ਸੀ ਬਾਬਿਆਂ ਦਾ। ਜਦੋਂ ਦੇਗ ਦੀ ਬਾਲਟੀ ਰੱਖੀ ਨਾ, ਬੇਬੇ ਨਾਲ ਸੀ, ਹੋਰ ਸੀ ਕਈ ਪ੍ਰੇਮੀ ਨਾਲ, ਜਿਹੜੇ ਬੱਚੇ ਸਾਰੇ ਹੀ ਸੀ ਨਾਲ, ਅਤੇ ਬਾਬਾ ਜੀ ਥੋੜ੍ਹਾ ਜਿਹਾ ਝਾਕ ਕੇ ਨੀਵੀਂ ਪਾ ਲਈ
ਕਹਿਣ ਲੱਗੇ ਜੀ ਬਦਲੀ ਤੋਂ ਆਏ ਹਾਂ ਆਪਦੇ ਨਾਨਕਿਆਂ ਤੋਂ। ਬਾਬਾ ਜੀ ਕਹਿੰਦੇ ਕਰ ਲਿਆ ਮੈਂ ਧਿਆਨ ਬਾਪੂ ਦਾ। ਇਹ ਬਾਬਾ ਨਾ ਬਾਬਾ ਜੀ 600 ਬੋਲੇ ਪਹਿਲੀ ਵੀਰ। ਕਹਿੰਦੇ ਕਿਉਂ? ਬਾਬਾ ਨਾਨਕ ਸਾਹਿਬ ਨੂੰ ਬਾਪੂ ਕਹਿੰਦੇ ਸੀ, ਨਾਲੇ ਬਾਬਾ ਜੀ ਮਿਸਤਰੀ ਸੀ ਅਤੇ ਜ਼ਿਮੀਦਾਰ ਸੀ, ਪਰ ਜਿਹੜਾ ਪ੍ਰੇਮ ਦਾ ਰਿਸ਼ਤਾ ਨਾ ਇਹ ਪਿਓ ਪੁੱਤ ਦਾ ਹੀ ਬਣ ਜਾਂਦਾ, ਪਿਓ ਪੁੱਤ ਦਾ। ਬਾਬਾ ਜੀ ਕਹਿੰਦੇ ਕਰ ਲਿਆ ਬਾਪੂ ਦਾ ਵੀ ਧਿਆਨ। ਇਹ ਰੋਣ ਲੱਗ ਗਏ ਸਾਰੇ, ਜੀ ਕਰ ਲਿਆ। ਬਾਬਾ ਜੀ ਕਹਿੰਦੇ ਬਾਪੂ ਜੀ ਆਪਣੇ ਇੱਥੇ ਹੀ ਆਏ ਵੇ ਹਨ, ਬਾਬਾ ਜੀ ਇੱਥੇ ਹੀ ਆ, ਇੱਥੇ ਹੀ ਆ, ਬਾਬਾ ਜੀ ਜਾਣ ਵਾਲੇ ਨੇ, ਥੋੜ੍ਹਾ ਸਵਰਨ ਦਾ ਫਿਕਰ ਨਾ ਕਰੋ, ਬਾਬਾ ਜੀ ਨੇ ਪ੍ਰਗਟ ਹੋ ਜਾਣਾ। ਬਸ ਫਿਰ ਵਿਖ ਗਏ ਉਸ ਦਿਨ ਤੋਂ 42 ਤੋਂ ਲਾ ਕੇ 47 ਤੋਂ। ਫਿਰ ਬੇਬੇ ਨੇ ਇੰਨਾ ਪਾਠ ਕੀਤਾ ਵੀ ਮਰ ਗਏ ਸੀ ਬਸ। ਉਹ ਜਿਹੜੇ ਦੁੱਖ ਨਾ ਦਾਰੂ ਬਣ ਗਿਆ ਖਾਲਸਾ ਜੀ, ਰਿਸ਼ਤੇਦਾਰ ਸਾਰੇ ਛੱਡਤੇ, ਵਿਆਹ ਸ਼ਾਦੀ ਇੱਥੇ ਬੈਠੇ ਆ, ਨਹੀਂ ਬਾਹਲਾ ਗਏ, ਬਾ 2 ਮਿੰਟ ਸਭ ਕੰਮ ਛੱਡਤੇ, ਸਿਮਰ 'ਤੇ ਜ਼ੋਰ ਲਾਤਾ ਬੇਬੇ ਜੀ ਨੇ, ਪਿਤਾ ਜੀ ਨੇ। ਉਹ ਸਿਮਰ ਦੀ ਪਾਵਰ ਦੇ ਨਾਲ ਆਹ ਵੇਖੋ ਬੇਬੇ ਬੈਠੀ ਤੁਹਾਡੇ ਵਿੱਚ ਹੁਣ, ਬਾਬਾ ਆਨੰਦ ਸਿੰਘ ਮਾਰੀ ਕਿਰਪਾ। ਇਹ ਕਿਰਪਾ ਦਾ ਸਾਧਨ ਆ ਹੁਣ ਆਪਣੇ ਕੋਲ, ਬਚਨ ਤੁਹਾਡੇ ਕੰਮ ਆਉਣ ਵਾਲਾ ਹੈ, ਅਮਰ ਵਚਨ ਆ ਸਾਧੂਆਂ ਦਾ, ਬੜੇ ਭਾਗਾਂ ਦਾ ਸਮਾਂ ਬਣਿਆ ਆਪਾਂ ਨੂੰ। ਉਹ ਮਾਤਾ ਨੇ ਉਹ ਅੰਬਰ ਛਕਿਆ, ਉਹ ਕਮਾਈ ਕੀਤੀ, ਉਹ ਗੇਟ ਬਣਿਆ ਮਾਤਾ ਜੀ ਦਾ। ਸਾਡੀ ਇੱਛਾ ਨਹੀਂ ਸੀ ਬੇਬੇ ਦਾ ਫੋਟੋ ਲਾਈਏ, ਪਰ ਬਾਬਾ ਜੀ ਨੇ ਤਾਂ ਚੀਨੀਆਲ ਦੇ ਵੱਡੇ ਦੇ ਛੋਟੇ ਦੇ ਦਮਾਨਿਆਂ ਦੇ ਕਹਿਣ ਲੱਗੇ ਜੀ ਬੇਬੇ ਦੇ, ਅਸੀਂ ਉੱਥੇ ਜਾ ਕੇ ਦਰਸ਼ਨ ਕਰਦੇ ਸੀਗੇ ਪਹਿਲਾਂ ਜਦੋਂ ਬੇਬੇ ਹਾਜ਼ਰ ਬੈਠੀ ਮੰਜੇ 'ਤੇ। ਕਹਿੰਦੇ ਹੁਣ ਇੱਥੇ ਹੀ ਦਰਸ਼ਨ ਕਰ ਲਿਆ ਕਰਾਂਗੇ ਅਤੇ ਤੁਸੀਂ ਗੇਟ ਜ਼ਰੂਰ ਲਾ, ਗੇਟ ਦੇ 'ਤੇ ਜ਼ਰੂਰ ਬੇਬੇ ਦੇ ਸਰੂਪ ਲਾਓ, ਫੋਟੋ ਲਾਓ। ਹੁਣ ਛੋਟੇ ਚੀਨੀਆਲ ਦੇ ਨਾਨਕਿਆਂ ਦੇ ਆ, ਉਹ ਮਾਈਆਂ ਝਾੜੂ ਮਾਰ ਕੇ ਨਾਲੇ ਦਰਸ਼ਨ ਕਰਕੇ ਜਾਂਦੀਆਂ, ਅਤੇ ਇਹ ਇਹ ਪੁੰਨ ਹੋਰ ਬਣੀ ਜਾਂਦੇ ਆ। ਇਹ ਸਾਰਾ ਪੁੰਨਾਂ ਦਾ ਸਾਧਨ ਹੈ, ਪੁੰਨ ਬਣਾਇਆ ਬਣਦੇ ਆ, ਘਰ ਬੈਠੇ ਤਾਂ ਰੋਟੀ ਵੀ ਨਹੀਂ ਮਿਲਦੀ। ਅੱਜ ਆਪਾਂ ਨੂੰ ਸਮਾਂ ਮਿਲਿਆ, ਬੜੇ ਭਾਗਾਂ ਵਾਲੇ ਆ, ਤੁਹਾਡੇ ਕੰਮ ਆਉਣ ਵਾਲੇ ਵਚਨ ਨੇ। ਸੋ ਐਂ ਗੰਢ ਦੇਵ ਮੋਹ ਲਾਲਣ ਸੋ ਪ੍ਰੀਤ ਬਣੀ, ਤੋੜੀ ਨਾ ਥੁੱਟੈ ਐਸੀ ਮਾਧੋ ਖਿੱਚ ਕੇ। ਗੁਰੂ ਦੇ ਚਰਨਾਂ ਦਾ ਹੁਣ ਟਾਈਮ ਹੈ, ਜਿਹੜੇ ਆ ਭੱਜ ਜਾਂਦੇ ਆ ਜਾਂ ਬੇਮੁੱਖ ਹੋ ਜਾਂਦੇ ਆ, ਇਹਨਾਂ ਨੂੰ ਕੋਈ ਹੋਰ ਥਾਂ ਨਹੀਂ ਹੈ, ਥਾਂ ਤਾਂ ਇਹੀ ਦਰ ਆ, ਦੂਜਾ ਤਾਂ ਕੋਈ ਦਰ ਹੀ ਨਹੀਂ। ਦਰ ਉਹਨੂੰ ਕਹਿੰਦੇ ਆ ਸਾਰੇ ਦਰਾਂ ਤੋਂ ਹਾਰ ਕੇ ਤੇਰੇ ਦਰ 'ਤੇ ਆਇਆ। ਦਰ ਹੁੰਦਾ ਗੇਟ, ਵੀ ਗੁਰੂ ਨਾਨਕ ਦੇ ਦਰ ਵਰਗਾ ਕੋਈ ਦੁਨੀਆ 'ਤੇ ਦਰ ਨਹੀਂ ਹੈ। ਵੱਡਾ ਤੇਰਾ ਦਰ ਵਾਰ, ਤੇਰਾ ਵਾਰ ਆ ਜਿੱਥੋਂ ਲੰਘਣਾ ਨਾ ਆਪਾਂ ਸਾਰਿਆਂ ਨੇ। ਉਹ ਇੱਕੋ ਬਾਬੇ ਨਾਨਕ ਦਾ ਮੁਕਤੀ ਦਾ ਦਰ, ਇਹ ਮੁਕਤੀ ਦਾ ਦਰਬਾਰ ਹੈ ਬਾਬਾ ਜੀ ਦਾ। ਕੋਈ ਦੁੱਧ ਦੇ ਦੂ, ਕੋਈ ਦਹੀਂ ਦੇ ਦੂ, ਕੋਈ ਲੱਸੀ ਦੇ ਦੂ, ਪਰ ਬਾਬਾ ਜੀ ਗੁਰੂ ਨਾਨਕ ਦਾ ਘਰ ਆ, ਮੁਕਤੀ ਦਾ ਦਰ ਹੈ। ਕਿੱਡਾ ਵੱਡਾ ਦਰਬਾਰ ਹੈ ਪਾਤਸ਼ਾਹ ਦਾ, ਵੀ ਅੰਤਿਮ ਮਸਾਲਾ ਹਨ। ਹੈਰਾਨ ਵਾਲੀ ਗੱਲ ਹੈ ਵੀ ਦਾਸ ਇੱਟਾਂ ਦਾ ਕੰਮ ਕਰਦੇ, ਇੱਥੇ ਮਾਮੇ ਦੇ ਮੁੰਡੇ ਬੈਠੇ ਸਾਡੇ ਹੁਣ, ਜਿਹੜੇ ਸਾਡੇ ਨਾਲ ਰਹੇ ਆ ਬਹੁਤ ਮਿਹਰ, ਅਤੇ ਵੇਖੋ ਇੱਟਾਂ ਦਾ ਕੰਮ ਕਰਦੇ ਸੀ, ਕੌਣ ਜਾਣੇ ਇਸ ਗੱਲ ਨੂੰ। ਬਾਬਾ ਆਨੰਦ ਸਿੰਘ ਮਾਰ ਨੂੰ ਕਿਸੇ ਨੇ ਆਖਿਆ, ਪਾਤਸ਼ਾਹ ਜੀ ਉਮਰ ਵਡੇਰੀ ਹੋ ਗਈ, ਗੱਦੀ ਕਿਹਨੂੰ ਦਿਓਗੇ? ਬਾਬਾ ਜੀ ਕਹਿੰਦੇ ਜਸਵੰਤ ਸੀ ਉਹਦਾ ਨਾਂ, ਜਸਵੰਤ ਜਿੱਦਾਂ ਗੱਦੀ ਅਸੀਂ ਲਈ ਇੱਥੋਂ ਕੋਲੇ ਸੀਗਾ ਜੀ। ਨਹੀਂ ਬਾਬਾ ਜੀ ਕਹਿੰਦੇ ਨਾ ਗੱਦੀ ਲਈ ਆ ਨਾ ਦੇਣੀ ਹੈ, ਆਹ ਮੇਰਾ ਯਾਰ ਹੈ ਗੁਰੂ ਨਾਨਕ। ਬਸ ਯਾਰ ਨਾਲ ਯਾਰੀ ਨਿਭ ਗਈ, ਗੁਰੂ ਗ੍ਰੰਥ ਸਾਹਿਬ ਨਾਲ ਯਾਰੀ ਨਿਭ ਗਈ, ਇਉਂ ਆਖਿਆ ਬਾਬਾ ਆਨੰਦ ਸਿੰਘ ਮਹਾਰਾਜ। ਕਹਿੰਦੇ ਜੀ ਫਿਰ ਤੁਹਾਡਾ ਡੇਰਾ ਸਮਾਪਤ ਹੋ ਜੂ ਮਗਰੋਂ, ਡੇਰਾ ਸਮਾਪਤ ਹੋ ਜੂ। ਬਾਬਾ ਜੀ ਬੜੀ ਗੰਭੀਰਤਾ ਨਾਲ ਬੋਲੇ, ਬਾਬਾ ਜੀ ਕਹਿੰਦੇ ਜਸਵੰਤ ਰਾਵਣ ਦਾ ਡੇਰਾ, ਬਾਬਾ ਜੀ ਕਹਿੰਦੇ ਰਾਵਣ ਦਾ ਦੀਵਾ ਗੁੱਲ ਹੋ ਗਿਆ ਸੀਗਾ, ਜਸਵੰਤ ਆਪਣਾ ਦੀਵਾ ਰਹਿੰਦੀ ਦੁਨੀਆ 'ਤੇ ਹੀ ਜਗਦਾ ਰਹੇਗਾ। ਵੇਖੋ ਰਾਵਣ ਦਾ ਦੀਵਾ ਸੀ ਹੰਕਾਰ ਦਾ,
ਤੇ ਆਪਣਾ ਦੀਵਾ ਹੈ ਭਗਤੀ ਦਾ। ਆਪਣਾ ਦੀਵਾ ਰਹਿੰਦੀ ਦੁਨੀਆ ਤਾਂ ਹੀ ਜਗਦਾ ਰਹੇਗਾ। ਜਸਵੰਤ ਤੋਂ ਵਕੀਲ ਸੀਗਾ, ਉਹ ਕਹਿੰਦਾ ਪਾਤਸ਼ਾਹ ਜੀ ਦੀਵਾ ਤੇਲ ਨਾਲ ਜਗਦਾ, ਤੇਲ ਮੱਛਦਾ ਤਾਂ ਦੀਵਾ ਜਗਦਾ, ਜੇ ਤੇਲ ਮੱਛ ਗਿਆ ਤਾਂ ਦੀਵਾ ਕਿਵੇਂ ਜਗੂ ਰਹਿੰਦੀ ਦੁਨੀਆ ਤਾਂ ਹੀ। ਜਦ ਤੇਲ ਪਾਉਣ ਵਾਲਾ ਮਗਰ ਹੋਵੇ। ਬਾਬਾ ਜੀ ਕਹਿੰਦੇ ਜਸਵੰਤ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਉਸ ਦੀ ਕੀਤੀ ਜਿਹਦੇ ਵਿੱਚ 10 ਗੁਰੂ ਬੈਠੇ ਚੌਂਕੜੀ ਮਾਰ ਕੇ, ਜਿਹਨੇ ਸਾਡੇ ਵਾਂਗੂ ਮਗਰੋਂ ਸਾਥੋਂ ਪ੍ਰਗਟ ਗੁਰਾਂ ਦੀ ਦੇਹ ਨੂੰ ਮੰਨਿਆ ਅਤੇ ਸੰਗਤਾਂ ਨੂੰ ਮਨਾਇਆ, ਆਪ ਅੰਬਰ ਛਕਿਆ ਸੰਗਤਾਂ ਨੂੰ ਛਕਾਇਆ, ਆਪ ਨਾਮ ਜਪਿਆ ਅਤੇ ਸੰਗਤਾਂ ਨੂੰ ਨਾਮ ਜਪਣ ਲਾਇਆ। ਬਾਬਾ ਜੀ ਕਹਿੰਦੇ ਸਾਥੋਂ ਬਾਅਦ ਇਹ ਗੁਰੂ ਗ੍ਰੰਥ ਸਾਹਿਬ ਸੰਗਤਾਂ ਵਿੱਚ ਆਪੇ ਹੀ ਪ੍ਰਗਟ ਕਰ ਦਿਆ ਕਰਨਗੇ। ਨਾ ਸੋਟਿਆਂ ਦੀ ਲੋੜ ਹੈ, ਨਾ ਨੋਟਾਂ ਦੀ ਲੋੜ ਹੈ, ਨਾ ਸਰਕਾਰ ਦੀ ਲੋੜ ਹੈ, ਨਾ ਦਿੱਲੀ ਸਰਕਾਰ ਦੀਆਂ ਵੋਟਾਂ ਦੀ ਲੋੜ ਹੈ, ਆਪੇ ਹੀ ਪ੍ਰਗਟ ਕਰ ਦੇਣਗੇ। ਗੁਰੂ ਅੰਗਦ ਸਾਹਿਬ ਕੋਈ ਮੈਦ ਨਹੀਂ ਸੀ ਕਿ ਬਾਬਾ ਬੁੱਢਾ ਜੀ ਸਭ ਤੋਂ ਪਹਿਲਾਂ ਦੇ ਸੀ, ਭਾਈ ਪੈੜਾ ਅਤੇ ਭਾਈ ਮੋਖਾ ਪੁਰਾਣੇ ਸੀ, ਅਤੇ ਬਾਬਾ ਲਹਿਣਾ ਜੀ ਦਾ ਕੋਈ ਪਤਾ ਹੀ ਨਹੀਂ ਸੀ, ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਦਾ ਕੋਈ ਪਤਾ ਨਹੀਂ ਸੀ ਵੀ ਗਾਗਲ ਢੋਈ, ਜਾਣੀ ਗੱਦੀ ਉਵੇਂ ਤੁਰੀ ਆਉਂਦੀ ਹੈ, ਬਾਂਹ ਫੜ ਕੇ ਉਹ ਆਪ ਦੇ ਦਿੰਦਾ, ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵਾ ਅਤੇ ਸਿੱਧੇ, ਇਹ ਉਹਨੂੰ ਪਾਉਂਦਾ ਹੈ ਮਾਲਕ ਨੂੰ। ਵੇਖੋ ਕਿੰਨੀ ਕਮਾਈ ਹੈ ਬਾਬਾ ਆਨੰਦ ਸਿੰਘ ਦੀ। ਬਾਬਾ ਜੀ ਕਹਿੰਦੇ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕਹਿੰਦੇ ਮੰਨਿਆ, ਸੰਗਤਾਂ ਵਿੱਚ ਮਨਾਇਆ, ਆਪ ਅੰਮ੍ਰਿਤ ਛਕਿਆ ਸੰਗਤਾਂ ਨੂੰ ਛਕਾਇਆ, ਆਪ ਅੰਮ੍ਰਿਤ ਵੇਲੇ ਉੱਠਿਆ ਅਤੇ ਸੰਗਤਾਂ ਨੂੰ ਉਠਾਇਆ, ਇਹ ਗੁਰੂ ਗ੍ਰੰਥ ਸਾਹਿਬ 'ਚ ਇੰਨੀ ਪਾਵਰ ਹੈ, ਸਾਥੋਂ ਮਗਰੋਂ ਇਹ ਗੁਰੂ ਗ੍ਰੰਥ ਸਾਹਿਬ ਸੰਗਤਾਂ ਵਿੱਚ ਆਪੇ ਹੀ ਪ੍ਰਗਟ ਕਰ ਦੇਣਗੇ। ਵੇਖੋ ਇਹ ਬਾਬਾ ਜੀ ਦੀ ਕਿਰਪਾ ਵਰਤੀ। ਓਪੀ ਚੰਦਨ ਹੋਏ ਗਏ, 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 ਵਸੇ ਜੋ ਚੰਦਨ ਪਾਸ ਓਪੀ ਸਾਧੂ ਹੋਏ ਗਏ, ਓਪੀ ਚੰਦਨ ਹੋਏ ਗਏ, ਵਸੇ ਜੋ ਸਾਧੂ ਪਾਸ ਓਪੀ ਚੰਦਨ ਹੋਏ ਗਏ, ਓਪੀ ਚੰਦਨ ਹੋਏ ਗਏ, ਬਸੇ ਜੋ ਸਾਧੂ ਪਾਸ ਓਪੀ ਚੰਦਨ ਹੋਏ ਗਏ, ਓਪੀ ਸਾਧੂ ਹੋਏ ਗਏ। ਦੇਖੋ ਬਾਬਾ ਜੀ ਨੇ ਕਿੰਨੀ ਕਿਰਪਾ ਕੀਤੀ। ਜਿਹੜੇ ਬਚਨ ਬਾਬਾ ਜੀ ਨੇ ਕੀਤੇ ਨਾ, ਬਾਬਾ ਆਨੰਦ ਸਿੰਘ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਨੇ, ਉਹ ਇੱਕ ਸੂਤ ਵੀ ਫਰਕ ਨਹੀਂ ਬਚਨ 'ਚ ਪਹਿਨ ਦਿੱਤਾ, ਇੱਕ ਸੂਤ ਵੀ ਫਰਕ ਨਹੀਂ ਪੈਣ ਦਿੱਤਾ, ਇੰਨੇ ਬਚਨ ਬਾਬਾ ਜੀ ਨੇ। ਅਤੇ ਵੇਖੋ ਬਾਬਾ ਸਾਡਾ ਰੌਣੀ ਕਰਕੇ ਮਸਾ ਗਿਆ, ਵੱਟਾਂ ਵੱਟਾਂ ਵੱਢ ਕੇ ਖਾ 6 ਮਹੀਨੇ ਪਾਣੀ ਆਉਂਦਾ ਸੀ, ਅਤੇ ਕਣਕ ਬੀਜਣ ਵਾਸਤੇ ਅਤੇ ਪੁੰਨਿਆਂ ਨੂੰ ਗਿਆ। ਬਾਬਾ ਜੀ ਕਹਿੰਦੇ ਬੰਨ੍ਹਣੀ ਰਹਿਣਾ, ਕਹਿੰਦੇ ਪਾਤਸ਼ਾਹ ਜੀ ਪੈੜੀ ਸੁੱਕਦੀ ਜਾਂਦੀ ਹੈ, ਰੌਣੀ ਕਰਕੇ ਐਂ ਤਾਂ ਬੀਜਣੀ ਹੈ। ਬਾਬਾ ਜੀ ਕਹਿੰਦੇ ਜੇ ਆਹ ਸੁੱਕ ਗਈ ਫਿਰ ਕੀ ਕਰੇਗਾ, ਬੱਤ ਲੱਗੀ ਸੁੱਚੇ ਨਾਮ ਦੀ, ਜੋ ਬੀਜਾ ਸੁਖਾਏ, ਇਉਂ ਆਖਿਆ। ਬਾਬਾ ਜੀ ਨੇ ਪੁੰਨਿਆਂ ਵਾਲੇ ਦਿਨ ਪਾਠ ਹੋਰ ਰੱਖ ਲਏ। ਪਾਠ ਬਰਮਾ ਦਾ ਜੰਗ ਲੱਗਿਆ ਸੀ ਅਤੇ ਬਾਬਾ ਜੀ ਕਹਿੰਦੇ ਪਾਠ ਹੋਰ ਕਰੋ, ਅਤੇ ਸਾਡਾ ਬਾਬਾ ਕਹਿੰਦਾ ਜੀ ਪੈੜੀ ਬੱਤ ਲੰਘ ਜੂਗੀ। ਬਾਬਾ ਆਨੰਦ ਸਿੰਘ ਕਹਿੰਦੇ ਜੀ ਆਹ ਬੱਤ ਲੰਘੀ ਫਿਰ ਕੀ ਕਰੇਗਾ, ਸਾਹ ਸੁੱਕ ਜਾਂਦੇ ਸੀ, ਮਹਾਂਪੁਰਖ ਮੂਹਰੇ ਸੁੱਕ ਹੀ ਜਾਣੇ ਚਾਹੀਦੇ, ਜਵਾਬ ਨਹੀਂ ਸੀ ਦੇ ਸਕਦੇ। ਅਤੇ ਸਾਡਾ ਪਿਤਾ ਗਿਆ ਵੀ ਮਖੌਲ ਕਰਦੇ ਆ ਵੀ ਬੀਜ ਲੈਂਦੇ, ਚੰਗੀ ਗੱਲ ਸੀ, ਨਾਲ ਦੀਆਂ ਬੀਜੀਆਂ ਗਈਆਂ ਸਾਰੀਆਂ। ਜਦੋਂ ਪਾਠ ਦਾ ਭੋਗ ਸੀ ਨਾ ਸੁਬਾਹ, ਅਤੇ ਬਾਬਾ ਜੀ ਸਾਡੇ ਵੱਡੇ ਬਾਬਿਆਂ ਕੋਲ ਰਾਤ ਨੂੰ ਗਏ, ਪਾਤਸ਼ਾਹ ਜੀ ਤੜਕੇ ਦੀ ਰੌਲ ਲਾ ਦਿਆਂਗੇ 4 ਤੋਂ 6, ਅਤੇ ਆ ਗਿਆ ਜਦੋਂ ਜਾਵੜੀਏ ਸ਼ਾਇਦ ਬੀਜੀ ਜਾਵੇ।
ਤੇ ਪਹਿਲੀ ਤਾਂ ਸੁੱਕ ਗਈ ਹੈ। ਉਹ ਬਾਬਾ ਜੀ ਕਹਿੰਦੇ ਉਹ ਤਾਂ ਸੁੱਕ ਗਈ ਆ, ਤਾਂ ਤੁਹਾਡੀ ਹਰੀ ਹੋ ਗਈ ਨਾ, ਉਹ ਤਾਂ ਸੁੱਕ ਗਈ ਆ ਤਾਂ ਤੁਹਾਡੀ ਹਰੀ ਹੋ ਗਈ ਨਾ, ਬਚਨ ਮੰਨਣ ਨਾ, ਤੂੰ ਕਿਉਂ ਕਾਹਲੀ ਕਰਦਾ। ਬਾਬਾ ਜੀ ਕਹਿੰਦਾ ਨਾਨਕਿਆਂ ਨੂੰ ਵਿਆਹ ਤੋਂ ਮਗਰੋਂ ਤੋਰੀ ਦਾ ਹੁੰਦਾ, ਇੰਨਾ ਪਿਆਰ ਕੀਤਾ ਨਾਨਕਿਆਂ ਨੂੰ ਬੰਧਣੀ। ਬਾਬਾ ਨਾਨਕ ਸਿੰਘ ਕਹਿੰਦੇ ਨਾਨਕੇ ਆ ਤੁਹਾਨੂੰ ਕਾਹਲੀ ਨਾ, ਬਸ ਸਬਰ ਕਰ ਲਿਆ ਫਿਰ ਚੁੱਪ ਕਰਕੇ। ਫਿਰ ਵੱਡੇ ਦਿਨ ਭੋਗ ਪਿਆ, ਸਾਰਾ ਵਚਨ ਕੀਤੇ ਐਂ ਦੀਵਾਨ ਸਜਿਆ, ਫਿਰ ਪਾਠ ਹੋਰ ਰੱਖ ਲਏ, ਹੋਰ ਬਾਬਾ ਕੰਬੀ ਜਾਵੇ, ਥੋੜ੍ਹਾ ਡਰਦਾ ਮੂਹਰੇ ਨਾ ਹੋਵੇ ਵੀ ਕਹਿਣ ਤੂੰ ਵੀ ਵਿਚ ਰਿਹਾ। ਬਾਬਾ ਜੀ ਕਹਿੰਦੇ ਸਾਡੇ ਨਾਨਕ ਕਹਿੰਦਾ ਕੋਈ ਇਉਂ ਆਖਿਆ ਕਿ ਮੂਹਰੇ ਹੋਣਾ ਪਿਆ। ਬਾਬਾ ਜੀ ਕਹਿੰਦੇ ਘਬਰਾ ਨਾ ਬਦਣੀ, ਤੇਰੀ ਸੁਰਤ ਖੇਤ। ਬਾਬਾ ਜੀ ਕਹਿੰਦੇ ਤੇਰੀ ਪੈਲੀ ਉਹਨਾਂ ਤੋਂ ਪਹਿਲਾਂ ਹਰੀ ਹੋਊ, ਉਹਨਾਂ ਦੀ ਮਗਰੋਂ ਹਰੀ ਹੋਊ। ਬਾਬਾ ਕਹਿੰਦਾ ਪਾਤਸ਼ਾਹ ਉਹਨਾਂ ਨੇ ਤਾਂ ਬੀਜ ਲਈਆਂ। ਬਾਬਾ ਜੀ ਕਹਿੰਦਾ ਨਹੀਂ ਬੀਜੀਆਂ, ਤੂੰ ਬੀਜ ਲਈ ਹੈ, ਤੇਰੀ ਹਰੀ ਪਹਿਲਾਂ ਹੋਊ ਉਹਨਾਂ ਦੀ ਮਗਰੋਂ ਹੋਊ। ਬਾਬਾ ਹੁਣ ਕਵੇ ਹੋਈ ਸੀ, ਕਈ ਸਾਨੂੰ ਵੀ ਕਹਿੰਦੇ ਨੇ ਸੰਤਾਂ ਨੂੰ ਕੌਣ ਸਮਝਾਵੇ, ਬਸ ਆਪਦੀ ਦੇਈ ਜਾਂਦਾ, ਕੌਣ ਸਮਝਾਵੇ। ਵੇਖੋ ਬਾਲਾ ਨਹੀਂ ਪਤਾ, ਬਾਬਾ ਜੀ ਨੂੰ ਬਾਬਾ ਜੀ ਸੁਣਦੇ ਹੀ ਨਹੀਂ। ਜਦੋਂ ਤੀਜੇ ਖੰਡ ਪਾਠ ਦਾ ਭੋਗ ਪਿਆ ਨਾ, ਤੇ ਗੁਰਮੁਖੋ ਹੋ ਗਏ ਬੱਦਲ, ਤੇ ਬਾਬਾ ਜੀ ਨੇ ਨਾਲੇ ਤਾਂ ਇੱਕ ਦਸਤਾਰ ਦਿੱਤੀ, ਅਤੇ ਨਾਲ ਅੰਦਰੋਂ ਗੁਰੂ ਸਾਹਿਬ ਨੂੰ ਭੋਗ ਲੱਗਿਆ ਵਾ, ਪੰਜੀਰਾ ਦਿੱਤਾ, ਕੋਲੇ ਵਹਾ ਕੇ ਢੂਹੀ 'ਤੇ ਹੱਥ ਫੇਰ ਕੇ ਕਹਿੰਦੇ ਨਾਨਕੇ ਆ ਤੂੰ ਫਿਕਰ ਨਾ ਕਰ। ਬਾਬਾ ਜੀ ਕਹਿੰਦੇ ਤਿੰਨ ਦਿਨ ਮੀਂਹ ਪਊਗਾ। ਬਾਬਾ ਜੀ ਕਹਿੰਦੇ ਤੇਰੀ ਬਾਤ ਆ ਜੂਗੀ ਅਤੇ ਉਹਨਾਂ ਦੀ ਕਰੰਡ ਹੋ ਜਾਣੀ ਸਾਰਿਆਂ ਦੀ। ਉਹੀ ਗੱਲ ਹੋਈ, ਬਾਬਾ ਜਿਉਂ ਤੁਰਿਆ ਨਾ ਅਤੇ ਮੀਂਹ ਪੈਣ ਲੱਗ ਗਿਆ, ਥੋੜ੍ਹਾ ਥੋੜ੍ਹਾ ਮੀਂਹ ਪਿਆ, ਅਤੇ ਜਿਹੜੀ ਸਗਾ ਸੁੱਕੀ ਸੀ ਨਾ ਪਾਸੇ ਖੂੰਜੇ ਖਾਂਜੇ, ਉਹ ਵੀ ਬੱਤ ਆ ਗਈ। ਉਹ ਜਦੋਂ ਬਾਬਾ ਬੀਜਣ 'ਤੇ ਗਿਆ ਨਾ ਖੇਤ, ਉਹ ਕਹਿੰਦਾ ਤੂੰ ਸਾਨੂੰ ਦੱਸ ਦਿੰਦਾ, ਕਹਿੰਦਾ ਸਾਡਾ ਤਾਂ ਵੀਹ ਕਿਲੋ ਪਾਉਂਦੇ ਸੀ, ਵੀ ਸਾਰਿਆਂ ਦਾ ਵੀਹ ਪੱਚੀ ਕਿੱਲੇ ਐਵੇਂ ਗਏ ਲੋਕਾਂ ਦੇ ਉੱਥੇ, ਅਤੇ ਇਕੱਲੇ ਬਾਬੇ ਦੀ ਪੈਲੀ ਦਾ ਨਹੀਂ ਬੀਜਿਆ ਸੀ। ਉਹ ਕਹਿੰਦਾ ਤੁਹਾਡੇ ਬਾਬੇ ਪੂਰੇ ਆ, ਪਹਿਲਾਂ ਦੱਸ ਦੇ। ਬਾਬਾ ਕਹਿੰਦਾ ਬਾਬਾ ਸਾਡੇ ਬਾਬੇ ਨੂੰ ਪਾਤਸ਼ਾਹ ਕਹਿੰਦੇ, ਤੇਰੀ ਹਰੀ ਹੋ ਗਈ ਹੈ, ਉਹਨਾਂ ਨੇ ਬੀਜੀਓ ਹੀ ਨਹੀਂ, ਹਜੇ ਹਰੀ ਨਹੀਂ ਹੋਈ ਹੈ। ਦੇਖੋ ਕੈਸਾ ਮਹਾਂਪੁਰਖ ਹੈ, ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਡਲੇ, ਚੰਦਰਮਾ ਨਾਸ ਹੋ ਜਾਵੇ ਬਾਬਾ ਜੀ ਦਾ ਬੋਲ ਨਾ ਡਲੇ। ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ, ਚੰਦਰਮਾ ਨਾਸ ਹੋ ਜਾਵੇ ਬਾਬਾ ਜੀ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ, ਚੰਦਰਮਾ ਨਾਸ ਹੋ ਜਾਵੇ ਬਾਬਾ ਜੀ ਦਾ ਬੋਲ ਨਾ ਟਲੇ। ਬਾਬਾ ਜੀ ਦਾ ਜੀ ਬੋਲ ਨਾ ਟਲੇ, ਬਾਬਾ ਜੀ ਦਾ ਜੀ ਬੋਲ ਨਾ ਟਲੇ, ਬਾਬਾ ਜੀ ਦਾ ਜੀ ਬੋਲ ਨਾ ਟਲੇ, ਬਾਬਾ ਜੀ ਦਾ ਜੀ ਬੋਲ ਨਾ ਟਲੇ। ਬਾਬਾ ਜੀ ਦਾ ਬੋਲ ਨਾ ਟਲੇ।
ਭਾਵੇਂ ਚੰਦਰਮਾ ਨਾਸ ਹੋ ਜਾਵੇ ਬਾਬਾ ਜੀ ਦਾ ਬੋਲ ਨਾ ਟਲੇ ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ ਭਾਵੇਂ ਚੰਦਰਮਾ ਨਾਸ ਹੋ ਜਾਵੇ ਬਾਬਾ ਜੀ ਦਾ ਬੋਲ ਨਾ ਟਲੇ ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ ਐਸੇ ਮਹਾਂਪੁਰਖ ਬ੍ਰਹਮ ਗਿਆਨੀ ਤੱਤ ਬੇਤੇ ਕੰਨਾਂ ਦੇ ਵਿੱਚ ਸਰੀਰ ਦੇ ਵਿੱਚ ਆਪਣੇ ਮਨ ਤੋਂ ਹੀ ਅਸਰ ਕਰਨਾ ਅਮਰ ਹੋਏ ਮਹਾਂਪੁਰਖਾਂ ਦੇ ਵਚਨ ਸੁਣਨਾ ਹੀ ਵੱਡਾ ਕਰਮ ਹੈ ਆਪਣਾ ਕਰਮ ਹੀ ਚੰਗਾ ਮੇਰਾ ਵਿੱਚ ਕਿਉਂ ਐਸੇ ਸਰੀਰ ਦੇ ਵਿੱਚ ਦੀ ਵਚਨ ਨਿਕਲੀ ਜਾਣੇ ਉਹ ਤੱਤ ਬੇਤਿਆਂ ਦੀਆਂ ਧਾਰਨਾ ਵਚਨ ਲੱਗੀ ਜਾਣੇ ਆਪਣਾ ਕਰਮ ਸਾਰਿਆਂ ਦਾ ਚੰਗਾ ਨੇ ਇੱਥੇ ਲੱਲ ਪਟੱਲ ਹੋਰ ਗੱਲਾਂ ਮਾਰੀ ਚੱਲੋ ਵੇਖੋ ਬੁਰਾ ਹਾਲ ਹੈ ਇਹਦੇ ਗੱਲਾਂ ਕਰੀ ਚੱਲੋ ਵੀ ਜੋਤ ਨਾ ਲਾਓ ਪੱਖਾ ਨਾ ਲਾਓ ਉਹ ਨਾ ਕਰੋ ਗੁਰੂ ਸਾਹਿਬ ਦੇ ਰੁਮਾਲਾ ਨਾ ਚਾੜੋ ਦੇਗ ਨਾ ਚਾੜੋ ਉਹ ਨਾ ਕਰੋ ਇਹ ਕੋਈ ਪ੍ਰਚਾਰ ਆ ਹੈ ਪ੍ਰਚਾਰ ਟੁੱਟੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਦੇਣਾ ਇਹ ਹੈ ਕਹਿੰਦੇ ਇੱਕ ਤਾਂ ਚਲਿਆ ਗਿਆ ਸਾਧ ਸੰਗਤ ਕੋਈ ਸਾਧੂ ਬਣ ਗਿਆ ਗਰਮੀ ਤੋਂ ਡਰਦਾ ਸਾਧੂ ਬਣ ਗਿਆ ਇੱਕ ਪਿੰਡ ਜਾ ਕੇ ਦਰਖਤਾਂ 'ਚ ਜਾ ਕੇ ਪੈ ਗਿਆ ਭਜਨ ਭੁਜਨ ਘੱਟ ਹੀ ਕਰਦਾ ਸੀ ਪੰਜ ਚਾਰ ਦਿਨ ਰੋਟੀਆਂ ਖਾ ਕੇ ਪਿਆ ਰਿਹਾ ਕਰੇ ਕਹਿ ਕਰ ਮੇਰੀ ਸਮਾਧੀ ਲੱਗਦੀ ਹੈ ਸਮਾਧੀ ਉਹ ਪਿੰਡ ਦਾ ਇੱਕ ਰੱਖ ਲਿਆ ਉਹਨੇ ਸੇਵਾਦਾਰ ਉਹ ਕਹਿੰਦਾ ਮਹਾਂਪੁਰਖੋ ਕਹਿੰਦਾ ਸਾਡੇ ਸੰਤ ਆਏ ਸੀ ਹਰਿਦੁਆਰੋਂ ਉਹ ਕਹਿੰਦੇ ਸੀ ਵੀ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਦੇ 7.25 ਕਰੋੜ ਰੋਮ ਹੁੰਦੇ ਆ 7.5-7.75 ਕਰੋੜ ਰੋਮ ਹੁੰਦੇ ਆ ਅਤੇ ਰੋਮਾਂ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਆ ਆਵਾਜ਼ ਆਉਂਦੀ ਆ ਇੰਨੀ ਕਮਾਈ ਹੁੰਦੀ ਮਹਾਂਪੁਰਖਾਂ ਦੀ ਅਤੇ ਬਾਬਾ ਜੀ ਤੁਹਾਡੇ ਆਵਾਜ਼ ਆਉਂਦੀ ਕਿ ਨਹੀਂ ਆਉਂਦੀ ਉਹ ਕਹਿਣ ਲੱਗਾ ਭਾਈ ਮੈਂ ਪਜਾਨਾ ਪੈ ਸੰਤ ਕਹਿੰਦੇ ਮੈਂ ਸੌਂ ਜਾਂਦਾ ਹੁਣ ਅਤੇ ਮੇਰੀ ਸਮਾਧੀ ਲੱਗ ਜੂ ਜਦੋਂ ਸਮਾਧੀ ਲੱਗੀ ਨਾ ਦੋ ਗੱਲਾਂ ਤੂੰ ਮੇਰੇ ਰੋਮ ਗਿਣ ਲਾ ਅਤੇ ਮੈਂ ਪੈ ਜੂ ਮੇਰੇ ਕੇਸ ਗਿਣ ਲਾ ਸਿਰ ਦੇ ਵਾਲ ਗਿਣ ਲਈ ਉਹ ਕਹਿੰਦਾ ਜੀ ਚਲੋ ਸੱਤ ਵਚਨ ਅਤੇ ਨਾਲੇ ਤੂੰ ਕਹਿੰਦਾ ਕੰਨ ਲਾ ਲਾ ਸੁਣ ਲਈ ਸੁਣ ਲਈ ਇਉਂ ਆਖਿਆ ਅਤੇ ਸਾਧ ਸੰਗਤ ਸੰਤਾਂ ਨੇ ਚਾਹ ਮੰਗਾਲੀ ਦੇ ਵਿੱਚ ਪਾਲੀ ਭੁੱਕੀ ਭੁੱਕੀ ਪਾ ਕੇ ਤਾਂ ਪੈ ਗਏ ਅਤੇ ਚੇਲਾ ਸੀ ਅਨਪੜ੍ਹ ਉਹਨੂੰ 10 ਤੋਂ ਵੱਧ ਗਿਣਨਾ ਨਹੀਂ ਸੀ ਆਉਂਦਾ 10 ਤੋਂ ਵੱਧ ਸੰਤ ਤਾਂ ਪੈ ਗਏ ਅਤੇ ਉਹ ਚੇਲਾ ਗਿਣੇ ਜਦੋਂ ਬਾਲ 10 ਗਿਣੇ 20 ਗਿਣ ਲਏ ਫਿਰ ਭੁੱਲ ਜੇ ਦਸਾਂ ਨੂੰ ਗੰਢਾਂ ਦੇ ਦਿੱਤੀਆਂ ਗੁੱਛ ਮੁੱਛ ਬਣ ਗਏ ਬਾਲ ਬਾਲ ਸੰਤ ਉਸਲ ਵੱਟੇ ਲਈ ਜਾਣ ਉਸਲ ਵੱਟੇ ਉਹਨੇ ਆਖਿਆ ਵੀ ਅੱਧੇ ਤਾਂ ਗਿਣੇ ਗਏ ਅੱਧੇ ਗਿਣੇ ਨਹੀਂ ਗਏ ਚਾਹੇ ਬਾਲ ਤਾਂ ਸੰਤਾਂ ਦੇ ਹੋਰ ਆ ਜਾਣਗੇ ਅਤੇ ਸੰਤਾਂ ਦਾ ਪੈਸੇ ਟਕੂਗਾ ਉਹਦੇ ਨਾਲ ਘਸਾਕ ਸਕਦੇ ਨੇ ਸੰਤਾਂ ਦੇ ਸਾਰੇ ਵਾਲ ਵੱਢ ਲਏ ਉਹਨੇ ਸਾਰੇ ਵਾਲ ਵੱਢ ਲਏ ਵੱਢ ਕੇ ਨਾ ਪਾਸੇ ਤੇ ਦੂਰ ਸਾਰੇ ਰੱਖਿਆ ਆ ਕਹਿੰਦਾ ਫਿਰ ਰਾਤ ਨੂੰ ਗਿਣ ਲਾਂਗੇ ਗਾਣ ਜਦੋਂ ਥੋੜ੍ਹਾ ਚਿਰ ਬਾਅਦ ਸੰਤ ਉੱਠੇ ਨਾ ਕਹਿੰਦੇ ਨਹਾਈਏ ਸੰਤਾਂ ਨੇ ਜਦੋਂ ਹੱਥ ਸਿਰ 'ਤੇ ਮਾਰਿਆ ਉਹ ਕਹਿੰਦੇ ਕੀ ਹੋ ਗਿਆ ਕਹਿੰਦਾ ਜੀ ਸ਼ੰਕਾ ਪੂਰੀ ਕਰਨੀ ਹੈ ਇਹ ਤਾਂ ਬਾਲ ਤਾਂ ਹੋਰ ਆ ਜਾਣ ਕਹਿੰਦਾ ਖੜ ਜਾ ਦਿੰਦਾ ਤੈਨੂੰ ਪਤਾ ਕਹਿੰਦਾ ਅੱਗੇ ਤਾਂ ਕਹਿੰਦਾ ਸੀ ਕਹਿੰਦਾ ਮੈਂ ਸੁਣਿਆ ਸੀ ਵੀ ਸੰਤ ਚੇਲਿਆਂ ਨੂੰ ਮੁੰਨ ਦਿੰਦੇ ਆ ਕਹਿੰਦੇ ਕਲਯੁਗ ਦਾ ਸਮਾਂ ਪੱਕਾ ਹੀ ਹੈ ਵੀ ਚੇਲੇ ਸੰਤਾਂ ਨੂੰ ਮੁੰਨ ਕੇ ਰੱਖ ਦਿੰਦੇ ਆ ਅਤੇ ਪਰ ਇਹ ਬਾਬਾ ਆਨੰਦ ਸਿੰਘ ਦਾ ਘਰ ਹੈ ਇੱਥੇ ਬ੍ਰਹਮ ਗਿਆਨੀ ਬਣਨ ਦਾ ਦਰਬਾਰ ਹੈ ਉਹ ਸੰਤਾਂ ਨੇ ਉਹਨੂੰ ਕੁੱਟਿਆ ਅਤੇ ਭੱਜ ਗਿਆ ਉਹ ਭੱਜ ਗਿਆ ਪਿੰਡ ਦੇ ਭਾਲਦੇ ਫਿਰਨ ਅਤੇ ਉਹਨੂੰ ਗੁੱਛ ਮੱਛ ਕੀਤੇ ਸੰਤਾਂ ਨੂੰ ਨਾ ਪਾਸੇ ਬਾਲ ਤੇ ਆ ਗਏ ਬਾਲ ਅਤੇ ਸੰਤ ਹਰਿਦੁਆਰ ਚਲੇ ਗਏ ਉਹੀ ਜਿਹੜੇ ਸਿਰ ਵੜਤਾ ਨਹੀਂ ਜਿਹਨਾਂ ਦਾ ਕੇਸ ਵੜਦਾ ਉਹ ਚਲੇ ਗਏ
ਉਹਨਾਂ ਨੇ ਵੇਖ ਲਿਆ, ਉਹਨਾਂ ਨੇ ਫੜ ਲਿਆ। ਜੋ ਫੜ ਲਿਆ ਤੇ ਫੜ ਕੇ ਕਹਿੰਦੇ ਕੀ ਗੱਲ, ਤੁਸੀਂ ਮੇਰੇ ਬਾਲ ਮੁਹੰਤੇ ਸੀ। ਕਹਿੰਦੇ ਤੁਸੀਂ ਕਿਹਾ ਜੀ ਗਿਣਦਾ। ਕਹਿੰਦੇ ਫਿਰ ਗਿਣਦੇ ਨੇ ਵੱਢਣੇ ਕਿਉਂ ਸੀ? ਕਹਿੰਦੇ ਜੀ ਮੈਂ ਤਾਂ 100 ਤੋਂ ਵੱਧ 50 ਤੋਂ ਵੱਧ ਗਿਣਨਾ ਨਹੀਂ ਆਉਂਦਾ। ਇਹ ਤਾਂ ਹੁਣ ਤੁਹਾਡੇ ਹੋਰ ਆ ਗਏ, ਵੇਖੋ ਹੋਰ ਆ। ਧੰਨ ਆ ਬਾਬਿਓ, ਤੁਹਾਡੇ ਤਾਂ ਨਾ 7 ਕਰੋੜ ਤੋਂ 14 ਕਰੋੜ ਆ ਬਾਲ। 7 ਕਰੋੜ ਤਾਂ ਉੱਥੇ ਪਏ ਨਾ, 7 ਕਰੋੜ ਤੁਹਾਡੇ ਹੋਰ ਆ ਗਏ। ਤੁਹਾਡੇ ਵਰਗੇ ਤਾਂ ਮਹਾਂਪੁਰਖ ਹੀ ਕੋਈ ਹੀ ਨਹੀਂ। ਇਹ ਅੱਜ ਚੇਲੇ ਇਹੋ ਜਿਹੇ, ਨਾਲੇ ਤਾਂ ਮੁੰਨ ਕੇ ਰੱਖ ਦਿੰਦੇ ਆ ਅਤੇ ਨਾਲੇ ਉਹਦੀ ਵਡਿਆਈ ਕਰਦੇ ਆ। ਇਸ ਕਰਕੇ ਸਤਿਗੁਰ ਪੂਰਾ, ਗੁਰੂ ਨਾਨਕ ਸਾਹਿਬ ਪੂਰਾ ਆ ਆਪਣਾ। ਆਪਾਂ ਗੁਰੂ ਨਾਨਕ ਨਾਲ ਜੁੜੋ, ਘਰ 'ਚ ਸਰੂਪ ਲਾਓ, ਜੋਤ ਲਾਓ, ਅਰਦਾਸ ਕਰੋ। ਜੇ ਤੁਹਾਨੂੰ ਕੋਈ ਵਾਧਾ ਘਾਟਾ ਹੋਵੇ ਨਹੀਂ ਅਰਦਾਸ ਸੁਣਦਾ, ਕਿਸੇ ਵਿਚੋਲੇ ਮਹਾਂਪੁਰਖਾਂ ਕੋਲ ਬੇਨਤੀ ਕਰ ਸਕਦੇ ਹਾਂ, ਮਹਾਂਪੁਰਖ ਤੁਹਾਡੀ ਟੁੱਟੀ ਗੰਢ ਦੇਣਗੇ। ਸੋ ਆਓ ਮਾਈ ਭਾਈ ਪਹਿਰਾ ਦਿਓ, ਬਚਨ ਸੁਣੋ, ਕਮਾਈ ਕਰੋ। ਹੁਣ ਆਪਾਂ ਨੂੰ ਸਮਾਂ ਮਿਲਿਆ ਹੈ ਗੁਰੂ ਨਾਨਕ ਦੇ ਨਾਲ ਜੁੜਨ ਦਾ, ਸਮਾਂ ਹੀ ਹੁਣ ਮਿਲਿਆ ਹੈ। ਹੁਣ ਸਮਾਂ ਹੈ ਕਿ ਨਹੀਂ ਹੈ? ਬੈਠੇ ਹਾਂ, ਜਦੋਂ ਬੁਢੇਪਾ ਆ ਗਿਆ, ਜਦੋਂ ਸਰੀਰ ਚਲਿਆ ਗਿਆ, ਉਦੋਂ ਸਮਾਂ ਹੋਊ ਜਾਂ ਨਹੀਂ ਹੋਊ? ਕੁਛ ਸਮਝ ਕਰੋ, ਹੋਰ ਪ੍ਰੇਮੀਆਂ ਨੂੰ ਲਿਆਓ। ਬਾਬਾ ਨਾਨਕ ਸਿੰਘ ਕਹਿੰਦੇ ਜੋੜਨ ਵਰਗਾ ਪੁੰਨ, ਤੋੜਨ ਵਰਗਾ ਪਾਪ ਨਹੀਂ ਹੈ। ਇਹ ਬਾਬਾ ਜੀ ਨੇ ਕਿਰਪਾ ਕੀਤੀ ਆ। ਪਹਿਰਾ ਦਿਓ, ਬਚਨ ਸੁਣਾਂਗੇ, ਕਮਾਈ ਕਰਾਂਗੇ, ਕੀ ਮਿਲੇਗਾ? ਇਹ ਲੋਕ ਸੁਖੀ ਏ ਪਰ ਲੋਕ ਸੇਲੇ, ਨਾਨਕ ਖਬਰਾ ਆਪੇ ਮੇਲੇ। ਕਰੀਏ ਰਸਨਾ ਪਵਿੱਤਰ, ਭਾਗਾਂ ਦਾ ਸਮਾਂ ਬਣਿਆ। ਇੱਕੋ ਬਚਨ ਤੁਸੀਂ ਅੰਦਰ ਝਾਤੀ ਮਾਰੋ ਵੀ ਤੁਹਾਡੀ ਟੁੱਟੀ ਹੋਈ ਆਤਮਾ ਗੁਰੂ ਨਾਨਕ ਨਾਲ ਜੁੜ ਗਈ ਹੋਊ ਜਾਂ ਨਹੀਂ ਜੁੜ ਗਈ ਹੋਊ, ਇੰਨਾ ਹੀ ਪ੍ਰਚਾਰ ਆ ਮਹਾਂਪੁਰਖਾਂ ਦਾ। ਤੁਹਾਡੀ ਆਤਮਾ ਨਿੰਦਿਆ ਤੋਂ ਬਚ ਗਈ, ਚੁਗਲੀ ਤੋਂ ਬਚ ਜੂ, ਝੂਠ ਤੋਂ ਬਚੂ, ਚੋਰੀ ਤੋਂ ਬਚੂ, ਨਸ਼ਿਆਂ ਤੋਂ ਬਚੂ, ਕਿੱਥੇ ਜਾਊ ਗੁਰੂ ਨਾਨਕ ਦੇ ਕੋਲ? ਹੁਣ ਆਪਾਂ ਨੂੰ ਮਿਲਿਆ ਨਾ ਸਮਾਂ, ਹੁਣ ਅਰਦਾਸ ਕਰੇ ਵੀ ਇਹੀ ਅਰਦਾਸ ਕਰੋ, ਕਿਤੇ ਲੱਗ ਜੇ ਗੁਰਾਂ ਦੇ ਨਾਲ ਪ੍ਰੀਤੀ, ਤੋੜੀ ਹੋਈ ਕੰਨ ਟੁੱਟਦੀ ਮੇਰੀ, ਲੱਗ ਜੇ ਪ੍ਰੀਤੀ ਗੁਰਾਂ ਨਾਲ, ਤੋੜੀ ਹੋਈ ਕੰਨ ਟੁੱਟਦੀ ਮੇਰੀ, ਲੱਗ ਜੇ ਪ੍ਰੀਤੀ ਗੁਰਾਂ ਨਾਲ, ਤੋੜੀ ਹੋਈ ਕੰਨ ਟੁੱਟਦੀ ਮੇਰੀ, ਲੱਗ ਜੇ ਪ੍ਰੀਤੀ ਗੁਰਾਂ ਨਾਲ, ਥੋੜੀ ਹੋਈ ਕਾਨੂੰ ਟੁੱਟਦੀ ਮੇਰੀ, ਲੱਗ ਜੇ ਪ੍ਰੀਤੀ ਗੁਰਾਂ ਨਾਲ, ਥੋੜੀ ਹੋਈ ਕਾਨੂੰ ਟੁੱਟਦੀ ਮੇਰੀ, ਲੱਗ ਜੇ ਪ੍ਰੀਤੀ ਗੁਰਾਂ ਨਾਲ, ਥੋੜੀ ਹੋਈ ਕਾਨੂੰ ਟੁੱਟਦੀ ਪ੍ਰੀਤੀ ਗੁਰਾਂ ਨਾਲ, ਥੋੜੀ ਹੋਈ ਕਾਨੂੰ ਟੁੱਟਦੀ ਮੇਰੀ, ਲੱਗ ਜੇ ਪ੍ਰੀਤੀ ਗੁਰਾਂ ਨਾਲ, ਥੋੜੀ ਹੋਈ ਕਾਨੂੰ ਟੁੱਟਦੀ ਮੇਰੀ, ਲੱਭ ਜੇ ਪ੍ਰੀਤੀ ਗੁਰਾਂ ਨਾਲ, ਥੋੜੀ ਹੋਈ ਕਾਨੂੰ ਟੁੱਟਦੀ ਮੇਰੀ, ਲੱਭ ਜੇ ਪ੍ਰੀਤੀ ਗੁਰਾਂ ਨਾਲ, ਥੋੜੀ ਹੋਈ ਕਾਨੂੰ ਟੁੱਟਦੀ ਥੋੜੀ ਹੋਈ ਕਾਨੂੰ ਟੁੱਟਦੀ, ਥੋੜੀ ਹੋਈ ਕਾਨੂੰ ਟੁੱਟਦੀ ਜੋੜੀ ਹੋਈ ਕਾਨੂੰ ਟੁੱਟਦੀ, ਜੋੜੀ ਹੋਈ ਕਾਨੂੰ ਟੁੱਟਦੀ ਲੱਗ ਜੇ ਪ੍ਰੀਤੀ ਗੁਰਾਂ ਨਾਲ, ਥੋੜੀ ਹੋਈ ਕਾਨੂੰ ਟੁੱਟਦੀ ਮੇਰੀ, ਲੱਗ ਜੇ ਪ੍ਰੀਤੀ ਗੁਰਾਂ ਨਾਲ, ਥੋੜੀ ਹੋਈ ਕਾਨੂੰ ਟੁੱਟਦੀ ਮੇਰੀ, ਲੱਗ ਜੇ ਪ੍ਰੀਤੀ ਗੁਰਾਂ ਨਾਲ, ਥੋੜੀ ਹੋਈ ਕਾਨੂੰ ਟੁੱਟਦੀ ਮੇਰੀ, ਲੱਭ ਜੇ ਪ੍ਰੀਤੀ ਗੁਰਾਂ ਨਾਲ, ਜੋੜੀ ਹੋਈ ਕਾਨੂੰ ਟੁੱਟਦੀ ਮੂੰਹ ਲਾਲ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ, ਐਸੀ ਮਾਧੋ ਖਿੰਚਤਨੀ, ਬੰਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ, ਸੱਚ ਖੰਡ ਲੈ ਜਾਣਗੇ, ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ, ਸੱਚ ਖੰਡ ਲੈ ਜਾਣਗੇ, ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ, ਸੱਚ ਖੰਡ ਲੈ ਜਾਣਗੇ, ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ, ਸੱਚ ਖੰਡ ਲੈ ਜਾਣਗੇ, ਖੰਡ ਲੈ ਜਾਣਗੇ, ਸੱਚ ਖੰਡ ਲੈ ਜਾਣਗੇ, ਸੱਚ ਖੰਡ ਲੈ ਜਾਣਗੇ, ਸੱਚ ਖੰਡ ਲੈ ਜਾਣਗੇ, ਲੈ ਜਾਣਗੇ, ਸੱਚ ਖੰਡ ਲੈ ਜਾਣ।
ਸੱਚਖੰਡ ਲੈ ਜਾਣਗੇ ਸੱਚਖੰਡ ਲੈ ਜਾਣਗੇ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ ਬਚਨ ਬਾਬਾ ਜੀ ਦੇ ਪੱਲੇ ਵਿੱਚ ਬੰਨੀਏ ਸੱਚ ਪੱਲੇ ਵਿੱਚ ਬੰਨੀਏ ਸੱਚਖੰਡ ਲੈ ਜਾਣਗੇ ਹਰ ਜਸ ਗਾਇਓ ਸੰਤ ਜਨਾ ਮਿਲ 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 ਜਨਮ ਕੇ ਦੁੱਖ ਗਵਾਇਓ ਕੋਟ ਜਨਮ ਕੇ ਦੁੱਖ ਗਵਾਇਓ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਕਿਰਪਾ ਹਰ ਨਾਮ ਦਿਵਾਇਓ ਸੁਖ ਹਰ ਨਾਮ ਵਡਾਈ ਸਰਬ ਸੁਖ ਹਰ ਨਾਮ ਵਡਾਈ ਪ੍ਰਸਾਦ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਪੂਰਾ ਕੀਆ ਅੰਮ੍ਰਿਤ ਨਾ